ਜੀ ਗੱਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਮਲਦੀਪ ਕਮ ਆ ਉਹੀ ਗੱਲ ਹੈ ਡਲੇ ਦਾ ਰੌਲਾ ਨਾ ਮੁੱਕਿਆ ਨਾ ਮੁੱਕ ਰਿਹਾ ਏ ਤੱਕ ਪਾ ਕੇ ਰੱਖਣੀ ਸਾਡਾ ਕੰਮ ਹੈ ਦੱਸਣਾ ਤੁਹਾਡਾ ਕੰਮ ਹੈ ਤੱਕ ਪਾ ਕੇ ਇੱਕ ਪਾਸੇ ਇੱਕ ਬੋਡੀ ਬਿਲਡਰ ਕਹ ਰਿਹਾ ਕਿ ਯਾਰ ਇੱਥੇ ਹੈ ਹੀ ਕੁਝ ਨਹੀਂ ਆ ਇੱਕ ਪਾਸੇ ਭਾਈ ਦੀ ਪੈਸਿਵ ਇਨਕਮ ਇੰਨੀ ਜ਼ਿਆਦਾ ਸਟਰੋਂਗ ਹੁੰਦੀ ਪਈ ਆ ਦਿਮਾਗ ਜਿਹੜਾ ਰੱਬ ਨੇ ਦਿੱਤਾ ਉਹਨੂੰ ਵਰਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਆਰਨੋਲਡ ਸਵੌਂਸ ਨੇ ਜਿਹੜਾ ਉਸ ਤੋਂ ਬਾਅਦ ਹਰ ਪਾਸੇ ਉਹਨੇ ਤਰੱਕੀ ਕੀਤੀ ਉਹਨ ਕਾਫੀ ਬੜੇ ਬਿਲਡਰ ਐ ਉਹ ਬਿਲਕੁਲ ਹੀ ਹਿੱਲੇ ਪਏ ਉਹਨਾਂ ਦੀਆਂ ਬੌੜੀਆਂ ਵੀ ਖਤਮ ਹੋ ਗਈਆਂ ਸਭ ਕੁਝ ਖਤਮ ਹੋ ਗਿਆ ਹੁਣ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ 3500 ਡਾਲਰ ਤੋਂ ਸ਼ੁਰੂ ਆਇਆ ਭਾਜੀ ਅੱਜ ਕਿੱਧਰ ਨੂੰ ਜਾ ਰਿਹਾ ਹੈ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿਮ ਖੋਲ ਰਿਹਾ ਹੈ ਕੋਈ ਇੱਕ ਨਹੀਂ ਖੁੱਲੇਗਾ ਆਪਾਂ 14-15 ਜਿਮ ਖੁੱਲਣ ਇੱਕ ਦੀ ਕਾਸਟ 35 ਮਿਲੀਅਨ ਹੋਵੇ ਜਿਹੜਾ ਬਿਜ਼ਨਸ ਹੁੰਦਾ 100% ਰਿਸਕ ਹੁੰਦਾ ਹੈ ਕੈਲਕੂਲੇਟਿਵ ਰਿਸਕ ਹਾਂਜੀ ਕੀ ਬਾਹਰ ਜਾ ਕੇ ਸੈਟਲ ਹੋਣਾ ਹੀ ਨਹੀਂ ਕਰੋੜ ਕਰੋੜ ਬੰਦਾ ਕਮਾ ਰਿਹਾ ਇੱਕ ਨਾਰਮਲ ਬੰਦਾ ਆਪਣੇ YouTube ਤੋਂ ਅਸੀਂ ਕਿਉਂ ਨਹੀਂ ਕੁਮਾਨ ਸਰ ਉਹ ਮੈਂਟਲ ਟਫਨੈਸ ਕਿੱਦਾਂ ਲੈ ਕੇ ਆਈ ਆਪਣੇ ਆਪ ਚ ਹੁਣ ਵੇੜ ਚੁੱਕਦੇ ਨੇ ਤੁਸੀਂ ਉਹ ਬੰਦਾ ਦਿਮਾਗ ਜਾ ਗਿਆ ਨਹੀਂ ਯਾਰ ਮੈਂ ਤੋ ਅੱਧੇ 50 ਕਿਲੋ ਨੂੰ ਚੱਕਣੀ ਨਹੀਂ ਚੱਕੂਣੀ ਲੋ 80 ਕਿਲੋ ਚੱਕਦਣੀ ਚੁੱਕਦਣੀ ਸੋ ਇੱਥੇ ਹੈ ਮਨ ਜਿੱਤੇ ਚੱਕਦੀ ਪੁਰਾਣੇ ਟਾਈਮ ਦੇ ਵਿੱਚ ਸਟਾਈਲ ਆਫ ਵਰਕਆਊਟ ਦੇ ਵਿੱਚ ਕੀ ਸੀਗਾ ਜੋ ਆਪਾਂ ਖੋ ਚੁੱਕੇ ਹੈਗੇ ਆ ਅੱਜ ਦੇ ਦੌਰ ਦੇ ਵਿੱਚ ਮੁੰਡੇ ਜਾਂਦੇ ਆ ਇੱਕ ਜਸਟਮੇ ਵੀ ਸਟੇਟਸ ਲਈ ਹਾਰੀਲਾ ਰੁਲਾ ਭਾਲ ਲਈ ਕਾਮਾ ਸਪਲੀਮੈਂਟ ਸਟੋਰ ਦੇ ਉੱਤੇ ਇਹੋ ਜਿਹੇ ਕਿਹੜੇ ਸਪਲੀਮੈਂਟ ਪਏ ਹੈਗੇ ਨੇ ਜਿਨ੍ਹਾਂ ਦੀ ਸ਼ਾਤ ਲੋੜ ਨਹੀਂ ਹੈਗੀ ਪਰ ਦੁਨੀਆ ਵਾਸਤੇ ਰੱਖਣੇ ਪਏ ਨੇ ਪ੍ਰੀ ਵਰਕਆਊ BWS ਉਹ ਜਿਮ ਹੋਮਰਿਸ ਤੋਂ ਤਾਂ ਸੁਣ ਜਾਇਆ ਗਿਆ ਕਾਹੇ ਟ ਉਹਦੇ ਕੋ ਪੰਜ ਮੈਂਬਰਾਂ ਦੇ ਜੇ 10 ਮੈਂਬਰਾਂ ਦੇ ਉਹਨਾਂ ਤੇ ਪ੍ਰੋਪਰ ਟਾਈਮ ਸਪੈਂਡ ਕਰੇ ਰਾਣਾ ਕੋਈ ਨਾਮ ਦਾ ਬੰਦਾ ਹਾਂਜੀ 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 ਪੜਾਕੇ ਪਾਉਣ ਵਾਲੀ ਐਟੀਟਿਊਡ ਕਿੱਥੋਂ ਆਏ ਨਾ ਐਟੀਟਿਊਡ ਤੁਹਾਡੇ ਵਿੱਚ ਹੀ ਹੈ ਇੱਕੋ ਵਰਲਡ ਯਾਦ ਰੱਖੋ ਯੂ ਵਰਸਸ ਯੂ ਮਗਰ ਮੈਂ ਅਗੇ ਤੁਹਾਨੂੰ ਐਕਸਰਸਾਈਜ਼ ਕਰਨੀ ਪਈ। ਮਗਰ ਬੰਦੇ ਨੇ ਅੱਡਾ ਢਿੱਡ ਕੱਢਿਆ, ਸ਼ਾਰਟ ਬਾਹਰ ਆਣ ਗਈ ਹੈ ਤੇ ਹੁਣ ਉਹ ਬੰਦਾ ਦੇਖ ਕੇ ਦੇਖਦਾ ਵੀ ਯਾਰ ਮੇਰੀ ਪ੍ਰਾਪਰਟੀ ਵੇਚ ਦਊਗਾ। ਉਹ ਬੰਦਾ ਸੂਟਡ-ਬੂਟਡ ਜਾ ਰਿਹਾ ਵਧੀਆ ਗੱਡੀ, ਵਧੀਆ ਪਰਸਨੈਲਿਟੀ ਹੈ ਬੰਦਾ ਕਹਿੰਦਾ ਯਾਰ ਕੰਫੀਡੈਂਸ ਆ ਬੰਦੇ 'ਚ ਇਹ ਕੱਢ ਦੋ ਮੇਰੀ ਪ੍ਰਾਪਰਟੀ। ਜਦੋਂ ਮੈਂ ਇਸ ਹੈਲਥ ਪੌਡਕਾਸਟ ਦੀ ਸ਼ੁਰੂਆਤ ਕੀਤੀ ਸੀਗੀ, ਮੈਨੂੰ ਬਿਲਕੁਲ ਵੀ ਉਮੀਦ ਨਹੀਂ ਸੀਗੀ ਕਿ ਇਹਨੂੰ ਇੰਨਾ ਪਿਆਰ ਮਿਲੇਗਾ। ਅੱਜ ਆਪਾਂ 12000 ਸਬਸਕ੍ਰਾਈਬਰ ਤੇ ਬੈਠੇ ਆ ਗਏ ਆ ਤੇ ਸਾਡੇ ਕੋਲ ਪੰਜਾਬ ਦੇ ਉਹ ਗੈਸਟ ਆ ਚੁ ਜਿਹੜੇ ਸ਼ਾਇਦ ਮੈਂ ਸੋਚਿਆ ਸੀਗਾ ਕਿ 100 ਕੇ ਤੋਂ ਬਾਅਦ ਵੀ ਨਹੀਂ ਆਉਣਗੇ ਇਹ ਸਭ ਪੋਸੀਬਲ ਹੋਇਆ ਤੁਹਾਡੀ ਸਬਸਕ੍ਰਿਪਸ਼ਨ ਦੇ ਨਾਲ ਅਜੇ ਬਹੁਤ ਸੂਰਮੇ ਪਏ ਹੈਗੇ ਨੇ ਜਿਨ੍ਹਾਂ ਨੇ ਅਲੱਗ-ਅਲੱਗ ਸਿੱਤ ਦੇ ਖੇਤਰਾਂ ਦੇ ਵਿੱਚ ਆਪਣਾ ਨਾਮ ਬਣਾਇਆ ਹੈ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਇਸ ਚੈਨਲ ਨੂੰ ਵੱਡਾ ਬਣਾਉਂਦੇ ਹੋ ਤਾਂ ਮੇਰੀ ਪੂਰੀ ਕੋਸ਼ਿਸ਼ ਹੋਏਗੀ ਕਿ ਮੈਂ ਉਹਨਾਂ ਸੂਰਮਿਆਂ ਕੋਲ ਪਹੁੰਚ ਕੇ ਉਹਨਾਂ ਦੇ ਨਾਲ ਹੈਲਥ ਮਾਈਂਡਸੈਟ ਆਈਡੀਓਲੋਜੀ ਦੀ ਤੇ ਆਪਣੇ ਪੰਜਾਬ ਬਾਰੇ ਖੁੱਲ ਕੇ ਗੱਲਬਾਤ ਕਰ ਸਕਾਂ ਸੋ ਤੁਹਾਡੀ ਸਬਸਕ੍ਰਿਪਸ਼ਨ ਇਸ ਚੈਨਲ ਨੂੰ ਵੱਡਾ ਬਣਾਏਗੀ ਤੇ ਇਹਦੇ ਗੈਸਟ ਨੂੰ ਵੀ ਵੱਡਾ ਬਣਾਏਗੀ AHHHHH <small noise> ਸਸੇਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਰਾਜਪਤ ਚੀਮਾ ਗੱਲ ਲੱਗੀ ਹੈ ਡੋਲੇ ਦੇ ਰੋਲੇ ਦੀ ਪੜਾਕੇ ਪਾਉਣੇ ਆ ਸਾਡਾ ਕੰਮ ਆ ਦੱਸਣਾ ਤੁਹਾਡਾ ਕੰਮ ਆ ਪੜਾਕੇ ਪਾਉਣਾ ਕੀ ਆ ਚੱਲ ਭਾਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਸੋਨਰੇ ਸਾਰੇ ਸਰੋਤਿਆਂ ਨੂੰ ਪੂਰੇ ਪੰਜਾਬ ਨੂੰ ਪੂਰੇ ਭਾਪਤ ਨੂੰ ਮੇਰੇ ਵੱਲੋਂ ਯਾਨੀ ਕਮਲਦੀਪ ਕਮਲ ਵੱਲੋਂ ਪਿਆਰ ਭਰੀ ਸਸੇਕਾ ਬਾਕੀ ਅੱਜ ਮੌਕਾ ਮਿਲਿਆ ਬੈਠਣ ਦਾ ਗੱਲਾਂ ਬਾਤਾਂ ਕਰਨ ਦਾ ਬਾਈ ਹੁਣੀ ਬੈਠੇ ਆ ਬਾਈ ਹੁਣੀ ਪੁੱਛਣਗੇ ਇਹ ਦੱਸਾਂਗੇ ਬਾਕੀ ਪਣਗੇ ਪਟਾਕੇ ਆਣ ਦਿਓ ਜੀ ਪਟਾਕੇ ਕੀ ਆ ਭਾਈ ਉਹ ਲੇਕਿਨ ਇਹ ਟਰਮਨੋਲੋਜੀ ਮੈਂ ਪਹਿਲੀ ਵਾਰੀ ਸੁਣੀ ਤੇ ਮੈਂ ਤੁਹਾਡੀਆਂ ਤਕਰੀਬਨ 50 ਵੀਡੀਓਜ਼ ਦੇਖ ਚੁੱਕੇ ਆ ਤੇ ਮੇਰੇ ਦਿਮਾਗ ਚ ਪਟਾਕੇ 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 ਚੱਲਣਦੇ ਹੈਗੇ ਆ ਪਟਾਕੇ ਨਹੀਂ ਪਟਾਣਾ ਪਟਾਕੇ 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 ਹੈ ਕੀ ਆ ਕੀ ਪੋਲਾ ਕੀ ਆ ਕੀ ਹੁੰਦਾ ਹੈ ਕਿ ਬਸ ਐਂਡ ਕਰਨਾ ਇੱਕ ਮਤਲਬ ਜਨੂਨੀ ਵਰਡ ਹੈ ਇਹ ਕੁਸ਼ਕ ਚੀਜ਼ਾਂ ਹੁੰਦੀਆਂ ਹਰ ਇੱਕ ਭਾਸ਼ਾ ਦੀ ਇੱਕ ਸਲੈਂਗ ਹੁੰਦੀ ਹੈ ਇਹ ਸਾਡੀ ਪੰਜਾਬੀ ਦੀਆਂ ਸਲੈਂਗਸ ਨੇ ਜਿਹੜਾ ਤੁਹਾਨੂੰ ਸਾਡੇ ਪੁਰਾਣੇ ਬੰਦੇ ਦੱਸ ਸਕਦੇ ਆ ਪੁਰਾਣੇ ਬਜ਼ੁਰਗਾਂ ਨੂੰ ਪਤਾ ਇਹਨਾਂ ਚੀਜ਼ਾਂ ਦਾ ਸੋ ਮੇਰਾ ਜਿਹੜੀ ਪਲਵਰੀ ਸ਼ਹਿ ਮੈਂ ਜਦ ਮੈਂ ਆਪਣੇ ਪਿੰਡ ਚ ਹਾਂ ਤਾਂ ਕਰਕੇ ਮੇਰੀ ਪੰਜਾਬੀ ਥੋੜੀ ਠੇਢ ਹੈ ਇਹ ਠੇਢ ਪੰਜਾਬੀ ਦੀ ਸਲੈਂਗ ਹੈ ਕਮਲ ਭਾਜੀ ਦਾ ਅਲਟੀਮੇਟ ਪੜਾਕਾ ਕੀ ਹੈਗਾ ਬਸ ਜਿੱਥੇ ਕਿਤੇ ਵੀ ਹੋ ਸਕਦਾ ਨਹੀਂ ਤੁਸੀਂ ਹੁਣ ਯੂ ਆਰ ਅ ਚੈਂਪੀਅਨ ਭਾਜੀ ਤੁਹਾਡੇ ਕੋਲ ਉਹ ਹਰ ਇੱਕ ਕਿਤਾਬ ਆ ਜੋ ਇੱਕ ਬੰਦਾ ਫਿਜ਼ੀਕ ਦੇ ਵਿੱਚ ਲੈਣਾ ਚਾਹੁੰਦਾ ਆ ਹਾਂਜੀ ਤੁਹਾਡੇ ਕੋ ਇੱਕ ਵੈਲ ਇਸਟੈਬਲਿਸ਼ਡ ਬਿਜ਼ਨਸ ਹੈਗਾ ਆ ਹਾਂਜੀ ਤੁਹਾਡੇ ਕੋਲ ਮਲਟੀਪਲ ਚੇਨਸ ਆਫ ਜਿੰਸ ਹੈਗੀਆਂ ਨੇ ਸਪਲੀਮੈਂਟ ਸਟੋਰ ਹੈਗੇ ਨੇ ਤੁਹਾਡੇ ਕੋਲ ਫੇਮ ਹੈਗੀ ਆ ਤੁਹਾਡੇ ਕੋਲ ਸਿਹਤ ਹੈਗੀ ਆ ਐਂ ਜਦੋਂ ਤੁਹਾਡੇ ਨਾਲ ਮੈਂ ਗੱਲਬਾਤ ਕਰਦਾ ਮੈਨੂੰ ਤੁਹਾਡੀ ਗੱਲਬਾਤ 'ਚ ਠਹਿਰਾਵ ਲੱਗਦਾ ਯਾਨੀ ਕਿ ਯੂ ਆ ਵਰਰੀ ਗੁੱਡ ਇਮੋਸ਼ਨਲ ਹੈਲਥ ਹੈਗੀ ਆ ਹਾਂਜੀ ਫਿਰ ਵੀ ਭਾਈ ਪੜਾਕੇ ਪਾਉਂਦੇ ਪਏ ਆ ਅਲਟੀਮੇਟ ੜਕਾ ਅਲਟੀਮੇਟ ਗੋਲ ਕੀ ਆ ਮੇਰਾ ਗੋਲ ਇਹੀ ਹੈ ਜਿੰਨਾ ਸਾਡਾ ਜੰਗ ਜੂਥ ਹੈ ਕਿਉਂਕਿ ਅਹੀਂ ਆਲਰੇਡੀ ਬਹੁਤ ਬਦਨਾਮ ਹੋ ਚੁੱਕੇ ਆ ਸਪੈਸ਼ਲੀ ਜੇ ਪੰਜਾਬ ਦੀ ਗੱਲ ਕਰੀਏ ਚਲੋ ਭਰਤ ਦੀ ਵੀ ਗੱਲ ਕਰੀਏ ਕਿ ਇੱਥੇ ਡਰਗ ਬਹੁਤ ਹੈ ਨਸ਼ਾ ਬਹੁਤ ਹੈ ਇਹ ਹੁਣ ਤੋਂ ਨਹੀਂ ਅਹੀਂ 15 16 ਸਾਲਾਂ ਤੋਂ ਸੁਣਦੇ ਆ ਰਹੇ ਆਂ ਜ਼ਿਆਦਾਤਰ ਜਦੋਂ ਤੋਂ ਆਹ ਸੰਥੈਟਿਕ ਨਸ਼ਾ ਆ ਗਿਆ ਮੇਰਾ ਮੋਟਿਵ ਇਹੀ ਹੈ ਕਿ ਜੰਗਜੂਥ ਨੂੰ ਜਾਂ ਜਿਹੜੇ ਸਾਡੇ ਵੀਰ ਆ ਸਾਡੀਆਂ ਭੈਣਾਂ ਚਾਹੇ ਛੋਟੇ ਆ ਵੱਡੇ ਆ ਉਹਨਾਂ ਨੂੰ ਮੋਟੀਵੇਟ ਕਰਨਾ ਸੋ ਕਹਿੰਦੇ ਹੁੰਦੇ ਆ ਜਿਹਨੇ ਆਪਣਾ ਘਰ ਸਾਂਭ ਲਿਆ ਸਭ ਕੁਝ ਸਾਂਭ ਲਿਆ ਏ ਤੁਸੀਂ ਵੀ ਹਿਸਾਬਲਾ ਲੈ ਜੇ ਕੱਲ ਨੂੰ ਤੁਸੀਂ ਕੋਈ ਵੀ ਕੰਮ ਕਰ ਕਰਦੇ ਹੋ ਕਰਨਾ ਕਿੱਥੋਂ ਕਰ ਤੋਂ ਸਟਾਰਟ ਕਰਨਾ ਨਾ ਜੇ ਘਰੇ ਤੁਹਾਡਾ ਬਰਬਾਦ ਹੋ ਗਿਆ ਤਾਂ ਕੰਮ ਕਰ ਕਿੱਥੋਂ ਕਰੋਗੇ ਸੋ ਇਹ ਜਿਹੜਾ ਜੰਨਾ ਵੀ ਜੰਗ ਜੂਥ ਹੈ ਇਹ ਮੇਰਾ ਇੱਕ ਪਰਿਵਾਰ ਹੈ ਸੋ ਮੇਰਾ ਮੇਨ ਮੋਟਿਵ ਇਹੀ ਹੈ ਕਿ ਉਹਨਾਂ ਵਿੱਚ ਇੱਕ ਇੰਨੀ ਕੁ એનર્ਜੀ ਭਰਨੀ ਹੈ ਇੰਨੀ ਕੁ ਮੋਟੀਵੇਸ਼ਨ ਭਰਨੀ ਹੈ ਜਿਹਦੇ ਨਾਲ ਜੇ ਕੋਈ ਵੀ ਡਿਪਰੈਸ਼ਨ ਦੇ ਵਿੱਚ ਹੈ ਕੋਈ ਵੀ ਥੋੜਾ ਬਹੁਤਾ ਆਪਣੇ ਟਰੈਕ ਤੋਂ ਹਿੱਲਿਆ ਉਹ ਆ ਕੇ ਦੁਬਾਰਾ ਆਪਣਾ ਜੋ ਵੀ ਹੈ ਕੰਮ ਕਰ ਸਟਾਰਟ ਕਰੇ ਆਪਣਾ ਕਿੰਨੇ ਸਾਲ ਧਿਆਨ ਦਵੇ ਆਪਣਾ ਦਿਮਾਗ ਤੰਦਰੁਸਤ ਕਰੇ ਕਿਉਂਕਿ ਸਿਆਣੇ ਕਹਿੰਦੇ ਆ ਸਾਡਾ ਕਿਉਂਕਿ ਮੇਨ ਸਾਡਾ ਮੇਨ ਕਿੱਤਾ ਲੋਹਾ ਬੋਟਣਾ ਠੀਕ ਹੈ ਜੀ ਸੋ ਸਿਆਣੇ ਕਹਿੰਦੇ ਆ ਜੇ ਚੰਗਾ ਸਰੀਰ ਹੈ ਤਾਂ ਚੰਗਾ ਦਿਮਾਗ ਹੈ ਚੰਗੇ ਸਰੀਰ ਦੇ ਵਿੱਚ ਚੰਗਾ ਦਿਮਾਗ ਆ ਹੁਣ ਚੰਗਾ ਸਰੀਰ ਘਰ ਬੈਠ ਕੇ ਤਾਂ ਨਹੀਂ ਬਣਦਾ ਉਹ ਕਿਤੇ ਨਾ ਕਿਤੇ ਬਾਹਰ ਹਿੱਲ ਜੋਲ ਮੁੜਕਾ ਕੱਢਣਾ ਪੈਣਾ ਫਿਰ ਚੰਗਾ ਸਰੀਰ ਬਣਦਾ ਸੋ ਮੇਰਾ ਮੇਨ ਮੋਟਿਵ ਇਹੀ ਹੈ ਪੜਾਕਾ ਇਹੀ ਹੈ ਕਿ ਆਪਣੇ ਯੰਗ ਯੋਧ ਨੂੰ ਤਾਂ ਤੱਕ ਲੱਗੇ ਜਾਣਾ ਬਾਹਰ ਮੈਂ ਜਦੋਂ ਉੱਤ ਲੀਡਰਸ ਨੂੰ ਸੁਣਦਾ ਆ ਜਿਹੜੇ politically ਬਹੁਤ ਸਟਰੋਂਗ ਅਗੇ ਨੇ ਹਾਂਜੀ ਉਹ ਅਕਸਰ ਇੱਕ ਫਿਟਨੈਸ ਇਨਫਲੂਐਂਸਰ ਨੇ ਇੱਕ ਸਵਾਲ ਪੁੱਛਦੇ ਆ ਕਿ ਜੇ ਤੁਹਾਨੂੰ ਪ੍ਰੇਫਰੈਂਸ ਦਿੱਤੀ ਜਾਵੇ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਵਿੱਚੋਂ ਤੁਸੀਂ ਪਹਿਲਾਂ ਕਿਹਨੂੰ ਚੂਜ਼ ਕਰੋਗੇ ਦੇਖੋ ਇਹ ਦੋਨੋਂ ਇੱਕ ਦੂਜੇ ਨਾਲ ਰਿਲੇਟਡ ਨੇ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਮੈਂ ਸਭ ਤੋਂ ਪਹਿਲਾਂ ਪ੍ਰੇਫਰੈਂਸ ਦਊਂਗਾ ਫਿਜ਼ੀਕਲ ਹੈਲਥ ਜੇ ਤੁਸੀਂ ਫਿਜ਼ੀਕਲ ਫਿੱਟ ਜੇ ਤਾਂ ਤੁਸੀਂ ਮੈਂਟਲੀ ਫਿੱਟ ਜੇ ਮੈਂ ਪਹਿਲਾਂ ਵੀ ਕਿਹਾ ਚੰਗੇ ਸਰੀਰ ਤੇ ਚੰਗਾ ਦਿਮਾਗਾਣਾ। ਦੈਟਸ ਵਾਈ ਐਸਕੋ। ਜੀ। ਸੋ ਫਿਜ਼ੀਕਲ ਫਿਟ ਹੋਣਾ ਸਾਡੇ ਲਈ ਜ਼ਰੂਰੀ ਹੈ। ਫਿਜ਼ੀਕਲ ਫਿਟ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਜਿਮ ਜਾ ਕੇ ਡੋਲੇ ਬਣਾ ਲੈ, ਪੱਟ ਬਣਾ ਲੈ। ਫਿਜ਼ੀਕਲ ਫਿਟ ਹੋਣ ਦਾ ਮਤਲਬ ਇਹ ਹੈ ਕਿ ਅੰਦਰੋਂ ਬਾਹਰੋਂ ਤੁਸੀਂ ਪ੍ਰੋਪਰ ਠੀਕ ਜੇ। ਤੁਹਾਡੀ ਸੋਚ ਠੀਕ ਜੇ, ਤੁਹਾਡੀ ਸੋਚ ਆਗਮ ਰਦੂ ਜੇ ਕਿ ਤੁਸੀਂ ਚੰਗਾ ਸੋਚਦੇ ਜੇ। ਸੋ ਮੈਂ ਪ੍ਰੇਫਰੈਂਸ ਫਿਜ਼ੀਕਲ ਫਿਟਨੈਸ ਨੂੰ ਦੂੰਗਾ ਮੈਂਟਲ ਫਿਟਨੈਸ ਆਟੋਮੈਟਿਕਲੀ ਆ ਜਾਏ ਮੇਰਾ ਲੰਦਾ ਭਾਜੀ ਕਿ ਜੇ ਤੁਸੀਂ ਆਪਣੀ ਫਿਜ਼ੀਕਲ ਫਿਟਨੈਸ ਦੇ ਵੱਲ ਧਿਆਨ ਦਿੰਦੇ ਹੋ ਤਾਂ ਤੁਹਾਨੂੰ ਮੈਂਟਲੀ ਆਟੋਮੈਟਿਕਲੀ ਸਟਰੋਂਗ ਹੋਣਾ ਹੀ ਪੈਣਾ ਹੈ ਹੋ ਜਾਂਦਾ ਹੈ ਕਿਉਂਕਿ ਜਦੋਂ ਤੁਸੀਂ ਫਿਜ਼ੀਕਲ ਫਿਟ ਜੇ ਤੁਹਾਡਾ ਕੌਨਫੀਡੈਂਸ ਲੈਵਲ 0 ਤੋਂ 100 ਤੱਕ ਜਾਂਦਾ ਹੈ ਜੀ ਜਿਹੜਾ ਬੰਦਾ ਫਿਜ਼ੀਕਲ ਫਿਟ ਨਹੀਂ ਉਹਦਾ ਕੌਨਫੀਡੈਂਸ ਲੈਵਲ ਲੋ ਹੀ ਰਹਿਣਾ ਸੋ ਜੇ ਆਪਾਂ ਆਪਣਾ ਐਕਸਰਸਾਈਜ਼ ਵਰਜਿਸ਼ ਵੱਲ ਖਿਆਲ ਰੱਖਦੇ ਹਾਂ ਉਹਦੇ ਇੱਕ ਫਾਇਦੇ ਨਹੀਂ ਉਹਦੇ ਲੱਖਾਂ ਫਾਇਦੇ ਨੇ ਸੋ ਮੈਂ ਉਹੀ ਗੱਲ ਕਹ ਇਹਦੇ ਵਿੱਚ ਬਹੁਤ ਚੀਜ਼ਾਂ ਨੇ ਜੇ ਤੁਹਾਡਾ ਕੰਫੀਡੈਂਸ ਲੈਵਲ ਅੱਪ ਹੈ ਤੁਸੀਂ ਘਰ ਪਰਿਵਾਰ ਤੇ ਠੀਕ ਜੇ ਤੁਸੀਂ ਕੰਮ ਕਰ ਤੇ ਠੀਕ ਜੇ ਸੋ ਇਹ ਜਿਹੜੀ ਤੁਹਾਡੀ ਫਿਜ਼ੀਕਲ ਫਿਟਨੈਸ ਹੈ ਇਹਦੇ ਤੇ ਸਾਰਾ ਦਰਮਦਰ ਖੜਾ ਜੇ ਕੱਲੋਂ ਥੋੜਾ ਇੰਜਨ ਡਾਊਨ ਹੋ ਗਿਆ ਤੁਸੀਂ ਬਹਿ ਗਏ ਕੱਲੋਂ ਹਸਪੀਟਲ ਨੂੰ ੱੱਕੇ ਗਾਣੇ ਆ ਉਹ ਤੋਂ ਇਲਾਵਾ ਕੋਈ ਹੋਰ ਚਾਰਾ ਹੈ ਨਹੀਂ ਸੋ ਫਿਜ਼ੀਕਲ ਫਟ ਹੋਣਾ ਅੱਜ ਦੀ ਜਿਹੜੇ ਸਭ ਤੋਂ ਇੱਕ ਮੇਨ ਗੱਲ ਭਾਜੀ ਜਿਹੜੇ ਲੋਕ ਇਮੇਜਿਨ ਕਰੋ ਕਿ ਜਿਮ ਹੀ ਨਹੀਂ ਗਏ ਅਜ ਤੱਕ ਜਾਂ ਕਿਸੇ ਤਰ੍ਹਾਂ ਦੀ ਉਹਨੇ ਵਰਜਿਸ਼ ਕੀਤੀ ਨਹੀਂ ਹੈ ਹਾਂ ਉਹਨਾਂ ਨੂੰ ਨਹੀਂ ਪਤਾ ਕਿ ਦਰਦ ਕੀ ਹੁੰਦਾ ਹਰ ਇੱਕ ਜਿਮਰ ਮੈਂ ਸੋਇਰੇ ਨਾਲ ਅਬਜ਼ਰਵ ਕਰਦਾ ਹਾਂ ਜਦੋਂ ਮੈਂ ਜਿਮ ਲਗਾ ਰਿਹਾ ਹੁੰਦਾ ਹਾਂ ਚਾਹੇ ਕਿ ਬੰਦਾ ਮਾੜੀ ਜਿਹੀ ਵੀ ਐਕਸਰਸ ਲਾਉਂਦਾ ਹੈ ਹਲਕੀ ਜਿਹੀ ਗਲਤ ਵੀ ਲਾਉਂਦਾ ਹੈ ਆਪਾਂ ਗੱਲ ਕਰਦੇ ਨਾ ਸਹੀ ਟੈਕਨੀਕ ਕੀ ਆ ਉਹ ਰੋਜ਼ ਪੇਨ ਨੂੰ ਆਪਣੇ ਬੋਡੀ ਨਾਲ ਹੰਡਾ ਰਿਹਾ ਆ ਰੋਜ਼ ਦਰਦ ਨਾਲ ਲੜਦਾ ਆ ਹਾਂ ਸੋ ਉਹ ਦਰਦ ਹੀ ਉਹਨੂੰ ਮੈਂਟਲੀ ਸਟਰੋਂਗ ਕਰਦਾ ਪਿਆ ਹਾਂ ਹਾਂਜੀ ਉਹਦੀ ਇੱਕ ਰੂਟੀਨ ਬਣੀ ਆ ਡਿਸਪਲਨ ਉਹ ਰੋਜ਼ ਆਉਂਦਾ ਆ ਸੋਇਰੇ ਜਿਮ ਦੇ ਵਿੱਚ weight ਕਰਦਾ ਆ ਉਹਦਾ ਰੋਜ਼ ਸ਼ਰੀਰ ਸਰੀਰ ਨੂੰ ਬਾਡੀ ਕਹਿੰਦੀ ਆ ਮੈਂ ਨਹੀਂ ਜਾਣਾ ਉਹ ਰੋਜ਼ ਉਹ ਨਾਲ ਲੜਦਾ ਆ ਮੈਂ ਜਦੋਂ ਤੁਹਾਨੂੰ ਸੁਣਦਾ ਆ ਇਹ ਤਾਂ ਹੋ ਗਿਆ ਭਾਈ ਫਿਜ਼ੀਕਲ ਐਸਪੈਕਟ ਇਹ ਹੋ ਗਿਆ ਮੈਂਟਲ ਐਸਪੈਕਟ ਇੱਕ ਐਸਪੈਕਟ ਮੈਂ ਤੁਹਾਡੀ ਜਦੋਂ ਤੁਸੀਂ ਕੈਨਕਾਸਟ ਦੇ ਵਿੱਚ ਪੋਡਕਾਸਟ ਕੀਤਾ ਉਹ ਚ ਤੁਸੀਂ ਦੱਸਿਆ ਮੈਨੂੰ ਇੱਕ ਕੈਰੇਕਟਰ ਬਾਰੇ ਉਹ ਹੁੰਦਾ ਹੈ ਇਮੋਸ਼ਨਲ ਹੈਲਥ ਤੋਂ ਜਦੋਂ ਤੁਸੀਂ ਦੱਸਿਆ ਕਿ ਤੁਹਾਨੂੰ ਇੱਕ ਬੰਦੇ ਨੇ ਆ ਕੇ ਪੁੱਛ ਕੀਤਾ ਤੁਹਾਡੇ ਨਾਲ ਵੀ ਤੁਹਾਡੀ ਬੇਟੀ ਬੈਠੀ ਸੀ ਉਹਦੇ ਨਾਲ ਉਹਦੀ ਬੇਟੀ ਬੈਠੀ ਸੀ ਜਨ ਯੂ ਵੈਰੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਉਹਨਾਂ ਨਾਲ ਗੱਲ ਕੀਤੀ ਉਹ ਲੜਨ ਵਾਸਤੇ ਆਇਆ ਤੁਸੀਂ ਉਹਨੂੰ ਸਹੀ ਤਰੀਕੇ ਨਾਲ ਡੀਲ ਕੀਤਾ ਐਂਡ ਉਹ ਤੁਹਾਡਾ ਪ੍ਰਾਈਮ ਕਲਾਇੰਟ ਬਣਿਆ ਤੁਹਾਨੂੰ ਹੋਰ ਵੀ ਦਿੱਤੇ ਹਾਂਜੀ ਉੱਥੇ ਬਾਈ ਫਿਜ਼ੀਕਲ ਹੈਲਥ ਮੈਂਟਰਲ ਹੈਲਥ ਤੋਂ ਉੱਟ ਕੇ ਇੱਕ ਸੋਸ਼ਲ ਹੈਲਥ ਐ ਕ इमोशनल ਹੈਲਥ ਠਹਿਰਾਵ ਜੂ ਮੈਂ ਤੁਹਾਡੀ ਗੱਲਬਾਤ ਚ ਬਹੁਤ ਜ਼ਿਆਦਾ ਦੇਖਦਾ ਹਾਂ ਹਾਂਜੀ ਉਹਦੇ ਪਿੱਛੇ ਦਾ ਸੋਸ ਕੀ ਹੈ ਉਹ ਤੁਸੀਂ ਕਿੱਦਾਂ ਆਪਣੀ ਲਾਈਫ ਚ ਲੈ ਕੇ ਆਏ ਇਹ ਜਿਹੜੀ ਚੀਜ਼ ਹੈ ਇਹ ਆਟੋਮੈਟਿਕਲੀ ਜਦੋਂ ਤੁਸੀਂ ਤੱਕੇ ਠੱਡੇ ਖਾ ਕੇ ਇੱਕ ਮੁਕਾਮ ਤੱਕ ਪਹੁੰਚਦੇ ਆਟੋਮੈਟਿਕਲੀ ਤੁਹਾਡੇ ਵਿੱਚ ਆ ਜਾਂਦਾ ਜਿੰਨੇ ਇਹ ਨੀਵੇਂ ਚੱਲਾਂਗੇ ਉਨੇ ਹੀ ਅਸੀਂ ਸੰਭਲੇ ਰਹਾਂਗੇ ਸੋ ਜਦੋਂ ਹਨੇਰੀ ਚਖੜ ਆਉਂਦਾ ਹੈ ਉਹ ਸਭ ਤੋਂ ਪਹਿਲਾਂ ਜਿਹੜੇ ਉੱਚੇ ਦਰਖਤ ਆ ਉਹਨਾਂ ਨੂੰ ਲੈ ਕੇ ਜਾਂਦਾ ਨੀਵੇਂ ਬਚ ਜਾਂਦੇ ਸੋ ਨੀਵੇਂ ਹੋ ਕੇ ਚੱਲਣਾ ਹੀ ਇੱਕ ਅ ਅੱਜ ਦੀ ਟਾਈਮ ਦੇ ਵਿੱਚ ਇੱਕ ਜਿਹੜਾ ਤੁਹਾਡਾ ਕਰੈਕਟਰ ਹੈ ਜਾਂ ਤੁਹਾਡਾ ਆਲਾਦਵਾਲਾ ਹੈ ਤੁਹਾਡੀ ਪੋਜ਼ਿਟਿਵਿਟੀ ਵਾਲਾਦਵਾਲਾ ਉਹਦਾ ਇੱਕ ਸਬੂਤ ਦਿੰਦਾ ਹੈ ਸੋ ਮੇਰਾ ਮੰਨਣਾ ਹੈ ਮੈਂ ਇਹ ਵੀ ਆਲਮੋਸਟ ਸਾਰਿਆਂ ਨੂੰ ਸੁਨੇਹਾ ਦੰਨਾ ਰਹਿਣਾ ਹੈ ਕਿ ਹਰ ਇੱਕ ਮਸਲੇ ਦਾ ਜਿਹੜਾ ਹੱਲ ਹੈ ਲੜਾਈ ਝਗੜਾਈ ਨਹੀਂ ਹੁੰਦੀ ਜਿਹੜੀ ਗੱਲ ਹੈ ਗੱਲ ਹੈ ਤਾਂ ਹੱਲ ਹੈ ਕੋਈ ਵੀ ਮਸਲਾ ਹੁੰਦਾ ਹੈ ਉਹਨੂੰ ਬੈਠ ਕੇ ਨਬੜੋ ਗੱਲਬਾਤ ਕਰੋ ਕਿਉਂਕਿ ਹਰ ਇੱਕ ਇਨਸਾਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਚੰਗਾ ਗੁਣ ਹੁੰਦਾ ਹੈ ਤੁਹਾਨੂੰ ਸੁਣੇਗਾ ਜ਼ਰੂਰ ਸੁਣੇਗਾ ਸੋ ਇਹਦਾ ਮਤਲਬ ਹੈ ਕੱਲ ਨੂੰ ਅੱਜ ਇਹ ਸਿੰਘ ਕਿਤੇ ਵਸਾਲਾ ਹੈ ਕੱਲ ਨੂੰ ਤੁਸੀਂ ਵਸਾਲਾ ਹੈ ਪਰਸੋਂ ਨੂੰ ਵੇਦਾ ਗਾਂ ਤੋਂ ਗਾਂ ਗਾਂ ਤੋਂ ਗਾਂ ਵੈਲੈਂਸ ਵਧਣਾ ਹੀ ਹੈ ਸੋ ਮੇਰਾ ਹੀ ਇੱਕ ਕਹਿਣਾ ਹੈ ਸਾਰਿਆਂ ਨੂੰ ਕਿ ਹਰ ਇੱਕ ਜਿਹੜਾ ਵੀ ਤੁਹਾਡੇ ਆੜਦ ਵਾਲੇ ਕੁਝ ਚੀਜ਼ਾਂ ਹੈਪਨ ਹੁੰਦੀਆਂ ਹੈ ਗੁੱਸਾ ਆਉਂਦਾ ਹੈ ਗੁੱਸਾ ਜਿਹੜਾ ਹੁੰਦਾ ਹੈ ਗੁੱਸਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੈ 10 ਸੈਕਿੰਡ ਦੇ ਵਿੱਚ ਤੁਸੀਂ ਕੁਝ ਨਾ ਕੁਝ ਕਰ ਜਾਂਦੇ ਜਿਹਦਾ ਪਛਤਾਵਾ ਜ਼ਿੰਦਗੀ ਭਰ ਰਹਿੰਦਾ ਸੋ 10 ਸੈਕਿੰਡ ਵਿੱਚ ਗੁਰੂਆਂ ਨੇ ਵੀ ਇਹ ਕੰਮ ਕਰੋ ਲੋਭ ਮੋਹ ਹੰਕਾਰ ਸੋ ਦੇ ਵਿੱਚ ਕ੍ਰੋਧ ਵੀ ਇੱਕ ਆਉਂਦਾ ਸੋ ਚੀਜ਼ਾਂ ਤੇ ਕੰਟਰੋਲ ਜੇ ਤੁਸੀਂ ਕਰ ਗਏ ਤੁਸੀਂ ਲਾਈਫ ਵਿੱਚ ਸਫਲ ਹੋ ਜੇ ਤੁਹਾਨੂੰ ਕ੍ਰੋਧ ਆਉਂਦਾ ਗੋੜਾ ਇੱਕ ਟਾਈਮ ਹੁੰਦਾ ਹੈ ਇੱਕ ਏਜ ਹੁੰਦੀ ਹੈ ਜਦੋਂ ਆਂਦਾ ਹੈ ਹੁਣਾਂੋਂ ਹਟ ਗਿਆ ਇਹ ਆਪਣੇ ਉਹਨਾਂ ਨੂੰ ਨਾ ਦੂਰ ਨਾ ਲੈ ਕੇ ਜਾਓ ਬਹੁਤ ਜ਼ਿਆਦਾ ਏਜ ਨੂੰ ਤੁਸੀਂਂ ਲੱਗਦਾ ਨਹੀਂ ਹੈ ਤਾਂ ਮੈਂ ਹੁਣ ਹਾਉਪਰੇ ਕਰਦੀਦਾ ਅੱਛਾ ਸੋ ਜਿੰਨੀਆਂ ਵੀ ਗੁੱਡ ਸ਼ਕਤੀਆਂ ਮੈਨੂੰ ਬੁੱਕ ਪੜ੍ਹਨ ਦਾ ਬੜਾ ਸ਼ੌਂਕ ਹੈ ਜੀ ਤੇ ਬੁਕਸ ਦੇ ਵਿੱਚ ਜੋ ਮੈਂ ਬਾਕੀ ਵੀ ਸਾਰਿਆਂ ਨੂੰ ਕਹਿੰਨਾ ਕਿ ਬੁਕਸ ਜ਼ਰੂਰ ਪੜਾਇਆ ਕਰੋ ਚਾਹੇ ਪੰਜਾਬੀ ਚ ਹੈ ਕਿਸੇ ਵੀ ਭਾਸ਼ਾ ਚ ਹੈ ਬੁਕਸ ਪੜ੍ਹਨ ਚ ਜੋ ਕੁਝ ਤੁਹਾਨੂੰ ਕਿਤਾਬਾਂ ਤੋਂ ਮਿਲਣਾ ਉਹ ਤੁਹਾਨੂੰ ਨਾ ਕਿਤੇ ਸੋਸ਼ਲ ਮੀਡੀਆ ਤੋਂ ਮੰਨਣਾ ਨਾ ਕਿਤੇ YouTube ਤੋਂ ਮੰਨਣਾ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕ ਤੁਹਾਡੀ ਸ਼ਖਸੀਅਤ ਦੇ ਵਿੱਚ ਠਾਹਰਾ ਲੈ ਕੇ ਆਉਣੀਆਂ ਆ ਉਹ ਬੁੱਕਸ ਵੀ ਹੋ ਗਈਆਂ ਤੇ ਹੋਰ ਤੁਹਾਡੇ ਆਲੇ ਦੋਲੇ ਜਿਹੜੇ ਸਿਆਣਾ ਬੰਦੇ ਆ ਉਹਨਾਂ ਨੂੰ ਜਰੂਰ ਸੁਣੋ ਗੱਲਬਾਤ ਕਰੋ ਕਿ ਗਾਂਹ ਜ਼ਿੰਦਗੀ ਦੇ ਵਿੱਚ ਆਪਾਂ ਕਿਵੇਂ ਬਚਣਾ ਕਿਵੇਂ ਜਾਣਾ ਕਿਉਂਕਿ ਜੇ ਸਾਡਾ ਕਰੈਕਟਰ ਹੈ ਸਾਡੇ ਕਰੈਕਟਰ ਨੂੰ ਜਦੋਂ ਇੱਕ ਤੁਸੀਂ ਲੈਵਲ ਤੇ ਪਹੁੰਚ ਜਾਂਦੇ ਹੋ ਉਸ ਕਰੈਕਟਰ ਨੂੰ ਜਿਹੜੀ ਯੰਗ ਜਨਰੇਸ਼ਨ ਆ ਫਾਲੋ ਕਰਦੀ ਆ ਸੋ ਬੈਟਰ ਹੈ ਕਿ ਤੁਹਾਡੀਆਂ ਚੰਗੀਆਂ ਚੀਜ਼ਾਂ ਹੀ ਫੋਲੋ ਕਰਨ ਤੇ ਕੋਈ ਇਹੋ ਜਿਹੀ ਚੀਜ਼ ਅੱਗੇ ਨਾ ਲੈ ਕੇ ਆਣ ਜਿਹੜੇ ਸਾਡੇ ਸੈਲੀਬ੍ਰਿਟੀ ਆ ਜਾਂ ਸਾਡੇ ਜੋ ਵੀ ਛੋਟੇ ਵੀਰ ਭੈਣਾਂ ਕਿ ਇਹੋ ਜਿਹੀ ਚੀਜ਼ਾਂ ਅੱਗੇ ਲੈ ਕੇ ਆਣ ਕਿ ਜਿਹੜੀ ਯੰਗ ਜਨਰੇਸ਼ਨ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲਣ ਕੋਸ਼ ਬੰਨੀਆਂ ਚੁਣੀਆਂ ਬੁੱਕਸ ਜਿਹੜੀਆਂ ਤੁਸੀਂ ਲੱਗੀਆਂ ਕਿ ਯਾਰ ਆ ਪੜ੍ਹ ਕੇ ਮੈਨੂੰ ਲਾਈਫ ਦੇ ਵਿੱਚ ਕਾਫੀ ਹੈਲਪ ਮਿਲੀ ਤਾਂ ਆਪਾਂ ਅੱਗੇ ਵੀ ਮੇਰੀਆਂ ਜ਼ਿਆਦਾ ਜਿਹੜੀਆਂ ਬੁੱਕਸ ਐ ਉਹ ਇੱਕ ਤਾਉਂਡ ਮੈਂ ਰਿਲੇਟਰ ਪੜ੍ਹਦਾ 40 ਦਿਨਾਂ ਵਾਲੀ ਉਹ ਬੜੀ ਵਧੀਆ ਬੁੱਕ ਐ ਅੱਛਾ ਹਾਂਜੀ ਉਹ ਤੇ ਜਿਹੜੀਆਂ ਅੰਗਰੇਜ਼ੀ ਦੇ ਵਿੱਚੇ ਜ਼ਿਆਦਾ ਆ ਉਹ ਬਿਜ਼ਨਸ ਨਾਲ ਰਿਲੇਟਡ ਆ ਜ਼ਿਆਦਾ ਹਾਂ ਤਾਂ ਹੀ ਭਾਈ ਇੰਨੇ ਜ਼ਿਆਦਾ ਉੱਡਣੇ ਕੁੰਦੇ ਆ ਆਪਣੇ ਰੌਬਰਟੀਓਸ ਆ ਕੀ ਬਿਜ਼ਨਸ ਸਕੂਲ ਇਹਨਾਂ ਦੀਆਂ ਬੁੱਕਸ ਹਾਂਜੀ ਹਾਂਜੀ ਭਾਈ ਮੈਂ ਬਹੁਤ ਜ਼ਿਆਦਾ ਲੋਕਾਂ ਨੂੰ ਮਿਲਿਆ ਬਾਡੀ ਬਿਲਡਰਸ ਨੂੰ ਮਿਲਿਆ ਫਿਟਨੈਸ ਇਨਫਲੂਐਂਸਰਸ ਨੂੰ ਮਿਲਿਆ ਤੁਸੀਂ ਦੋ ਚੀਜ਼ਾਂ ਨੂੰ ਨਾਲ ਲੈ ਕੇ ਚੱਲਦੇ ਪਿਓ ਤੁਸੀਂ ਖੁਸ਼ ਹੋ ਤੁਸੀਂ ਰੀਜ਼ ਹੋ ਇਹ ਵੱਡਾ ਬੋਲਦਾ ਹੈ ਦੋਨੋਂ ਕੋਰਿਲੇਟ ਕਰਨੀ ਹੈ ਬਹੁਤ ਔਖੀ ਹੈ ਨੇ ਹਾਂਜੀ ਅੱਜ ਕੱਲ ਇੱਕ ਟ੍ਰੈਂਡ ਵੀ ਚੱਲਦਾ ਪਿਆ ਹੈ ਇੰਡੀਆ ਦੇ ਵਿੱਚ ਬਾਡੀ ਬਿਲਡਿੰਗ ਨੂੰ ਸਪੈਸੀਫਿਕਲੀ ਲੈ ਕੇ ਕਿ ਬਾਡੀ ਬਿਲਡਿੰਗ ਇਟਸ ਨਾਟ ਅ ਪ੍ਰੋਫਿਟੇਬਲ ਪ੍ਰੋਫੈਸ਼ਨ ਇਹ ਇੱਕ ਪੈਸਾ ਬਣਾਉਣ ਵਾਲਾ ਸਾਧਨ ਨਹੀਂ ਹੈਗਾ ਹਾਂਜੀ ਜਦੋਂ ਮੈਂ ਕਮਲ ਭਾਈ ਨੂੰ ਦੇਖਦਾ ਹਾਂ ਉੱਥੇ ਦਾ ਪੈਸਾ ਪਿੱਛੇ ਆਪਣੇ ਆਪ ਆ ਰਿਹਾ ਹੈ ਇੱਕ ਸਿਸਟਮ ਸੈੱਟ ਕੀਤਾ ਗਿਆ ਹੈ ਜਿਹਨੂੰ ਆਪਾਂ ਕਹ ਦਿੰਦੇ ਹੈਗੇ ਆ ਪੈਸਿਵ ਇਨਕਮ ਹਾਂਜੀ ਜੋ ਜਦੋਂ ਮੈਂ ਪਹਿਲੀ ਵਾਰੀ ਉਹਦੀ ਬੁੱਕਸ ਪੜ੍ਹੀਆਂ ਸੀਗੀਆਂ ਬਿਜ਼ਨਸ ਸਕੂਲ ਰਿਚਡਰਡ ਪੋਰਡ ਐਂਡ ਪੈਸਿਵ ਇਨਕਮ ਪੈਸਿਵ ਇਨ ਤੋਂ ਇਹ ਸੁੱਤੇ ਹੋ ਪੈਸਾ ਆਉਂਦਾ ਪਿਆ ਤੁਸੀਂ ਤੁਸੀਂ ਇੱਕ ਇੱਕ ਜਗ੍ਹਾ ਸਟਾਰਟ ਕਰ ਦੇਣਾ ਹੈ ਖਤਮ ਤੁਸੀਂ ਕੰਟਰੋਲ ਹੀ ਨਹੀਂ ਕਰ ਪਾਉਣਾ ਆਪਣੇ ਆਪ ਚੱਲੀ ਜਾਣਾ ਹੈ ਐਂ ਮੈਂ ਤੁਹਾਨੂੰ ਉਹ ਸਪੀਕ ਤੇ ਦੇਖਦਾ ਹਾਂ ਤੇ ਉਹ ਚੀਜ਼ ਅੱਗੇ ਵਧਦੀ ਪਈ ਹੈ ਹਾਂਜੀ ਏ ਹੁਣ ਦੱਸੋ ਕਿ ਇੱਕ ਪਾਸੇ ਇੱਕ ਬੋਡੀ ਬਿਲਡਰ ਕਹਿ ਰਿਹਾ ਕਿ ਯਾਰ ਇੱਥੇ ਹੈ ਹੀ ਕੁਝ ਨਹੀਂ ਆ ਇੱਕ ਪਾਸੇ ਭਾਈ ਦੀ ਪੈਸਿਵ ਇਨਕਮ ਇੰਨੀ ਜ਼ਿਆਦਾ ਸਟਰੋਂਗ ਹੁੰਦੀ ਪਈ ਆ ਕਿ ਉਹਨਾਂ ਨੂੰ ਦੇਖਣ ਦੀ ਲੋੜ ਨਹੀਂ ਪੈਂਦੀ ਵੀ ਕਿੱਥੇ ਗੈਪ ਰਹਿ ਗਿਆ ਗੈਪ ਕੀ ਹੈ ਛੋਨੂ ਥੋੜਾ ਕੋਈ ਵੀ ਖੇਡ ਖੇਤਰ ਹੈ ਖੇਡ ਖੇਤਰ ਨਾਲ ਨਾਲ ਥੋੜਾ ਸਮਾਰਟ ਹੋਣਾ ਬਹੁਤ ਜ਼ਰੂਰੀ ਹੈ ਦਿਮਾਗ ਜਿਹੜਾ ਰੱਬ ਨੇ ਦਿੱਤਾ ਉਹਨੂੰ ਵਰਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਕਸੈਸ ਸਕਸੈਸ ਇਹ ਨਹੀਂ ਹੁੰਦੀ ਕਿ ਤੁਸੀਂ ਗੱਲ ਇੱਕ ਮੈਡਲ ਲੈ ਲਿਆ ਹੁਣ ਤੁਸੀਂ ਇੱਥੇ ਦੇਖਿਆ ਕਈ 골ਡ ਮੈਡਲਿਸਟ ਆ ਆਪਣੇ ਰੋਲ ਦੇ ਫਿਰਦੇ ਆ ਠੀਕ ਹੈ ਕੋਈ ਵੀ ਕੰਟਰੀ ਆ ਮੈਂ ਬਹੁਤ ਦੇਖੇ ਮੈਂ ਕੋਈ ਬਹੁਤ ਵੱਡਾ ਬੋਡੀ ਬਿਲਡਰ ਨਹੀਂ ਹਾਂ ਬਿਲਕੁਲ ਨਾਰਮਲ ਬੋਡੀ ਬਿਲਡਰ ਹਾਂ ਤੇ ਪਰ ਮੇਰੇ ਤੋਂ ਬਹੁਤ ਤਗੜੇ ਤਗੜੇ ਬੋਡੀ ਬਿਲਡਰ ਆਸਟ੍ਰੇਲੀਆ 'ਚ ਮੈਂ ਖੁਦ ਦੇਖਿਆ ਹਰੇ ਵੀ ਫੈਕਟਰੀਆਂ 'ਚ ਕੰਮ ਕਰਦੇ ਪਏ ਕਿਉਂਕਿ ਦਿਮਾਗ ਯੂਜ਼ ਨਹੀਂ ਕਰਦੇ ਹੁਣ ਇੱਕੋ ਹੀ ਚੀਜ਼ ਦੇ ਪਿੱਛੇ ਤੁਸੀਂ ਪਾਗਲ ਹੋਣਾ ਉਹ ਵੀ ਗਲਤ ਗੱਲ ਹੈ ਠੀਕ ਹੈ ਜੀ ਉਹ ਤੁਹਾਡਾ ਮਕਾਮ ਨਹੀਂ ਹੈ ਉਹਦੇ ਨਾਲ-ਨਾਲ ਤੁਸੀਂ ਆਪਣੇ ਆਪ ਨੂੰ ਡਿਵੈਲਪ ਕਿਵੇਂ ਕਰਨਾ ਹੈ ਕਿ ਉਹ ਜਿਹੜੀ ਚੀਜ਼ ਜਿਹੜਾ ਮਕਾਮ ਤੁਹਾਡੇ ਕੋਲ ਅੱਜ ਹੈ ਉਹ ਕੱਲ ਨਹੀਂ ਰਹਿਣਾ ਠੀਕ ਹੈ ਜੀ ਜਿਹੜੀ ਚੜ੍ਹਾਈ ਅੱਜ ਹੈ ਕਿਸੇ ਦੀ ਉਹ ਕੱਲ ਨਹੀਂ ਰਹਿਣੀ ਉਹ ਜਿਹੜਾ ਚੜ੍ਹਾਈ ਦੇ ਵਿੱਚ ਵਿੱਚ ਤੁਸੀਂ ਕਾ ਵੀ ਹੁਣ ਆਰਨੋਲਡ ਸਵੌਂਸ ਨੇ ਜਿਹੜਾ ਬੀ ਸਭ ਮਨ ਆਫ ਦਾ ਬੈਸਟ ਜਿਹੜਾ ਉਹ ਕਰੈਕਟਰ ਹੈ ਉਹਨੇ ਸਪੋਰਟਸ ਤੋਂ ਬਾਅਦ ਹਰ ਪਾਸੇ ਉਹਨੇ ਤਰੱਕੀ ਕੀਤੀ ਠੀਕ ਹੈ ਉਹ ਦਿਮਾਗ ਯੂਜ਼ ਕੀਤਾ ਉਹਨੇ ਹੁਣ ਕਾ ਵੀ ਬੋਡੀ ਬਿਲਡਰ ਹੈ ਉਹ ਬਿਲਕੁਲ ਹੀ ਹਿੱਲੇ ਪਏ ਉਹਨਾਂ ਦੀਆਂ ਬਾਡੀਆਂ ਵੀ ਖਤਮ ਹੋ ਗਈਆਂ ਸਭ ਕੁਝ ਖਤਮ ਹੋ ਗਿਆ ਹੁਣ ਉਹਨਾਂ ਨੂੰ ਕੋਈ ਪੁੱਛਦਾ ਨਹੀਂਗਾ ਸੋ ਗੱਲ ਉਹੀ ਹੈ ਕਿ ਜਦੋਂ ਤੁਸੀਂ ਬੀਖਤੇ ਜੇ ਉਹਨੂੰ ਕੈਸ਼ ਕਰਨਾ ਉਹਨੂੰ ਹੈਂਡਲ ਕਰਨਾ ਉੱਥੇ ਦਿਮਾਗ ਲਾਣਾ ਬਹੁਤ ਜ਼ਰੂਰੀ ਹੈ ਆਪਣੇ ਪੈਸ਼ਨ ਨੂੰ ਪ੍ਰੋਫੈਸ਼ਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਬੋਡੀ ਬਿਲਡਿੰਗ ਮੈਂ ਮੰਨਦਾ ਕਿਉਂਕਿ ਬੋਡੀ ਬਿਲਡਿੰਗ ਕੋਈ ਗੇਮ ਨਹੀਂ ਹੈ ਬੋਡੀ ਬਿਲਡਿੰਗ ਇਜ਼ ਅ ਲਾਈਫਸਟਾਈਲ ਇਹ ਥੋੜਾ ਲਾਈਫਸਟਾਈਲ ਹੈ ਇਹ ਤੁਸੀਂ ਆਪਣਾ ਪ੍ਰੋਡਕਸ਼ਨ ਕਰਦੇ ਆਂ ਸਟੇਜ ਤੇ ਇਹ ਕੋਈ ਗੇਮ ਨਹੀਂ ਹੈ ਕਿਸੇ 올림픽 ਗੇਮ ਦੇ ਵਿੱਚ ਰਿਕਾਰਡ ਨਹੀਂ ਹੈ ਇਹ ਪ੍ਰਾਈਵੇਟ ਫੈਡਰੇਸ਼ਨਾਂ ਸਾਡੀਆਂ ਬਣੀਆਂ ਹੋਈਆਂ ਤੇ ਉਹਦੇ ਵਿੱਚ ਅਸੀਂ ਜਾ ਕੇ ਕੰਪੀਟ ਕਰਦੇ ਆਂ ਉਹਦੇ ਵਿੱਚ ਦੇਖੋ ਬਾਕੀ ਕਹਿਣ ਦੀਆਂ ਗੱਲਾਂ ਕਿ ਜੀ ਅ ਇਨਾਮ ਤਾਂ ਪਲਾਇਕ ਰੁਪਏ ਦਾ ਵੀ ਹੋਵੇ ਉਹ ਵੀ ਬਹੁਤ ਹੁੰਦਾ ਮੈਂ ਖੁਦ ਕਹਿੰਦਾ ਹਜੇ ਤੱਕ ਮੈਨੂੰ ਮੈਂ ਵਰਲਡ ਵੀ ਗਏ ਆਂ ਵਰਲਡ ਜਿੱਤ ਵੀ ਆਇਆ ਮੈਨੂੰ ਹਜੇ ਤੱਕ ਮੈਕਸਿਮਮ ਜਿਹੜਾ ਪ੍ਰਾਈਜ਼ ਮਿਲਿਆ ਸਟੇਜ ਤੇ 200 ਡਾਲਰ ਮਿਲਿਆ ਮੈਕਸਿਮਮ ਪਰ ਮੈਂ ਉਸੇ ਹੀ ਆਪਣੀ ਗੇਨ ਨੂੰ ਪਰ ਮੈਨੂੰ ਦਿੱਤਾ ਵੀ ਸਾਰਾ ਕੁਝ ਬੋਡੀ ਬਿਲਡਿੰਗ ਨੇ ਕੈਸ਼ ਕਰਨਾ ਹੁੰਦਾ ਹਾਂ ਮੈਂ ਉਸੇ ਚੀਜ਼ ਨੂੰ ਗਾਂ ਦੇ ਉਹਦਾ ਆਪਣੇ ਆਪ ਨੂੰ ਬਿਜ਼ਨਸ ਕਿਵੇਂ ਕਨਵਰਟ ਕਰਨਾ ਉਹ ਕੀਤਾ ਟਾਈਮ ਦੇ ਹਿਸਾਬ ਨਾਲ ਚਾਹੇ ਮੈਂ ਔਖਿਆ ਕੀਤਾ ਸੌਖਿਆ ਕੀਤਾ ਮੈਂ 3500 ਡਾਲਰ ਦਾ ਬਿਜ਼ਨਸ ਸਟਾਰਟ ਕਰਿਆ ਸੀ ਆਸਟ੍ਰੇਲੀਆ ਦੇ ਵਿੱਚ 3500 ਠੀਕ ਹੈ ਜੀ ਹੁਣ ਜੋ ਵੀ ਚੱਲਦਾ ਆਂਦਾ ਉਹ 3500 ਤੋਂ ਜਾਂ ਗੱਲ ਇਹ ਵੀ ਨਹੀਂ ਹੁੰਦੀ ਹੁਣ ਆਪਣੇ ਬੰਦੇ ਸੋਤੇ ਯਾਰ ਮੇਰੇ ਕੋ ਪੈਸਾ ਨਹੀਂ ਮਰ ਗਿਆ ਲੁੱਟ ਗਿਆ ਸੀ ਕੀ ਕਰਨਾ ਕੀ ਕਰਨਾ ਤੁਸੀਂ ਛੋਟੇ ਪੱਧਰ ਤੋਂ ਵੀ ਸਟਾਰਟ ਕਰਦੇ ਹੋ ਹੁਣ ਦੀ ਡੇਢ ਤਾਂ ਸੋਸ਼ਲ ਮੀਡੀਆ ਇੰਨਾ ਸਟਰੋਂਗ ਹੈ ਤੁਹਾਡੇ ਚ ਛੋਟੀ ਮੋਟੀ ਵੀ ਕ੍ਰੀਏਟੀਵਿਟੀ ਹੈਗੀ ਯਾ ਦਿਮਾਗ ਵਧੀਆ ਕੰਮ ਕਰਦਾ ਤੁਸੀਂ ਕਿਤੇ ਤੋਂ ਕਿਤੇ ਪਹੁੰਚ ਸਕਦੇ ਆ ਅੱਜ ਦੀ ਡੇਢ ਚ ਸੋਸ਼ਲ ਮੀਡੀਆ ਬਹੁਤ ਇੱਕ ਵੱਡੀ ਪਾਵਰ ਹੈ ਤੁਹਾਡੇ ਲਈ ਜੇ ਉਹਨੂੰ ਚੰਗੇ ਪਾਸੇ ਯੂਜ਼ ਕਰਦੇ ਹੁਣ ਮਾਰੇ ਪਾਸੇ ਯੂਜ਼ ਕਰਨੇ ਆ ਲੋਕਾਂ ਨੂੰ ਮਾਪਿਆਂ ਦੀ ਗਾਲਾਂ ਕੱਢਣੀਆਂ ਉਹ ਤੁਸੀਂ ਵੇਸਟ ਕਰੋ ਆਪਣਾ ਟਾਈਮ ਇੱਕ ਗੱਲ ਹੋਰ ਅੰਜ ਤੱਕ ਮੈਂ ਕਦੇ ਆਪਣਾ ਟਾਈਮ ਵੇਸਟ ਨਹੀਂ ਕੀਤਾ ਕਿਸੇ ਦੀ ਨਿੰਦਿਆ ਚੁਗਲੀ ਕਰਨ ਦੇ ਵਿੱਚ ਕਿਸੇ ਬਾਰੇ ਗੱਲ ਕਰਨ ਦੇ ਇਹ ਰਿਕਾਰਡ ਆ ਮੇਰਾ ਤੁਸੀਂ ਕਿਸੇ ਨੂੰ ਪੁੱਛ ਲਿਓ ਚਾਹੇ ਕੋਸਟ੍ਰੇਲੀਆ ਤੋਂ ਆਇਆ ਜਾਂ ਇੱਥੋਂ ਆਇਆ ਜਾਂ ਸ਼ੁਰੂ ਤੋਂ ਦੇਖ ਲਿਓ ਜੇ ਕੋਈ ਮੇਨਾਂ ਕਹੇ ਦੀ ਚੁਗਲੀ ਨਿੰਦਿਆ ਕਰਦਾ ਮੈਂ ਕਹਿੰਦਾ ਵੀ ਯਾਰ ਆਪਣੇ ਬਾਰੇ ਗੱਲ ਕਰ ਕਿਸੇ ਦੇ ਬਾਰੇ ਗੱਲ ਨਾ ਕਰੋ ਸੋ ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੁੰਦਾ ਜਦੋਂ ਤੁਸੀਂ ਇਹ ਨਾ ਚੱਕਰਾਂ 'ਚ ਫਸ ਜਾਂਦੇ ਜੇ ਉਹ ਦੂਜੀ ਵੀ ਪਿੱਛੇ ਚਲ ਜਾਂਦੇ ਹੁਣ ਤੁਸੀਂ ਆਪ ਦੇਖੋ ਜਿਹੜਾ ਬੰਦਾ ਇੱਕ ਕੰਮ ਕਾਲ 'ਚ ਰੁਝੇ ਮਿਆਂ 'ਚ ਐਨਾ ਕੁ ਬਿਜ਼ੀ ਐਨਾ ਕੁ ਉਹਦੇ ਕੋਲ ਕਿੱਥੇ ਟਾਈਮ ਆ ਕਿਸੇ ਦੀਆਂ ਫੇਸਬੁਕਾਂ ਗਲਤ ਆਈਡੀਆਂ ਫੇਕ ਆਈਡੀਆਂ ਬਣਾ ਕੇ ਕਿਤੇ ਕਮੈਂਟ ਵਾਲੀ ਕਰਨੀ ਜਾਂ ਕੁਝ ਕਰਨਾ ਉਹਦਾ ਆਪਣੇ ਆਪ ਤੇ ਕਨਸਟੈਂਟ ਹੀ ਹੁੰਦਾ ਸਾਨੂੰ ਇਹ ਬਹੁਤ ਚੀਜ਼ਾਂ ਨੇ ਜਿਹੜੀਆਂ ਮੈਟਰ ਕਰਦੀਆਂ ਪਰ ਮੈਂ ਉਹੀ ਕਹਿੰਦਾ ਜਿਹੜੇ ਵੀ ਸਾਡੇ ਮਿੱਤਰ ਸੱਜਣ ਕੋਈ ਵੀ ਗੇਮ ਕਰਦੇ ਜੇ ਦਿਮਾਗ ਜ਼ਰੂਰ ਯੂਜ਼ ਕਰੋ ਕਿਉਂਕਿ ਜਿਹੜਾ ਪੀਕ ਆ ਟਾਈਮ ਹੁੰਦਾ ਨਾ 8-10 ਸਾਲ ਹੀ ਹੁੰਦਾ ਉਹਦੇ ਵਿੱਚ ਜੋ ਕਰ ਗਿਆ ਕਰ ਗਿਆ ਹੁਣ ਵਿਰਾਟ ਕੋਹਲੀ ਆ ਉਹ ক্রিকেট ਖੇਡਦਾ ਬੜਾ ਪੈਸਾ ਵਧੀਆ ਆਂਦਾ ਪਰ ਉਹਦੇ ਨਾਲ ਨਾਲ ਕਿੰਨੇ ਬਿਜ਼ਨਸ ਸਟਾਰਟ ਕਰ ਲਿਆ ਆਪਣੇ ਬ੍ਰਾਂਡ ਸ਼ੁਰੂ ਕੀਤੇ ਹੋਏ ਆ ਦੇਸ ਇਜ਼ ਨਾਥਿੰਗ ਯਾ ਸੋ ਇਹ ਚੀਜ਼ ਬਹੁਤ ਮੈਟਰ ਹੁੰਦੀ ਆ ਉਹ ਬੰਦੇ ਦੀ ਫਿਰ ਉਹ ਚੜਾਈ ਲੈਂਦੀ ਦੁਨੀਆ ਤੱਕ ਰਹੂਗੀ ਠੀਕ ਆ ਹਾਂ ਬਾਕੀ ਜਿਹੜਾ ਆਪਣਾ ਬੰਦੇ ਕ੍ਰੇਜ਼ੀ ਹੋ ਜਾਂਦੇ ਆ ਦੇਖੋ ਕਹਿੰਦੇ ਉਹਨੂੰ ਆਪਾਂ ਕੱਟੜਤਾ ਕਹਿੰਦੇ ਇੱਕ ਤਰ੍ਹਾਂ ਦੀ ਕੱਟੜਤਾ ਉਹ ਕਿਸੇ ਵੀ ਚੀਜ਼ ਦੀ ਹੁੰਦੀ ਜਿਹੜੀ ਮਾੜੀ ਹੁੰਦੀ ਆ ਮੈਂ ਪੰਜਾਬੀ ਭਾਸ਼ਾ 'ਚ ਕੱਟੜਤਾ ਪੈਸ਼ਨ ਵੀ ਕਹਿੰਦੇ ਆ ਕ੍ਰੇਜ਼ੀਨੈਸ ਵੀ ਕਹਿੰਦੇ ਨੇ ਕੁਝ ਵੀ ਆਪਾਂ ਮਤਲਬ ਕਿਸੇ ਵੀ ਚੀਜ਼ ਮਗਰ ਪਾਗਲ ਹੋ ਗਏ ਮੈਂ ਮਿਸਟਰ ਪੰਜਮਾ ਬੋਡੀ ਬਿਲਡਿੰਗ ਕਰੀ ਜਣੀ ਮਾਂ ਕਹਿੰਨੋ ਕਿੰਨਾ ਚਿਰ ਕਰ ਲੂੰਗਾ ਹੋਰ ਟਾਈਟਲ ਲੈਣਾ ਹੈ ਮੈਂ ਹਾਰ ਗਿਆ ਆ ਵੋਂਟ ਕੁਇਟ ਆ ਵੋਂਟ ਕੁਇਟ ਉਹਦੇ ਵਿੱਚ ਕੀ ਹੁੰਦਾ ਥੋੜਾ ਸਾਰਾ ਹੀ ਕਨਸੈਂਟਰੇਸ਼ਨ ਉੱਥੇ ਆ ਜਾਂਦੀ ਹੈ ਤੁਸੀਂ ਆਪਣੇ ਫਿਊਚਰ ਬਾਰੇ ਨਹੀਂ ਸੋਚਦੇ ਤੁਹਾਨੂੰ ਲੱਗਦਾ ਕਿ ਬਸ ਮੈਂ ਮੈਡਲ ਲੈਣਾ ਹੈ ਉਹੀ ਮੇਲੇ ਸਭ ਉਹੀ ਮੇਰੀ ਜਿੱਤ ਆ ਹਾਂ ਉਹ ਕੋਈ ਮਾੜੀ ਗੱਲ ਨਹੀਂ ਮੈਡਲ ਸਾਰੇ ਹੀ ਲੈਂਦੇ ਆ ਜਾਣੇ ਵੀ ਚਾਹੀਦੇ ਆ ਮਿਹਨਤ ਹੈ ਮਿਹਨਤ ਨੂੰ ਫਲ ਵੀ ਲੱਗਣਾ ਚਾਹੀਦਾ ਉਹ ਤੁਸੀਂ ਦਿਮਾਗ ਵੀ ਨਾਲ ਯੂਜ਼ ਕਰਨਾ ਸੋ ਕਿਉਂਕਿ ਮੈਂ ਉਹੀ ਬਾਰ ਬਾਰ ਕਹਿੰਦਾ ਕਿ ਪੀਕ ਜਿਆਦਾ ਟਾਈਮ ਨਹੀਂ ਰਹਿੰਦੀ ਉਹਨੂੰ ਜਿੰਨਾ ਚੇਤੀ ਤੁਸੀਂ ਕੈਸ਼ ਕਰ ਲਓ ਉਹਨਾਂ ਵਧੀਆ ਉਹ ਗੱਲ ਹੈ ਕਿ ਖੂ ਉਦੋ ਪਟੋ ਜਦੋਂ ਪਿਆਸ ਨਹੀਂ ਲੱਗੀ ਕਿਉਂਕਿ ਜਦੋਂ ਉਹਨੂੰ ਪਿਆਸ ਲੱਗੀ ਆ ਤੁਹਾਡੇ ਜਿੰਨੀ ਤਾਕਤ ਨਹੀਂ ਹੁੰਦੀ ਕਿ ਤੁਸੀਂ ਖੂ ਪਟ ਸਕੋ ਬਿਲਕੁਲ ਤੁਹਾਨੂੰ ਜੇ ਪ੍ਰਮਾਤਮਾ ਨੇ ਤੁਹਾਡੇ ਕੋਲ ਜੈਨੇਟਿਕਸ ਦਿੱਤੇ ਆ ਜੇ ਤੁਹਾਡੇ ਕੋਲ ਕੋਈ ਕਿਸੇ ਵੀ ਤਰ੍ਹਾਂ ਦੇ ਨਾਲ ਤੁਹਾਡੇ ਤੁਸੀਂ ਆਕਰਸ਼ਣ ਦਾ ਇੱਕ ਸਾਧਨ ਬਣੇ ਹੋਏ ਹੋ ਉਸ ਨੂੰ ਕੈਸ਼ ਕਰੋ ਇਹਨਾਂ ਪੋਜ਼ਿਟਿਵ ਦੇ ਬੇਕੋ ਹਣੀ ਮਨਣਾ ਆਪਾ ਆਪਣੇ ਆਪ ਨੂੰ ਬਿਲਡ ਅਪ ਕਰਨਾ ਹੈਗਾ ਬਿਲਕੁਲ 35 ڈالر ਤੋਂ ਸ਼ੁਰੂ ਆਇਆ ਭਾਜੀ ਅੱਜ ਕਿੱਧਰ ਨੂੰ ਜਾ ਰਿਹਾ ਹੈ ਕੋਈ ਨਹੀਂ ਪਤਾ ਪੂਸਾ ਆਉਂਦਾ ਪੂਸਾ ਆਉਂਦੀ ਨੀ ਉਹ ਕਿੰਨੇ ਜਸਟ ਗਾਈਡ ਮੀ ਭਾਈਏ ਕਿ ਤੁਹਾਡਾ ਕਿੰਨਾ ਆਊਟਲੈਟ ਆ ਗਿਆ ਕੀ ਤੁਹਾਡੀ ਅੱਜ ਬਿਜ਼ਨਸ ਦੀ ਸਟਰੰਥ ਹੈਗੀ ਆ ਇਹਦਾ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਮੈਂ ਬਿਜ਼ਨਸ ਕਦੇ ਬਿਜ਼ਨਸ ਸੋਚ ਕੇ ਕਰਿਆ ਨਹੀਂ ਇੱਕ ਪਿਆਰ ਸਿਗਾ ਗੇਮ ਦੇ ਨਾਲ ਇੱਕ ਇਹੀ ਸਿਗਾ ਵੀ ਮੈਂ ਜੇ ਅੱਜ ਇੱਕ ਬੰਦੇ ਨੂੰ ਸੈੱਟ ਕਰਤਾ ਮੇਰੀ ਰੂਹ ਖੁਸ਼ ਹੋ ਜੂਗੀ ਦੂਜੇ ਬੰਦੇ ਨੂੰ ਸੈਟ ਕਰਤਾ ਮੇਰੇ ਰੂਹ ਕੋਸ਼ ਉਹ ਚਾਰ ਬੰਦੇ ਨੂੰ ਹੋਰ ਦੱਸੂਗਾ ਤੁਸੀਂ ਯਕੀਨ ਮੰਨੋ ਮੈਂ ਵੈਬਸਾਈਟ ਆ 6 ਮਹੀਨੇ ਪਹਿਲਾਂ ਬਣਾਈ ਆ ਆਪਣੇ ਬਿਜ਼ਨਸ ਦੀ ਐਡੀ ਹੁੰਦਾ ਵੀ ਅੱਜ ਤੱਕ ਵੈਬਸਾਈਟ ਨਹੀਂ ਬਣਾਈ ਇੱਕ ਨਾਰਮਲ ਦੇਸੀ ਤੌਰ ਤੇ ਤੁਰਿਆ 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 ਕਿਉਂਕਿ ਹੁਣ ਸਾਡੀਆਂ ਫਰੈਂਚਾਈਜ਼ ਬਹੁਤ ਨਿਕਣ ਲੱਗ ਗਈਆਂ ਹੁਣ ਮੇਰੀ ਮੈਨੇਜਰ ਕਹਿੰਦੀ ਹੈਵ ਟੂ డు ਮੈਂ ਦੇ ਲੋ ਯਾ ਤੁਰਿਆ ਨਾਲ ਉਹ ਲੌਜਿਸਟਿਕਸ ਚ ਨਹੀਂ ਜਾਂਦਾ ਉਹ ਕਿਹੜੀ ਕਿਹੜੀ ਹਾਂਜੀ 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 ਹੁਣ ਤੁਸੀਂ ਇਹ ਹਿਸਾਬ ਲਾ ਲਓ ਆਹੀਂ ਆਸਟ੍ਰੇਲੀਆ ਦੇ ਵਿੱਚ ਜਲਦ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਜਿੰਮ ਖੋਲ ਰਿਹਾ ਹਾਂ ਕੋਈ ਇੱਕ ਨਹੀਂ ਖੁੱਲੇਗਾ ਆਪਾਂ 14-15 ਜਿੰਮ ਖੁੱਲਣਗੇ ਹਾਂ ਉਹਦੀ ਇੱਕ ਦੀ ਕਾਸਟ ਆਈ ਗਈ ਮੇਰੇ ਨਾਲ ਇਨਵੈਸਟਰ ਵੀ ਨੇ ਕੱਲਾ ਨਹੀਂ ਖੋਲ ਰਿਆ ਇੱਕ ਦੀ ਕਾਸਟ 35 ਮਿਲੀਅਨ ਹੋ ਗਈ ਇੱਕ ਦੰ ਅਣ ਇਦਾਂ ਦੇ 15 ਖੁੱਲਣਗੇ ਹਾਂਜੀ ਇਹ ਨਾਮ ਹੋਏਗਾ ਕਮਾ 24 ਇੰਟੂ 7 ਹਾਂ ਤੇ ਬੜੀ ਮਤਲਬ ਸਾਰਾ ਜੋ ਵੀ ਹੈ ਇਹ ਨਹੀਂ ਹੈ ਕਿ ਪ੍ਰਾਪਰਟੀਆਂ ਲੈ ਲਈਆਂ ਇੱਧਰ ਕਰਦੇ ਆ ਉੱਧਰ ਕਰਦੇ ਜੋ ਵੀ ਹੈ ਫਿਟਨੈਸ ਇਨਵੈਸਟ ਕੀਤਾ ਬਾਕੀ ਇੱਕ ਬਈ ਤੁਹਾਡੀ ਕੁਆਲਿਟੀ ਮੈਨੂੰ ਬਹੁਤ ਜ਼ਿਆਦਾ ਤੁਹਾਡੇ ਵੱਲ ਅਟਰੈਕਟ ਕਰਦੀ ਆ ਰਿਸਕ ਟੇਕਿੰਗ ਹਾਂਜੀ ਮੈਂ ਤੁਹਾਡੀ ਸਟੋਰੀ ਸੁਣੀ ਜਦੋਂ ਤੁਸੀਂ ਦੱਸਿਆ ਕਿ ਜਿਮ ਵੇਚ ਰਿਹਾ ਸੀ 5000 ਡਾਲਰ ਦਾ ਹਾਂਜੀ ਮੇਰੇ ਕੋਲ 200 ਸਪਲੀਮੈਂਟ ਸਟੋਰ ਸੀਗੇ ਹਾਂਜੀ ਮੈਂ ਇੱਕ ਸੇਲ ਆਊਟ ਕੀਤਾ 3000 ਡਾਲਰ ਹਾਂਜੀ ਹਰ ਇੱਕ ਤੋਂ ਫੜਿਆ ਉਹਨੂੰ ਉਹਨਾਂ ਨਾਲ ਗੱਲ ਕੀਤੀ ਕਿ ਮੈਂ ਤੈਨੂੰ ਮੰਥਲੀ ਇਹਦੇ ਪੈਸੇ ਦਵਾਂਗਾ ਹਾਂਜੀ ਇਹ ਗੱਟਸ ਹੋਣੀ ਬਹੁਤ ਜ਼ਰੂਰੀ ਆ ਤੇ ਰਿਸਕ ਉਹਣਾ ਜਿਹੜਾ ਬਿਜ਼ਨਸ ਹੈ ਆਪਾਂ ਅੱਗੇ ਕਹਿੰਦੇ ਆ ਬਈ ਸ਼ਹਿਰੀ ਲੋਕ ਬਿਜ਼ਨਸ ਕਰ ਸਕਦੇ ਆ ਉਹ ਯੂ نو ਸਾਡੇ ਬਿਜ਼ਨਸ ਬਸ ਦੀ ਨਹੀਂ ਹੁੰਦੀ ਬਿਜ਼ਨਸ ਹੁੰਦਾ ਦਿਲ ਦਾ ਜਿਹਦਾ ਦਿਲ ਵੱਡਾ ਹੈ ਉਹ ਬਿਜ਼ਨਸ ਕਰੂਗਾ ਸੋ ਇਹ ਇੱਕ 100% ਰਿਸਕ ਹੁੰਦਾ ਹੈ ਜਿਹੜਾ ਬਿਜ਼ਨਸ ਹੁੰਦਾ 100% ਰਿਸਕ ਹੁੰਦਾ ਹੈ ਕੈਲਕੂਲੇਟਿਵ ਰਿਸਕ ਹਾਂਜੀ ਚੱਲ ਗਿਆ ਚੱਲ ਗਿਆ ਨਹੀਂ ਤਾਂ ਡੁੱਬ ਗਿਆ ਪਰ ਰਿਸਕ ਲੈਣਾ ਜਿਹੜਾ ਬੰਦਾ ਜਾਣਦਾ ਹੈ ਉਹ ਬਿਜ਼ਨਸ ਕਾਮ ਜਾਵੇ ਕਿਉਂਕਿ ਕਈ ਬੰਦੇ ਹੁਣ KFC ਸਾਡੇ ਉੱਤੇ ਇੱਕ ਵੱਡੀ ਫਰੈਂਚਾਈਜ਼ ਹੈ ਉਹ ਬੰਦਾ 65 ਸਾਲ ਦੀ ਉਮਰ 'ਚ ਜਾ ਕੇ ਕਾਮਯਾਬ ਹੋਇਆ फेल ਹੋਈ ਗਿਆ ਹੋਈ ਗਿਆ ਹੋਈ ਗਿਆ ਪਰ ਉਹਨੇ ਹੌਸਲਾ ਨਹੀਂ ਛੱਡਿਆ ਅੱਜ ਦੀ ਡੇਟ ਵਿੱਚ KFC ਨਾਂ ਆ ਪੂਰੇ ਵਰਲਡ ਦੇ ਵਿੱਚ ਬਜ਼ੁਰਗ ਬੰਦਾ ਉਹਦੇ ਬਜ਼ੁਰਗ ਦੀ ਫੋਟੋ ਆ ਤੁਸੀਂ ਲੋਗੋ ਦੇਖੋਗੇ ਜੀ 60 ਤੋਂ 65 ਸਾਲ ਕਰੀਬ ਜਿੱਥੇ ਤੱਕ ਮੇਰਾ ਗੈਸਾ ਐ ਇੰਨੀ ਉਮਰ ਦੇ ਜਾ ਕੇ ਉਹ ਬੰਦਾ ਕਾਮਯਾਬ ਹੋਇਆ ਉਹਨਾਂ ਕਈ ਵਾਰਾਂ ਕੀ ਹੁੰਦਾ ਆਪਣੇ ਵਰਗੇ ਬੱਸ ਕਾਰ ਲੋਨ ਨਹੀਂ ਪਾਸ ਹੋਇਆ ਘਰ ਜਾ ਕੇ ਭਾਂਡੇ ਪੰਨਾਂ ਵਾਲਾ ਪਈਦੇ ਆ ਗੱਲ ਉਹ ਐ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਪਰ ਆਪਣੀ ਹਿੰਮਤ ਨਾ ਹੋਰ ਮਕੀਟ ਬਿਜ਼ਨਸ 100% ਰਿਸਕ ਦਾ ਰਿਸਕ ਲੈਣਾ ਤੁਹਾਨੂੰ ਚਾਹੀਦਾ ਹੈ ਜਿੱਥੇ ਵੀ ਕੋਈ ਅਪਰਚੂਨਿਟੀ ਮਿਲਦੀ ਹੈ ਉੱਥੇ ਬੱਸ ਖੜਕਦੇ ਹੋ ਕੰਮ ਬੜਾ ਕੇ ਬਾਦ ਥੋੜਾ ਕਾ ਬਾਦ ਬਿਲਕੁਲ ਭਾਈ ਮੈਂ ਜਦੋਂ ਤੁਹਾਡੇ ਵੱਲ ਦੇਖਦਾ ਨਾ ਤੁਸੀਂ ਗੱਲ ਕਰਦੇ ਹੋ ਕਿ ਮੈਂ ਆ ਕੰਮ ਸ਼ੁਰੂ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਚੱਲ ਪਿਆ ਮੈਂ ਆ ਕੰਮ ਸ਼ੁਰੂ ਕੀਤਾ ਪਰਮਾਤਮਾ ਦੀ ਕਿਰਪਾ ਨਾਲ ਚੱਲ ਪਿਆ ਮੈਂ ਟ੍ਰੇਨਿੰਗ ਚ ਆ ਚੱਲ ਪਿਆ ਮੈਂ ਜਿਮ ਖੋਲ੍ਹਿਆ ਚੱਲ ਪਿਆ ਮੈਂ ਆਊਟਲੈਟ ਖੋਲ੍ਹੀ ਚੱਲ ਪਈ ਮੈਂ ਆਊਟ ਆਫ ਆਸਟ੍ਰੇਲੀਆ ਬਿਜ਼ਨਸ ਲੈ ਗਿਆ ਚੱਲ ਪਿਆ ਤਾਂ ਦੇਖਣ ਨੂੰ ਲੱਗਦਾ ਹੈ ਕਿ ਇਸ ਮੰਗ ਦੇ ਤਾਰੇ ਵਧੀਆ ਤਾਰੇ ਵੀ ਤਾਂ ਸਾਥ ਦਿੰਦੇ ਪਏ ਕਿਉਂਕਿ ਭਾਜੀ ਆਪ ਹਿੰਮਤ ਨਹੀਂ ਹਾਰਦੇ ਪਏ ਉਹ ਇੱਕ ਨਵੀਂ ਚੀਜ਼ ਖੋਲਦੇ ਪਏ ਆ ਹਾਂਜੀ ਹੁਣ ਮੇਰੇ ਤਾਰੇ ਵਧੀਆ ਮੈਂ ਇੱਥੇ ਬੈਠਾ ਮੈਂ ਕਰ ਲਾਂਗਾ ਹੂੰ ਉਹ ਉਹ ਜਿਹੜਾ ਵਨ ਸਟੈਪ ਇੱਕ ਚੱਲਣਾ ਆਪਣੇ ਆਊਟ ਆਫ ਕੰਫਰਟ ਜ਼ੋਨ ਨਹੀਂ ਤਾਂ ਸਭ ਤੋਂ ਵੱਡੀ ਮਾਰ ਹੀ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਆਪਾਂ ਹਰ ਇੱਕ ਚੀਜ਼ ਇੱਥੋਂ ਛੱਡ ਕੇ ਬਾਹਰ ਜਾ ਕੇ ਲੜਨ ਲਈ ਤਿਆਰ ਆ ਹਾਂਜੀ ਇੱਕੋ ਰੀਜ਼ਨ ਆ ਇਹ 2 ਕੁ ਕੰਮ ਸ਼ੁਰੂ ਕੀਤਾ ਸਾਨੂੰ ਪਤਾ ਨਹੀਂ ਚੱਲਿਆ ਬੈਕਅਪ ਹੈ ਗਿਆ ਘਰ ਜਾ ਕੇ ਕੁਝ ਸ਼ੁਰੂ ਲਾਂਗੇ ਇਧਰ ਉਧਰ ਚੱਲ ਜਾਾਂਗੇ ਖਾਣਾ ਪੀਣਾ ਹੋ ਜਾਏਗਾ ਜਦੋਂ ਤੀ ਤੋ ਸਭ ਕੁਝ ਆਨਲਾਈਨ ਕਰਕੇ ਬਾਹਰ ਜਾਂਦੇ ਹਾਂ ਤੁਹਾਨੂੰ ਪਤਾ ਕਿ ਉੱਥੇ ਜੇ ਮੈਨੂੰ ਨੌਕਰੀ ਨਾ ਮਿਲੀ ਉੱਥੇ ਜੇ ਮੈਨੂੰ ਜੋਬ ਨਾ ਮਿਲੀ ਜੇ ਮੈਂ ਆਪੀਸ ਨਾ ਘਟ ਪਾਇਆ ਆਈ ਕਾਂਟ ਗੋ ਬੈਕ ਹਾਂਜੀ ਐਂਡ ਮੈਨੂੰ ਆਪਣਾ 100% ਐਫਰਟ ਕਰਨਾ ਪੈਣਾ ਹੈ ਭਾਈ ਤਾਰਿਆਂ ਨੂੰ ਵੀ ਤੁਹਾਡੇ ਨਾਲ ਝੁਕਣਾ ਪੈਂਦਾ ਹਾਂਜੀ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਭਾਜੀ ਕਿ ਕੀ ਬਾਹਰ ਜਾ ਕੇ ਸੈਟਲ ਹੋਣਾ ਹੀ ਇੱਕ ਸੈਟਲ ਹੋਣ ਦਾ ਡੈਫੀਨੇਸ਼ਨ ਬਣ ਚੁੱਕੀ ਹੈ ਨਹੀਂ ਜੇ ਅ ਜਿੱਦਾਂ ਹੁਣ ਮੈਂ 7 ਸਾਲ ਬਾਅਦ ਵਿਜ਼ਿਟ ਕੀਤਾ ਇੱਥੇ ਪੰਜਾਬ ਦੇ ਵਿੱਚ ਜਿੰਨੀਆਂ ਕਪਰਚਨਿਟੀਆਂ ਮੈਂ ਦੇਖੀਆਂ ਬਹੁਤ ਕਾਫੀ ਕੁਝ ਥੇ ਜੇ ਹੁਣ ਇੱਕ ਬੰਦਾ ਪਿੰਡ 'ਚ ਬੈ ਕੇ ਕਰੋੜ ਕਰੋੜ ਬੰਦਾ ਕਮਾ ਰਿਹਾ ਇੱਕ ਨਾਰਮਲ ਬੰਦਾ ਆਪਣੇ YouTube ਤੋਂ ਅਸੀਂ ਕਿਉਂ ਨਹੀਂ ਕਮਾ ਸਕਦੇ ਹੋਰ ਵੀ ਅਪਰਚਨਿਟੀਆਂ ਬਹੁਤ ਹੈ ਹੁਣ ਭਾਜੀ ਉਹਨਾਂ ਨੇ ਬਿਜ਼ਨਸ ਸਟਾਰਟ ਕੀਤਾ ਮਸਲਾ ਹੌਲਿਕਸ ਮਸਲਾ ਹੌਲਿਕਸ ਸਟਾਰ ਮੈਂ ਹੈਰਾਨ ਹੋ ਗਿਆ ਦੇਖ ਕੇ ਨਹੀਂ ਅੱਗੇ ਮੈਂ ਆਂਦਾ ਕਿ ਤੁਹਾਨੂੰ ਸੰਦੇ ਪੈ ਰਹੇ ਨੇ ਵੀ ਪ੍ਰੋਟੀਨ ਕੱਥੋਂ ਪੂਰਾ ਹੋਣਾ ਹੈ ਹਨਾ ਜਾਂ ਅੰਡੇ ਤੋਂ ਹੀ ਇੱਕ ਤੋਂ ਹੀ ਅਸੀਂ ਸਾਤਨਾ ਹੁਣ ਜਾਂਦੇ ਆਏ ਅਸੀਂ ਇੱਥੇ ਹੀ ਆਨੇ ਆ ਰੋਜ ਇੱਥੋਂ ਹੀ ਮਿਲ ਜਾਂਦਾ ਤੇ ਬਾਹਰ ਦੇ ਤੇ ਇੱਥੇ ਦੇ ਮੇਲ ਚ ਕੋਈ ਫਰਕ ਨਹੀਂ ਆ ਟੂ ਬੀ ਓਨੈਸਟ ਮੈਂ ਕੋਈ ਗਲਤ ਨਹੀਂ ਬੋਲ ਰਿਹਾ ਜੀ ਜੋ ਹੈ ਉਹ ਹੈ ਜੇ ਗਲਤ ਵੀ ਹੁੰਦਾ ਤਾਂ ਮੈਂ ਗਲਤ ਕਰਨਾ ਦੀ ਵੀ ਬਈ ਮੈਨੂੰ ਉਹ ਸਵਾਦ ਨਹੀਂ ਆਇਆ ਹਨਾ ਗ੍ਰੀਨਸ ਦਾ ਸਾਰਾ ਕੁਝ ਫਰੈਸ਼ ਹੈ ਮਸਲਾ ਲਿਕਸ ਪੰਜਾਬ ਦਾ ਨਿਕਲਿਆ ਹੋਇਆ ਇੱਕ ਇਹੋ ਜਿਹਾ ਬ੍ਰਾਂਡ ਆ ਜਿਨਨੇ ਇੱਕ-ਇੱਕ ਫੂਡ ਆਈਟਮ ਦੇ ਉੱਤੇ ਆਪਣੀ ਪ੍ਰੋਟੀਨ, ਕਾਰਬ ਤੇ ਫੈਟਸ ਦੀ ਰੇਸ਼ਿਓ ਨੂੰ ਮੈਂਸ਼ਨ ਕੀਤਾ ਹੋਇਆ ਹੈ ਜਿਹਦੇ ਚ ਜਾ ਕੇ ਤੁਹਾਨੂੰ ਸਮੂਦੀਸ, ਕਿਨਵਾ ਮੀਲ, ਸੈਲਡਸ, ਚਿਕਨ ਬ੍ਰੈਸਟ, ਟੋਫੂ, ਹਰ ਇੱਕ ਨੂੰ ਮੀਲ ਮਿਲੇਗੀ ਵੈਜੀਸ ਦੀ ਜੋ ਇੱਕ ਹੈਲਥੀ ਬੋਡੀ ਨੂੰ ਚਾਹੀਦੀਆਂ ਨੇ ਇੱਥੇ ਜਾ ਕੇ ਤੁਸੀਂ ਆਪਣੀ ਕਸਟਮਾਈਜ਼ਡ ਮੀਲ ਵੀ ਬਣਵਾ ਸਕਦੇ ਹੈਗੇ ਹੋ ਇਹ ਇਨਾਂ ਸਿਟੀਜ਼ ਦੇ ਵਿੱਚ ਆਲਰੇਡੀ ਪਰਫਾਰਮ ਕਰ ਰਿਹਾ ਹੈਗਾ ਜੇ ਤੁਸੀਂ ਇਹਨਾਂ ਦੀ ਫਰੈਂਚਾਈਜ਼ੀ ਆਊਟਲੈਟ ਵਾਸਤੇ ਇੰਟਰਸਟਿਡ ਹੈਗੇ ਹੋ ਤੇ ਇਸ ਨੰਬਰ ਉੱਤੇ ਕਾਲ ਕਰੋ ਸੋ ਇਹ ਵੀ ਇੱਕ ਅਪਰਚੂਨਿਟੀ ਹੁਣ ਕਿੰਨੀਆਂ ਬ੍ਰਾਂਚਾ ਹੋ ਗਈਆਂ ਹਮ ਠੀਕ ਹੈ ਜੀ ਇੱਕ ਦੋ ਸ ਗਾਹ ਤੋਂ ਕਾਪਰਚੁਨਿਟੀ ਵੱਧਦੀ ਪਈ ਹੈ ਗਾਹ ਤੋਂ ਕਾ ਸਟਾਫ ਵੱਧਦਾ ਪਿਆ ਹੈ ਸਟਾਫ ਲਈ ਅਪਰਚੁਨਿਟੀ ਵੱਧਦੀ ਪਈ ਹੈ ਸ਼ੈਫਾਂ ਲਈ ਅਪਰਚੁਨਿਟੀ ਵੱਧਦੀ ਪਈ ਹੈ ਤੇ ਹੁਣ ਜੋ ਇਹਨਾਂ ਦੀ ਆਪਣੇ ਸੋਸ਼ਲ ਮੀਡੀਆ ਦੀ ਟੀਮ ਹੈ ਉਹਨਾਂ ਦੀ ਅਪਰਚੁਨਿਟੀ ਵੱਧ ਰਹੀ ਹੈ ਅਪਰਚੁਨਿਟੀ ਤਾਂ ਬਹੁਤ ਹੈ ਪਰ ਇੱਕੋ ਹੀ ਇਹ ਜ਼ਰੂਰੀ ਨਹੀਂ ਕਿ ਇੱਕ ਪੈਸਾ ਹੀ ਹੈ ਇੱਕ ਆਪਣਾ ਕ੍ਰੀਏਟਿਵ ਹੋਣਾ ਬਹੁਤ ਜ਼ਰੂਰੀ ਹੈ ਕਿ ਥੋੜਾ ਤੁਸੀਂ ਅਲੱਗ ਕਿਵੇਂ ਕਰ ਸਕਦੇ ਜੇ ਹੁਣ ਇੱਕ ਮੈਂ ਸੋਸ਼ਲ ਮੀਡੀਆ ਦੇ ਮੁੰਡਾ ਦੇਖਿਆ ਹੈ ਹਰਿਆਣੇ ਸਾਈਡ ਤੋਂ ਪੰਜਾਬੀ ਹੈ ਆਪਣਾ ਮੁੰਡਾ ਉਹ ਸਿਰਫ ਕੁਝ ਵੀ ਨਹੀਂ ਹੈ ਉਹਦੇ ਕੋਲ ਦੋ ਤਿੰਨ ਜਵਾਕ ਹੈ ਉਹਨਾਂ ਤੇ ਉਹ ਵਤੰਦਰ ਬਲੌਗ ਚੜੀ ਜਾਂਦਾ ਉਹਦੇ ਮਿਲੀਅਨ ਮਿਲੀਅਨ ਸਬਸਕ੍ਰਾਈਬਰ ਆਹ ਉਹ ਨਿੱਕੇ ਸਕ੍ਰਿਪਟ ਵੀ ਬਣਾਉਂਦਾ ਹੈ ਹਾਂ ਇੱਕ ਮੁੰਡਾ ਉਹਦੇ ਨਾਲ ਉਹਨਾਂ ਦੇ ਕੋਈ ਲੇਬਰ ਦਾ ਰਹਿੰਦਾ ਜੀ ਉਹ ਪਤਲੇ ਆ ਤਿੰਨ ਮੁੰਡੇ ਆ ਉਹ ਕਹਿੰਦਾ ਕਿ ਆ ਮੈਂ ਤੇ ਨਾਲ ਗੱਲ ਬਸ 10 20 ਸਕਿੰਟ ਦੀ ਵੀਡੀਓ ਹੁੰਦੀ ਹੈ ਕੁਝ ਵੀ ਨਹੀਂ ਹੈ ਮੋਬਾਈਲ ਨਾਲ ਵੀਡੀਓ ਬਣਾਈ ਛਾੜਤੀ ਦੈਟਸ ਇਟ ਮਟੇ ਕੋਈ ਕੰਟੈਂਟ ਲੈਣਾ ਤੁਸੀਂ ਉਹ ਹੁਣ ਜੋ ਅਪਰਚੂਨਿਟੀ ਦਿੱਤੇ ਆ ਉਹ ਕਿਤੇ ਵੀ ਨਹੀਂ ਹੈ ਕਿਉਂਕਿ ਦੇਖੋ ਜੰਗ ਯੂਥ ਜੌਬਾਂ ਤੇ ਆ ਗਿਆ ਜਿੰਨੇ ਵੀ ਮੈਂ ਦੇਖਿਆ ਹੁਣ ਸਰਕਾਰੀ ਅਦਾਰਿਆਂ ਦੇ ਵਿੱਚ ਕਾਫੀ ਜੰਗ ਬੰਦਿਆਂ ਦੀਆਂ ਪਰਤੀਆਂ ਹੋਣ ਲੱਗੀਆਂ ਕੋਈ ਪ੍ਰਾਈਵੇਟ ਕੰਪਨੀਆਂ ਕੋਈ ਗਵਰਨਮੈਂਟ ਕੰਪਨੀਆਂ ਕੋਈ ਵੀ ਹੈ ਪਰ ਅੰਗੇ ਨਾ ਡਵੈਲਪਮੈਂਟ ਬਹੁਤ ਹੈ ਤੋਂ ਜੇ ਮੈਂ ਉਹੀ ਕਹਣਾ ਜੇ ਆਪਣੇ ਉਹੀ ਪੇਰੈਂਟਸ ਨੂੰ ਟੰਕਰਨ ਦੀ ਲੋੜ ਨਹੀਂ ਹੈ ਆਹੀ ਦਾ ਮਜਬੂਰੀ ਜਿ ਛੱਡ ਕੇ ਗਈ ਸੀ ਸਾਡੇ ਟਾਈਮ ਨਾਲ ਨਾ ਤਾਂ YouTube ਹੁੰਦਾ ਸੀ ਨਾ Facebook ਹੁੰਦੀ ਸੀ ਨਾ ਕੋਈ ਸੋਸ਼ਲ ਮੀਡੀਆ ਹੁੰਦਾ ਸੀਗਾ ਤੇ ਉਹ ਵੀ ਜਾਂ ਚੱਕ ਜਾਂ ਚੱਕ ਠੀਕ ਹੈ ਉਹ ਚੱਲਦਾ ਸੀ ਮੈਂ ਹੁਣ ਡਬਲ ਐਮਏ ਕੀਤੀ ਤਿੰਨ ਗੋਲਡ ਮੈਡਲ ਮੇਰੇ ਯੂਨੀਵਰਸਿਟੀ ਚੋਂ ਆ ਪਰ ਮੈਨੂੰ ਜੋਬ ਫੇ ਨਹੀਂ ਮਿਲੀ ਤੇ ਮੈਂ ਹੁਣ ਇੱਥੇ ਕੀ ਕਰਦਾ ਚਾਰ ਸਾਲ ਟੱਕਰਾਂ ਮਾਰੀਆਂ ਹੁਣ ਨਹੀਂ ਕੁਝ ਬਣਿਆ ਤੇ ਬਾਹਰ ਜਾਣਾ ਪਿਆ ਬਾਹਰ ਜਾ ਕੇ ਵੀ ਕਿਹੜਾ ਆਈ ਉੱਥੇ ਰਖਤਾਂ ਤੋਂ ਲਾਲੇ ਪਏ ਹੈਨਾ ਯਾਕੇ ਕਲੀਨਿੰਗ ਵੀ ਕੀਤੀ ਆ ਪੀਜ਼ਾ ਡਿਲੀਵਰੀ ਵੀ ਕੀਤੀ ਆ ਆਪਣੀ ਫੈਕਟਰੀ ਚ 5 ਸਾਲ ਕੰਮ ਕੀਤਾ ਮੇਡ ਫੈਕਟਰੀ ਦੇ ਵਿੱਚ ਯਾਰ ਅੱਜ ਜੇ ਆ ਕੇ ਜਦੋਂ ਮੇਰੀ ਪਰਮਨੈਂਟ ਰੈ residency ਹੋਈ ਆ ਉਹਦੇ ਤੋਂ ਬਾਅਦ ਮੈਂ ਬਿਜ਼ਨਸ ਸਟਾਰਟ ਕਰਿਆ ਉਹਦੇ ਤੋਂ ਬਾਅਦ ਜਦੋਂ ਮੈਂ ਦੱਸਿਆ ਤੁਹਾਨੂੰ 3500 ਤੋਂ ਕੀਤਾ ਨਾ ਬਿਜ਼ਨਸ ਉਸ ਤੋਂ ਬਾਅਦ 12 ਜੇ ਆ ਕੇ ਸਟਾਰਟ ਕਰਿਆ ਫਿਰ ਪੜ੍ਹਾਈ ਕੀਤੀ ਨਾਲ ਨਾਲ ਪਰਸਨਲ ਟ੍ਰੇਨਿੰਗ ਦੀ ਡਾਈਟੇਸ਼ਨ ਦੀ ਕੀਤੀ ਹੈ ਨਿਊਟ੍ਰੀਸ਼ਨਸ ਦੀ ਕੀਤੀ ਆ ਜਿੰਨੇ ਵੀ ਸਰਟੀਫਿਕੇਟ ਲੈਣੇ ਸੀਗੇ ਉਹ ਵੀ ਮੈਂ ਇੱਕ ਪਲੈਨਿੰਗ ਨਾ ਕੀਤਾ ਸਾਰਾ ਹੁਣ ਜਾ ਕੇ ਪੈਸਾ ਵੀ ਦੇਣੀਆਂ ਜੀ ਤੁਸੀਂ ਰਿਸਪੌਂਸਿਬਿਲਟੀ ਜੀ ਲਾਇਬਿਲਟੀਆਂ ਬਹੁਤ ਆ ਤੁਹਾਡੇ ਤੇ ਤੇ ਹੁਣ ਜਾ ਕੇ ਤੁਸੀਂ ਬੋਡੀ ਬਿਲਡਿੰਗ ਕਰਨੀ ਆ ਮੈਂ ਉਹੀ ਪਹਿਲਾਂ ਦੱਸਿਆ ਬੋਡੀ ਬਿਲਡਿੰਗ ਦਾ ਲਾਈਫ ਸਟਾਈਲ ਆ ਉਹ ਤਾਂ ਮੇਰੀ ਪਰਸਨਲ ਇੱਕ ਆਬੀ ਹੈ ਹੁਣ ਮੈਂ ਉਹਨੂੰ ਰੱਖ ਕੇ ਤਾਂ ਫਿਰ ਮੈਂ ਕਿਵੇਂ ਸਰਵਾਈਵ ਕਰ ਸਕਦਾ ਸੀ ਫਿਰ ਮੈਂ 5 ਸਾਲ ਨਹੀਂ ਕੁਛ ਕੀਤਾ 5-6 ਸਾਲ ਫਿਰ 11 ਜਦੋਂ ਪਮਾ ਨੈਸਿਡੈਂਸੀ ਹੋ ਗਈ ਫਿਰ ਆਪਣੀ ਮੈਂ ਪੜਾਈ ਸਟਾਰਟ ਕਰੀ ਨਾਲ ਨਾਲ ਬੋਡੀ ਬਿਲਡਿੰਗ ਸਟਾਰਟ ਕਰਤੀ ਜਿੰਮ ਮਤਲਬ ਸਟਾਰਟ ਕਰਤਾ ਤੇ ਜਦੋਂ ਸਿਟੀਜ਼ਨਸ਼ਿਪ ਆ ਗਈ 12 ਦੇ ਵਿੱਚ ਤੇ ਨਾਲ ਹੀ ਬਿਜ਼ਨਸ ਕਰਤਾ ਕਿ ਇੱਕ ਟਾਈਟਲ ਵੀ ਸੀ ਮਿਸਟਰ ਵਿਕਟੋਰੀਆ ਦਾ ਨਾਲ ਪੜਾਈ ਵੀ ਸੀ ਪਰਸਨਲ ਟ੍ਰੇਨਿੰਗ ਦੀ ਨਿਊਟ੍ਰੀਸ਼ਨ ਸੀ ਉਹ ਚੀਜ਼ ਕਰਕੇ ਵੈਲਨੈਸ ਆਟੋਮੈਟਿਕਲੀ ਇੱਕ ਬੂਮ ਹੋ ਗਿਆ ਸਟ੍ਰੇਟ ਵਾਈ ਕੰਫਰਟ ਨਹੀਂ ਆਇਆ ਕਿ ਹਾਂ ਠੀਕ ਹੈ ਯਾਰ ਪੀਆਰ ਮਿਲ ਗਈ ਆ ਦੈਟਸ ਗੁੱਡ ਬੋਡੀ ਠੀਕ ਆ ਓਕੇ ਹੋ ਗਿਆ ਸਾਰਾ ਕੁਝ ਤਾਂ ਆ ਗਿਆ ਭਾਈ ਨੇ ਐਂਡ ਇੱਕ ਹੋਰ ਬਹੁਤ ਜ਼ਿਆਦਾ ਟਾਪਿਕ ਚੱਲਦਾ ਜੋ ਮੈਂ ਰੀਸੈਂਟਲੀ ਆਪਣੇ ਆਸਟ੍ਰੇਲੀਆ ਦੀ ਭਾਈ ਆਰਨੋਲਡ ਕਲਾਸਿਕ ਖੇਲ ਜਿੱਤ ਕੇ ਆਏ ਸੀਗੇ ਉਹਨਾਂ ਨਾਲ ਗੱਲਬਾਤ ਕਰਦਾ ਪਿਆ ਸੀਗਾ ਤੇ ਉਹ ਬਹੁਤ ਜ਼ਿਆਦਾ ਇਸ ਚੀਜ਼ ਉੱਤੇ ਬੋਲਦੇ ਆ ਉਹ ਵੀ ਆਸਟ੍ਰੇਲੀਆ ਨੂੰ ਸਾਰਾ ਕੁਝ ਵਾਈਂਡ ਅਪ ਕਰਕੇ ਇੰਡੀਆ ਆ ਕੇ ਸੈਟਲ ਹੋ ਗਏ ਨੇ ਹਾਂਜੀ ਐਂਡ ਉਹ ਮੈਂਟਲ ਹੈਲਥ ਤੇ ਬਹੁਤ ਗੱਲ ਕਰ ਰਹੀ ਹੈ ਕਿ ਬਾਹਰ ਬਹੁਤ ਜ਼ਿਆਦਾ ਪ੍ਰੈਸ਼ਰ ਹੈਗਾ ਸਟੂਡੈਂਟਸ ਤੇ ਕੰਪੇਅਰ ਟੂ ਪੰਜਾਬ ਹਾਂਜੀ ਜਿਹਨੇ ਪੰਜਾਬ ਦਾ ਯੂਥ ਹੈਗਾ ਆ ਉੱਥੇ ਇੱਥੇ ਤਾਂ ਬਹੁਤ ਖੁੱਲ ਆ ਇੱਥੇ ਰਿਲੈਕਸ ਆ ਇੱਥੇ ਗੱਲ ਕਰਨ ਨੂੰ ਬੰਦੇ ਹੈਗੇ ਆ ਆਪਾਂ ਮੈਂ ਵੀ ਦੇਖਦਾ ਨਿਊਜ਼ ਦੇ ਵਿੱਚ ਕੈਨੇਡਾ ਦੇ ਵਿੱਚ ਸਟੂਡੈਂਟ ਆਰ ਡੂਇੰਗ ਸੜਾ ਸੁਸਾਇਸਾਈਡ ਕਰਦੇ ਪਏ ਹੈਗੇ ਆ ਡਿਪਰੈਸ਼ਨ ਤੇ ਜ਼ਿਆਦਾ ਜਾ ਰਹੇ ਹੈਗੇ ਆ ਆਪਾਂ ਖੁਸ਼ਹਾਲ ਪੰਜਾਬ ਨੂੰ ਛੱਡ ਕੇ ਡਿਪਰੈਸ਼ਨ ਵਾਲੀ ਕੰਟਰੀਜ਼ ਵਿੱਚ ਜਾ ਰਹੇ ਹੈਗੇ ਆ ਜਿੱਥੇ ਜਾ ਕੇ ਸਾਡਾ ਹੱਥ ਪੱਲਾ ਕਿਸੇ ਨੇ ਨਹੀਂ ਫੜਨਾ ਹਾਂਜੀ ਮੈਥਡ ਨਾ ਇਹ ਗੱਲਬਾਤ ਤਾਂ ਕਰਦਾ ਪਿਆ ਹੈਗਾ ਕਿਉਂਕਿ ਤੁਸੀਂ ਵੀ ਖੁਸ਼ਹਾਲ ਪੰਜਾਬ ਚੋਂ ਕਿਸੇ ਨਾ ਕਿਸੇ ਮਜਬੂਰੀ ਕਰਕੇ ਗਏ ਬਾਹਰ ਜਾ ਕੇ ਉਸੇ এনवायरमेंट ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਆਂ ਜਾ ਕੇ ਪੰਜਾਬ ਦੇ ਯੂਥ ਨੂੰ ਆ ਕੇ ਮੋਟੀਵੇਟ ਕਰਦੇ ਪਿਆ ਹੈਗੇ ਹਾਂਜੀ ਬਿਜ਼ਨਸ ਟ੍ਰਿਪ ਹੁੰਦਾ ਭਾਈ ਬੜੇ ਚਿਰ ਪਹਿਲਾਂ ਆਣਾ ਸੀਗਾ ਆਸਟ੍ਰੇਲੀਆ ਤੋਂ ਕੈਨੇਡਾ ਜਾਂਦਾ ਸੀ ਨਾ ਤੇ ਆਸਟ੍ਰੇਲੀਆ ਤੋਂ ਇੰਡੀਆ ਵੀ ਆ ਜਾਣਾ ਸੀ ਦਿਸ ਇਜ਼ ਸਮਥਿੰਗ ਕਨੈਕਟਡ ਟੂ ਯੋਰ ਸੈਲਫ ਹਾਂਜੀ ਸੋ ਉਹ ਮੈਂਟਲ ਟਫਨੈਸ ਕਿੱਦਾਂ ਲੈ ਕੇ ਆਈਏ ਆਪਣੇ ਆਪ ਚ ਹੁਣ ਗੱਲ ਤਾਂ ਉਹੀ ਹੈ ਕਿ ਇੱਕ ਸੋਚ ਬਦਲਣ ਦੀ ਜ਼ਰੂਰੀ ਜ਼ਰੂਰਤ ਹੈਗੀ ਆ ਕਿਉਂਕਿ ਹੁਣ ਆਪਾਂ ਇੱਕ ਮੈਂ ਛੋਟਾ ਜਿਹਾ ਐਗਜ਼ਾਮਪਲ ਦਿੰਨਾ ਤੁਹਾਨੂੰ ਆਪਾਂ ਕਹਿੰਦੇ ਪੰਜਾਬ ਚ ਨਸ਼ਾ ਬਹੁਤ ਹੈ ਕਹਿੰਦੇ ਆ ਨਾ ਸਾਰੇ ਗੱਲਬਾਤ ਕਰਦੇ ਆ ਅ ਪਰ ਉਹ ਜਿਹੜੇ ਚੰਦਕ ਕੁਸ਼ਕ ਮੈਂ ਮੈਂ ਨਹੀਂ ਮੰਨਦਾ ਕਿ ਜ਼ਿਆਦਾ ਹੈ ਪਰ ਜਿਹੜੇ ਕੁਸ਼ਕ ਬੱਚੇ ਸਾਡੇ ਇਧਰ ਨੂੰ ਹੋ ਗਏ ਆ ਉਹ ਇੱਕ ਤਰ੍ਹਾਂ ਦੇ ਡਿਪਰੈਸ਼ਨ ਦੇ ਸ਼ਿਕਾਰ ਆ ਹੁਣ ਜ਼ਿਆਦਾ ਕੌਣ ਨਸ਼ਾ ਕਰਦਾ ਹੈ ਜਾਂ ਮਿਡਲ ਕਲਾਸ ਕਰਦਾ ਹੈ ਜਾਂ ਲੋਅ ਕਲਾਸ ਕਰਦਾ ਹੈ ਜਿਹੜੇ ਅਪਰ ਕਲਾਸ ਆ ਉਹ ਤਾਂ ਸ਼ੌਂਕ ਨੂੰ ਕਰਦੇ ਆ ਉਹਨੇ ਹਟਾ ਵੀ ਲੈਣਾ ਉਹਨੇ ਹੱਟ ਵੀ ਜਾਣਾ ਉਹਨੇ ਬਾਹਰ ਬੁਰ ਬਗ ਜਾਣਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਔਰ ਮਿਡਲ ਕਲਾਸ ਤੇ ਜਿਹੜਾ ਲੋਅ ਕਲਾਸ ਹੈ ਉਹ ਬੰਦੇ ਨੂੰ ਨਾ ਕੋਈ ਜੋਬ ਮਿਲਦੀ ਹੈ ਨਾ ਕੋਈ ਕਰ ਉਹ ਮੈਂਟਲੀ ਫਿਰ ਡਾਊਨ ਹੋ ਜਾਂਦਾ ਬੰਦਾ ਜਦੋਂ ਮੈਂਟਲੀ ਡਾਊਨ ਹੋ ਗਿਆ ਉਹ ਬੰਦਾ ਸ਼ੇਅਲ ਨੂੰ ਤੁਰ ਪੈਂਦਾ ਸੋ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਹੈ ਕਿ ਆਪਣੇ ਆਪ ਚ ਇੱਕ ਸੈਲਫ ਕੌਨਫੀਡੈਂਸ ਲੈ ਕੇ ਆਓ ਆਪਣੀਆਂ ਐਕਟੀਵਿਟੀਜ਼ ਐਵੇਂ ਨਹੀਂਆ ਕਰੋ ਕਿ ਕੱਲ ਨੂੰ ਇੱਕ ਅਪਰਚੂਨਿਟੀ ਗਈ ਆ ਦੂਜੀ ਅਪਰਚੂਨਿਟੀ ਆ ਜਾਣੀ ਤੀਜੀ ਆ ਜਾਣੀ ਚੌਥੀ ਆ ਜਾਣੀ ਨਾ ਜਿਹੜੀ ਇਹ ਚੀਜ਼ ਹੈ ਤਾਂ ਦਲਦਲ ਐ ਦੇ ਵਿੱਚ ਇੱਕ ਵਾਰੀ ਫਸ ਗਏ ਤਾਂ ਫਸੀ ਜਾਣਾ ਸੋ ਕਾਫੀ ਬੰਦੇ ਮੈਨੂੰ ਐਵੇਂ ਦੇ ਵੀ ਮਿਲੇ ਆ ਜਿਹੜੇ दारू ਨਾਲ ਪ੍ਰੋਪਰ ਰੋਜ਼ ਪੀਣੀ ਹੈ ਜਾਂ ਸਮੋਕਿੰਗ ਰੋਜ਼ ਕਰਨੀ ਹੈ ਬਿਨਾ ਨਾਗਾ ਪ੍ਰੋਪਰ ਹਨਾ ਜਿਹੜੇ ਛੱਡਣਦੇ ਆ ਇੱਕ ਦਿਨ ਚ ਛੱਡ ਗਏ ਡਿਸੀਜਨ ਐ ਇੱਕ ਸੈਕਿੰਡ ਦਾ ਇਹ ਇੱਕ ਸੈਕਿੰਡ ਦਾ ਜਿਹਨਾਂ ਕੋਲ ਪਾਵਰ ਐ ਇੱਥੇ ਆ ਦਿਮਾਗ ਚ ਜਦੋਂ ਹੁਣ ਬੇੜ ਝੁੱਕਦੇ ਨੇ ਤੁਸੀਂ ਕਈ ਵੇਲੇ ਪ੍ਰੈਸ ਮਾਰਦੇ ਜੇ ਉਹ ਬੰਦੇ ਦਿਮਾਗ ਚਾ ਗਿਆ ਨਹੀਂ ਯਾਰ ਮੈਂ ਤੁਹਾਡੇ 50 ਗੱਲਾਂ ਜੱਕਣੀ ਨਹੀਂ ਚੱਕਣੀ ਠੀਕ ਹੈ ਐਗਜ਼ੈਕਟਲੀ ਜਦੋਂ ਆਮ 80 ਕਿਲੋ ਚੱਕਦਣੀ ਚੱਕ ਦੇਣੀ ਆ ਸੋ ਇੱਥੇ ਆ ਮਨ ਜਿੱਤੇ ਜਗ ਜਿੱਤ ਸੋ ਇੱਥੋਂ ਜਿਤਣਾ ਆਪਣੇ ਆਪ ਨੂੰ ਬਾਕੀ ਸਾਰਾ ਕੁਝ ਸਾਬੇ ਸਾਰ ਹੋ ਜਾਣਾ ਬਿਊਟੀਫੁਲ ਭਾਜੀ ਉਹ ਮੈਂ ਤੁਹਾਡੀ ਗੱਲ ਤੋਂ ਦਿਮਾਗ ਚਾਹੁੰਦਾ ਪਿਆ ਹੁਣ ਆਪਾਂ ਨਵੇਂ ਸ਼ਹਿਰ ਬੈਠੇ ਹੋਏ ਆ ਹਾਂਜੀ ਤੁਸੀਂ ਗੱਲ ਕਰਦੇ ਪਏ ਸੀ ਕਿ ਇੱਥੇ ਕਿੰਨੀ ਸੋਹਣੀ ਓਪਰਚੁਨਿਟੀ ਸ ਆ ਮੈਂ ਸਵੇਰੇ ਜਦੋਂ ਆਇਆ ਤੇ ਸਾਹਮਣੇ ਟੇਕਾ ਹਾਂਜੀ ਤੇ ਨਾਲ ਹੀ ਪ੍ਰੋਟੇਜਿਕਾਣਾ ਹਾਂਜੀ ਸਾਰੇ ਆਪਣੇ ਆਪਣੇ ਕੰਮ ਕਰਦੇ ਪਏ ਉਹਨਾਂ ਦਾ ਰੋਜ਼ਗਾਰ ਚੱਲਦਾ ਪ ਬਟ ਇੱਕ ਡਿਸੀਜਨ ਲੈਣਾ ਕਿ ਯਾਰ ਆਪਾਂ ਠੇਕੇ ਦੇ ਸਾਹਮਣੇ ਲੋਕੀ ਹਾਂ ਤਾਂ ਕੋਈ ਨਹੀਂ ਸੋਚਦੇ ਆ ਭਾਈ ਉਹਨਾਂ ਨੇ ਮਸਲੋਂ ਲਿਕਸ ਖੋਲਿਆ ਹੈਗਾ ਸੋ ਤੁਸੀਂ ਇੱਕ ਵਾਰੀ ਜੋ ਵੀ 네ਗੇਟਿਵ ਚੀਜ਼ ਚੱਲਦੀ ਪਈ ਹੈ 네ਗੇਟਿਵ ਉਸ ਸੰਬੰਧੀ ਦਾ ਸੋਰਸ ਆਫ ਇਨਕਮ ਨਹੀਂ ਹੈ 네ਗੇਟਿਵ ਉਹ ਪ੍ਰੋਡਕਟ ਆ ਜਿਹਦੇ ਤੇ ਗੱਲ ਕਰਦੇ ਪਏ ਹੈਗੇ ਹੋ ਜਦੋਂ ਤੁਸੀਂ ਆਪਣਾ ਇੱਕ ਪੋਜ਼ਿਟਿਵ ਪ੍ਰੋਡਕਟ ਰੱਖਣ ਦੀ ਹਿੰਮਤ ਰੱਖੋ ਐਂਡ ਮੇਰੇ ਖਿਆਲ ਚ ਮੈਂ ਭਾਈ ਨਾਲ ਗੱਲ ਕਰਦਾ ਪਿਆ ਸੀ ਕਿ ਨਵੇਂ ਸ਼ਹਿਰ ਦੇ ਮਸਲੋਂ ਲਿਕਸ ਨੂੰ ਇਹੋ ਜਿਹਾ ਰਿਸਪਾਂਸ ਮਿਲਿਆ ਆ ਜਿਹੜਾ ਸ਼ਾਇਦ ਕਿਤੇ ਹੋਰ ਬਹੁਤ ਚਿਰ ਬਾਅਦ ਬਣਿਆ ਹਣਾ ਸੋ ਇੱਕ ਚੜ੍ਹਦੀ ਕਲਾ ਮਿਲੀ ਆ ਕਿਉਂ ਦਾ ਬਿ 더 bigger the rewards ਆ ਰਹੇ ਹਨ ਸੋ ਉਹਨਾਂ ਵੱਡਾ ਰਿਵਾਰ ਮਿਲਦਾ ਹੈਗਾ ਤੁਹਾਡੀਆਂ ਗੱਲਾਂ ਵਾਕਤੋ ਬੜੀ ਇੱਕ ਚੀਜ਼ ਹੋਰ ਮੈਂ ਉਹ ਲੱਗਨਦੇ ਹਾਂ ਉਹ ਇਹ ਹੈ ਨਹੀਂ ਉਹ ਪੁਰਾਣੇ ਜ਼ੋਨ ਚ ਮੈਨੂੰ ਪਤਾ ਹੈ ਬਟ ਸਟਿਲ ਅੱਜ ਦੇ ਤਰੀਕ ਦੇ ਵਿੱਚ ਜਿੰਮਸ ਦੇ ਵਿੱਚ ਤੁਸੀਂ ਵਿਜ਼ਿਟ ਕਰਦੇ ਹੋ ਹੁਣ ਵੀ ਜਿੰਮਸ ਦੇ ਵਿੱਚ ਪੁਰਾਣੇ ਟਾਈਮ ਦੇ ਵਿੱਚ ਸਟਾਈਲ ਆਫ ਵਰਕਆਊਟ ਦੇ ਵਿੱਚ ਕੀ ਸੀਗਾ ਜੋ ਆਪਾਂ ਖੋ ਚੁੱਕੇ ਹੈਗੇ ਆ ਅੱਜ ਦੇ ਦੌਰ ਦੇ ਵਿੱਚ ਅੱਜ ਦਾ ਯੂਥ ਜਿਹੜਾ ਹੈਗਾ ਹੈ ਕੰਫੀਡੈਂਸ ਜਦੋਂ ਤੁਹਾਡਾ ਕੰਫੀਡੈਂਸ ਲੈਵਲ ਅਪ ਹੈ ਇੱਕ ਗੱਲ ਜਾਇਾ ਤੁਹਾਡੇ ਚ ਕੁਝ ਬਣਦੀ ਹੁਣ ਜਦੋਂ ਅਸੀਂ ਕਰਦੇ ਸੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ 95 ਚ ਕੀਤਾ ਸਟਾਰਟ ਅਸੀਂ ਨਾ ਤਾਂ ਕੋਈ ਸਪਲੀਮੈਂਟੇਸ਼ਨ ਉਹਦੋਂ ਇੰਨਾ ਸਟਰੋਂਗ ਸੀਗਾ ਓਕੇ ਤੇ ਨਾ ਹੀ ਅੰਨੀ ਜਿਮ ਦੀ ਅਪਰਚੂਨਿਟੀਆਂ ਹੁੰਦੀ ਸੀ ਉਹ ਕੁੜੀਆਂ ਦੇ ਵੀ ਉਹ ਸਾਈਕਲ ਦੀਆਂ ਚ ਇੰਨਾ ਫਾਇਆ ਹੁੰਦੀਆਂ ਸੀ ਯਾਰ ਕੋਈ ਜ਼ਿਆਦਾ ਹੁੰਦੀ ਨਹੀਂ ਪਰ ਜਨੂਨ ਬੜਾ ਹੁੰਦਾ ਸੀ 2.5 ਘੰਟੇ ਲਾ ਦਨੇ ਹੁਣ ਅਪਰਚੂਨਿਟੀਆਂ ਜ਼ਿਆਦਾ ਆ ਗਈਆਂ ਕੰਮ ਸੌਖੇ ਹੋ ਗਏ ਸਪਲੀਮੈਂਟੇਸ਼ਨ ਹੁਣ ਤਾਂ ਸਪਲੀਮੈਂਟ ਉਹੀ ਮਿਲਦਾ ਹਰ ਪਾਸੇ ਨਾ ਸਪਲੀਮੈਂਟ ਵਧੀਆ ਜਿੰਮ ਆ ਗਿਆ ਪਰ ਆਪਾਂ ਸੌਲ ਹੋ ਗਏ ਆਪਾਂ ਇੰਡੀਪੈਂਡੈਂਟ ਨਹੀਂ ਰਹੇ ਆਪਾਂ ਡਿਪੈਂਡੈਂਟ ਹੋ ਗਏ ਸੌਲ ਹੋ ਗਏ ਹਾਂ ਜੀ ਹੁਣ ਕੋਈ ਸਾਈਕਲਾਂ ਤੇ ਜਾਂਦਾ ਨਹੀਂ ਮੈਂ ਦੇਖਿਆ 9-9 ਕਿਲੋਮੀਟਰ ਅਸੀਂ ਸਾਈਕਲਾਂ ਵੀ ਜਾਂਦੇ ਹੁੰਦੇ ਸੀ ਠੀਕ ਹੈ ਜੀ ਹੁਣ इवन ਗਰੋਸਰੀ ਕਰਨ ਵੀ ਜਾਂਦੇ ਆ ਕੋਈ ਫੈਮਿਲੀ ਗਈ ਆ ਗੱਡੀ ਐ ਜਾ ਕੇ ਦੁਕਾਨ ਦੇ ਮੂਹਰੇ ਲਾਣੀ ਆ ਹਨਾ ਜੇ ਵੱਡੀਆਂ ਵੱਡੀਆਂ ਪਾਰਕਿੰਗ ਵੀ ਹੈਗੀਆਂ ਜੇ ਪਾਰਕਿੰਗ 100 ਮੀਟਰ 200 ਮੀਟਰ ਅਬ ਅਵੇ ਤੁਹਾਨੂੰ ਮਿਲ ਰਹੀ ਹੈ ਪਰ ਗੱਡੀ ਮੋਰੀ ਲਾਣੀ ਹੈ ਲਿਫਟਾਂ ਯੂਜ਼ ਹੁੰਦੀਆਂ ਪੌੜੀਆਂ ਯੂਜ਼ ਨਹੀਂ ਕਰਦੇ ਹਾਲਾਂਕਿ ਦੋ ਅਪਰਚੂਨਟੀਆਂ ਹੁੰਦੀਆਂ ਆਪਣੇ ਕੋ ਜੇ ਆਮ ਬੰਦੇ ਦੀ ਗੱਲ ਕਰੀਏ ਇੱਕ ਪੌੜੀ ਜਾਂਦੀ ਹੈ ਇੱਕ ਲਿਫਟ ਜਾਂਦੀ ਹੈ ਗੋਡਿਆਂ 'ਚ ਦਰਦਾਂ ਤਾਂ ਹੋਣੀਆਂ ਹੀ ਹਨ ਹਣਾ ਸੋ ਥੋੜਾ ਜਿਹਾ ਆ ਜਰੂਰ ਮੈਂ ਦੇਖਿਆ ਕਿ ਉਹ ਜਜਵਾ ਨਹੀਂ ਹੈ ਪੁਰਾਣੇ ਟਾਈਮਾਂ 'ਚ ਜਿਹੜੇ ਪੁਰਾਣੇ ਜਿੰਮਾਂ ਦੇ ਵਿੱਚ ਜਜਵੇ ਸੀਗੇ ਉਹ ਨਹੀਂ ਹੈ ਹੁਣ ਜਦੋਂ ਅਸੀਂ ਸੀਗੇ ਇੱਥੇ ਕੋਈ ਵੀ ਕੰਪਿਟੀਟਿਓ ਚਲੂਣਾ ਇੱਥੋਂ ਘੱਟੋ ਘੱਟ 25-25 ਮੁੰਡੇ ਮਤਲਬ ਗੱਡੀਆਂ ਤੇ ਭਰ ਕੇ ਜਾਂਦੇ ਹੁੰਦੇ ਸੀਗੇ ਹੁਣ ਮੈਂ ਆਪਣੇ ਕੋਚ ਸਾਹਿਬ ਨਾਲ ਗੱਲ ਕੀਤੀ ਗੁਰਿੰਦਰ ਸਿੰਘ ਮਾਨਸਲ ਜਿਹੜੇ ਸਾਡੇ ਜਿਨ੍ਹਾਂ ਤੋਂ ਮੈਂ ਸਟਾਰਟ ਕਰਿਆ ਜੀ ਉਹ ਕਹਿੰਦਾ ਹੁਣ ਤਾਂ ਇੱਕ ਵੀ ਨਹੀਂ ਜਾਂਦਾ ਮਤਲਬ ਹੁਣ ਹੈ ਹੀ ਨਹੀਂ ਮੁੰਡੇ ਹੈ ਨਹੀਂ ਕੰਪੀਟੀਸ਼ਨ ਕਰਨ ਵਾਲੇ ਹੁਣ ਮੁੰਡੇ ਜਾਂਦੇ ਆ ਇੱਕ ਜਸਟ ਮੇ ਵੀ ਸਟੇਟਸ ਲਈ ਮੇ ਵੀ ਥੋੜਾ ਬੋਧਾ ਵਧੀਆ ਦੇਖਣ ਲਈ ਸ਼ਾ ਹਾਰੀ ਲਾ ਰੁਲਾ ਪਾੜ ਲਈ ਠੀਕ ਹੈ ਜੀ ਪਰ ਜਦੋਂ ਤੁਹਾਡੇ ਕੋ ਆਪਰਚੂਨਿਟੀ ਨਹੀਂ ਹੁੰਦੀ ਉਹ ਫੈਸਿਲਿਟੀ ਨਹੀਂ ਹੁੰਦੀ ਆਪਾਂ ਮੈਨੂੰ ਲੱਗਦਾ ਜਿਆਦਾ ਤਲਕੀ ਚ ਹੁੰਨੇ ਆ ਆਪਾਂ ਜਿਆਦਾ ਹੁੰਨੇ ਆ ਵੀ ਨਹੀਂ ਸਾਨੂੰ ਹਨਾ ਮਿਲੇ ਕਰਿਆਸ਼ਾ ਪੋਸਟਰਾਂ ਤੋਂ ਦੇਖਦੇ ਕਿ ਐਕਸਾਈਆਂ ਸਿੱਖੀਆਂ ਹਨਾ ਕਿਵੇਂ ਲਾਣੀ ਕਿਵੇਂ ਨਹੀਂ ਹੁਣ ਤਾਂ ਕੋਚ ਨੇ ਡਵੈਲਪਮੈਂਟ ਹੋਣਾ ਉਧਰੋਂ ਜਿਆਦਾ ਹੋਣੀ ਚਾਹੀਦੀ ਪਰ ਚਲੋ ਇੰਨਾ ਬਹੁਤ ਹੈ ਕਿ ਯੂਥ ਜਿਮ ਜਾ ਰਿਹਾ ਐ ਐਕਸਾਈ ਕਰ ਰਿਹਾ ਆਪਣੀ ਫਿਟਨੈਸ ਰੱਖੀ ਹੋਈ ਹੈ ਪਰ ਹਾਂ ਜੱਜਵੇ ਦੀ ਕਾਰਡ ਜ਼ਰੂਰ ਹੈ ਮੈਂ ਜੱਸਾ ਪਹਿਲਵਾਨ ਪੱਟੀ ਭਾਈ ਦੇ ਨਾਲ ਇੱਕ ਜਿਮ ਵਰਕਆਊਟ ਕੀਤਾ ਹੂੰ ਉਥੋਂ ਮੈਨੂੰ ਵੀ ਆ ਸੇਮ ਕੋਈ ਆਨਸਰ ਨਹੀਂ ਉਹਨਾਂ ਦਾ ਕਹਿੰਦੇ ਭਾਈ ਸਾਡੇ ਜਾਣ ਦਾ ਰੀਜ਼ਨ ਨਾ ਬਹੁਤ ਸਟਰੋਂਗ ਆ ਜਿਮ ਜਾਣ ਦਾ ਜਾਂ ਕਿਸੇ ਵੀ ਤਰ੍ਹਾਂ ਦਾ ਵਰਜਿਸ਼ ਕਰਨ ਦਾ ਵਰਕਆਊਟ ਕਰਨ ਦਾ ਹੂੰ ਮੈਨੂੰ ਕੋਈ ਪੁੱਛੇ ਕਿ ਤੂੰ ਜਿਮ ਕਿਉਂ ਜਾਣਾ ਆ ਫਿਰ ਆਨਸਰ ਬਹੁਤ ਛੋਟਾ ਆ ਉਹਨਾਂ ਨੂੰ ਕੋਈ ਪੁੱਛੇ ਕਿ ਤੁਸੀਂ ਵਰਕਆਊਟ ਦੀ ਪਹਿਲੀ ਗੱਲ ਤਾਂ ਹਿੰਮਤ ਹੀ ਨਹੀਂ ਪਉਂਦੀ ਕਿਉਂਕਿ ਉਹ ਵਰਕਆਊਟ ਦੇ ਵਿੱਚ ਐਗਰੈਸ਼ਨ ਵਰਕਆਊਟ ਦੇ ਵਿੱਚ ਲੋਹਾ ਕੁੱਟਣਾ ਜਿਹਨੂੰ ਕਹਿੰਦੇ ਆ ਹੂੰ ਸਾਨੂੰ ਦਿਮਾਗ ਚੱਲਦਾ ਪਿਆ ਸੂਪੀਨੇਟਡ ਗ੍ਰਿਪ ਪ੍ਰੋਨੇਟਡ ਗ੍ਰਿਪ 12 ਰੈਪ ਲਾਉਣੇ ਆ ਸਕਵੀਜ਼ ਕਰਨਾ ਆ ਮੈਂਟਮ ਆਪਾਂ ਇੰਨਾ ਜ਼ਿਆਦਾ ਇਨਫੋਰਮੇਸ਼ਨ ਭਰੀ ਵੀ ਹੈਗੀ ਆ ਕਿ ਆਪਾਂ ਜਿਹੜਾ ਸਾਡਾ ਇੱਕ ਉਹੀ ਗੱਲ ਆਉਂਦੀ ਹੈ ਕਿ ਅੰਦਰੋਂ ਜਿਹੜੀ ਅਗਰੈਸ਼ਨ ਆ ਨਾ ਉਹ ਕਿਤੇ ਨਾ ਕਿਤੇ ਐਕਸਟ੍ਰੀਮ ਨੌਲੇਜ ਦਿਨ ਨਾਲ ਦੱਬੀ ਜਾਂਦੀ ਹੈ। ਹਾਂਜੀ। ਇੰਨਾ ਜ਼ਿਆਦਾ ਦਿਮਾਗ ਖਾਲੀ ਨਹੀਂ ਹੈਗਾ। ਹਾਂਜੀ। ਲੋਕੀ ਦਿਮਾਗ ਖਾਲੀ ਕਰਨ ਵਾਸਤੇ ਵਰਕਆਊਟ ਕਰਦੇ ਹੈਗੇ ਆ। ਬਟ ਦਿਮਾਗ ਦੇ ਵਿੱਚ ਇੰਨਾ ਕੁਝ ਪਾ ਦਿੱਤਾ ਗਿਆ ਹੈਗਾ ਯਾਰ। ਇੰਨੀ ਵਾਰੀ ਬੋਡੀ ਮਸਲ ਇੰਨਾ ਨਹੀਂ ਐਕਸਰਸਾਈਜ਼ ਕਰਨ ਨਾਲ ਇੱਥੇ ਤੇਰਾ ਆ ਹੋ ਜਾਊਗਾ, ਇੰਜਰੀ ਹੋ ਜਾਊਗੀ, ਇਹ ਹੋਊਗਾ। ਮਸ਼ੀਨਾਂ ਵਧੀਆ ਆ, 바ਰਬਲ ਰੋ ਮਾੜੀ ਆ, ਸਕਵਾਟ ਚੰਗੀ ਆ, ਹੈਕ ਸਕਵਾਟ ਇਹ ਹੀ ਉਹ ਕਰਦੇ ਕਰਦੇ ਕਰਦੇ। ਹਮਮ। ਕੰਫਿਊਜ਼ਡ। ਡ੍ਰੇਨ એનર્ਜੀ, ਪ੍ਰੀ ਵਰਕਆਊਟ ਪੀ ਲੇਗਾ, ਨਹੀਂ ਪੀਂਗਾ ਫਾਇਦਾ ਨਹੀਂ ਹੋਊਗਾ। ਠੀਕ ਹੈ, ਇੰਟਰਾ ਵਰਕਆਊਟ ਲੈਣਾ ਆ, ਅ ਪਤਾ ਹੀ ਇੰਨਾ ਜ਼ਿਆਦਾ ਐਕਸਟ੍ਰੀਮ ਨੌਲੇਜ ਦਿਮਾਗ ਚ ਪਾ ਦਿੱਤੀ ਗਈ ਆ ਤੁਹਾਡੇ ਵਰੀ ਬਸ ਲੋਹਾ ਘੋਟਣਾ ਆ ਹਾਂ ਸਾਡੇ ਤਾਂ ਦੇਖੋ ਜਿਹੜਾ ਸਪਲੀਮੈਂਟੇਸ਼ਨ ਮੈਂ 2021 ਸਟਾਰਟ ਕਰੀਆ ਉਤੋਂ ਪਹਿਲਾਂ ਤਾਂ ਕੁਝ ਵੀ ਨਹੀਂ ਕਰਿਆ ਪਰ 2021 ਤੱਕ ਮੈਂ ਮਿਸਟਰ ਯੂਨੀਵਰਸਿਟੀ ਆਪਣੇ ਬਣ ਗਿਆ ਸੀ 골ਡ ਮਾਡਲ ਲੈ ਲਿਆ ਸੀ ਬਿਨਾਂ ਹੀ ਕੋਈ ਨਾਰਮਲ ਕਰਦੀ ਖਰਾਬ ਪਰ ਉਹੀ ਆ ਕਿ ਨੀਤਾਂ ਨੂੰ ਮਰਾਦਾ ਹੁਣ ਜੋ ਸੋਚ ਕੇ ਤੁਸੀਂ ਜਾਣਾ ਉਵੇਂ ਹੀ ਹੁਣ ਇੱਕ ਫਿਰ ਬਹੁਤ ਡਿਪੈਂਡ ਹੋ ਜਾਂਦੀ ਉਹੀ ਗੱਲ ਆ ਕਿ ਦਿਮਾਗ ਕਹਿੰਦਾ ਦਿਮਾਗ ਸਿਗਨਲ ਦਿੰਦਾ ਸਾਰੇ ਦਿਮਾਗ ਕਹਿੰਦਾ ਯਾਰ ਇਹਦੇ ਬਿਨਾ ਮੇਰੀ ਬਾਡੀ ਨਹੀਂ ਬਣਨੀ ਅੱਜ ਮੈਂ ਪ੍ਰੀ ਵਰਕਆਊਟ ਨਹੀਂ ਪੀਤਾ ਮੇਰੇ ਕੋਲ ਆਕਸੀਜਨ ਨਹੀਂ ਲੱਗਣੀ ਉਹ ਫਿਰ ਨਹੀਂ ਲੱਗਣੀ ਦਿਮਾਗ ਨੇ ਸਿਗਨਲ ਦੇਣਾ ਦਿਮਾਗ ਕਹਿੰਦਾ ਤੂੰ 25 ਕਿਲੋ ਚੱਕ ਸਕਦਾ ਚੱਕ ਲੈਣਾ ਤੂੰ ਨਹੀਂ ਚੱਕ ਸਕਦਾ ਤੂੰ ਨਹੀਂ ਚੱਕਣਾ ਗੱਲ ਖੇਡ ਤਾਂ ਦਿਮਾਗ ਦੀ ਐਂਡ ਆਫ ਦਾ ਡੇ ਦਿਮਾਗ ਦੀ ਸਾਰੀ ਖੇਡਾ ਦਿਮਾਗ ਨੂੰ ਸਟਰੋਂਗ ਕਰਨਾ ਦਿਮਾਗ ਸਟਰੋਂਗ ਹੋ ਗਿਆ ਬਾਅਦ ਜਿੱਥੇ ਮਾਦੀ ਸਿੰਘ ਵਸਾ ਲੋ ਕੰਮ ਹੋ ਜਾਣਾ ਬਿਊਟੀਫੁੱਲ ਭਾਈ ਓਕੇ ਸਰ ਮੈਨੂੰ ਇੱਕ ਚੀਜ਼ ਜਿਹੜੀ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਸੀਗਾ ਤੁਸੀਂ ਬਹੁਤ ਆਈ نو ਦਾ ਆਨਸਰ ਯੂ ਨੋ ਔਰਲਡੀ ਆਨਸਰ ਪਤਾ ਹੈ ਕਿਉਂਕਿ ਤੁਸੀਂ ਬੜੀ ਬੜੀ ਦੱਸਿਆ ਆਇਆ ਬਟ ਸਟਿਲ ਤੁਸੀਂ ਦੱਸਿਆ ਕਿ ਤੁਸੀਂ 39 ਕਿਜੀ ਵੇਟ ਤੋਂ ਆਪਣੇ ਆਪ ਨੂੰ ਅੱਜ ਤੁਸੀਂ ਇਸ ਫਜ਼ੀਕ ਤੱਕ ਲੈ ਕੇ ਆਏ ਹੈਗੇ ਤੁਸੀਂ ਉਦੋਂ ਧਿਆਨ ਨਹੀਂ ਦਿੱਤਾ ਕੈਲਰੀ ਸਰਪਲਸ ਸਰਪਲਸ ਕਿੰਨੇ ਥੇ ਲੱਤਾ ਕੋਈ ਵੀ ਨਹੀਂ ਦਿੰਦਾ ਮੈਂ ਤਾਂ ਹੁਣ ਵੀ ਨਹੀਂ ਦਿੰਦਾ ਕਦੇ ਮੈਂ ਦੱਤਾ ਹੀ ਨਹੀਂ ਮੈਂ ਕਦੇ ਵੀ ਕੈਲਰੀ ਡੈਫਿਸ਼ੈਂਸੀ ਜਾਂ ਕਾਫਸ ਕਦੇ ਵੀ ਧਿਆਨ ਨਹੀਂ ਦਿੱਤਾ ਕਦੇ ਕਾਫਸ ਨਹੀਂ ਬੰਦ ਕੀਤੇ ਗਦਰ ਧਿਆਨਿਤਾਂ ਜਦੋਂ ਕੰਪੀਟੀਸ਼ਨ ਸਾਡਾ ਪੀਕ ਹੁੰਦਾ ਪਰ ਉਦੋਂ ਸਾਨੂੰ ਇੱਕੋ ਪਾਰਟੀਕੂਲਰ ਡਾਈਟ ਤੇ ਆਣਾ ਪੈਂਦਾ ਨੋਰਮਲ ਮੈਂ ਕਦੇ ਧਿਆਨ ਨਹੀਂ ਦਿੰਦਾ ਐਵੇਂ ਉਹ ਫਾਰਮੈਲਟੀਆਂ ਨਹੀਂ ਕਰੀ ਜਾਣੀਆਂ ਨਾ ਲੱਲੇ ਪੱਬੇ ਜੇ ਉਹ ਕੋਈ ਫਾਇਦਾ ਨਹੀਂ ਉਹਨਾਂ ਚੀਜ਼ਾਂ ਦਾ ਸਿਆਣੇ ਨੇ ਕਿਹਾ ਦੱਬ ਕੇ ਖਾਓ ਦੱਬ ਕੇ ਬੋ ਠੀਕ ਹੈ ਹੁਣ ਪਰ ਖਾਓ ਚੰਗਾ ਖਾਓ ਚੰਗਾ ਹੁਣ ਮਸਲ ਹੌਲਿਕਸ ਤੇ ਕਿਸੇ ਢਾਬੇ ਦੇ ਵਿੱਚ ਕੀ ਫਰਕ ਹੈ ਆਪਰੇਮ ਤੁਹਾਨੂੰ ਪਤਾ ਕੀ ਫਰਕ ਹੈ ਠੀਕ ਹੈ ਖਾਓ ਪਰ ਖਾਓ ਚੰਗਾ ਹੁਣ ਮੈਂ ਇੱਕ ਬੰਦਾ ਨੂਡਲ ਖਾਈ ਜਾਂਦਾ 버ਗਰ ਖਾਈ ਜਾਂਦਾ ਇੱਕ ਬੰਦਾ ਆਪਣੀ ਸਿਹਤ ਦਾ ਪੂਰਾ ਖਿਆਲ ਆ ਗ੍ਰੀਨ ਵੈਜੀਟੇਬਲਸ ਆ ਪ੍ਰੋਟੀਨ ਆ ਪੂਰਾ ਅਫਿਸ਼ ਐਗ ਜਾਂ ਦਾਲਾਂ ਤੇ ਹੁਣ ਆਪਣੀ ਬੋਡੀ ਕੀ ਆਪਣੀ ਬੋਡੀ ਇੰਜਨ ਹੈ 26 ਦਾ 28 ਆ 4 ਸਿਲੰਡਰ ਆ ਹੁਣ ਜਿਹੋ ਜਿਹੇ ਉੱਚ ਫਿਊਲ ਪੈਣਾ ਉਹ ਜਾਂ ਪੜਾਕਾ ਪੈਣਾ ਮੇਰੇ ਕੋਲ 28 ਗੱਡੀ ਹੈ ਮੈਂ ਕਰੀ ਹੁਈ ਉੱਚ ਅਨਲੀਡਡ 91 ਮਤਲਬ ਲੋ ਲੈਵਲ ਦਾ ਪੈਟਰੋਲ ਪਾ ਕੇ ਦੇਖਿਆ ਉਹਦੀ ਬ੍ਰੋਮਾਂ ਜਿੱកੜ ਗਈ ਉਹ ਦਾਏ ਵਿੱਚ ਦਾ ਡੀਜ਼ਲ ਤੇ ਹੁੰਦੀ ਆ ਸੋ ਜਦੋਂ 98 ਪਾਉਂਦੇ ਉਹ ਆਇਆ ਨਿਕਲਦੀ ਆ ਸੋ ਗਲਤ ਹੋਈ ਐ ਸੋ ਬੋਡੀ ਨੇ ਉਦੋਂ ਹੀ ਪਰਫਾਰਮ ਕਰਨਾ ਜਦੋਂ ਉਹਦੇ ਵਿੱਚ ਫਿਊਲ ਵਧੀਆ ਹੋਊਗਾ ਜੇ ਫਿਊਲ ਹੀ ਨਿਊਡਲਾਂ ਭਰੀ ਜਾਂਦੇ ਆ ਤੁਸੀਂ ਜਾਂ ਗੋਲ ਗੱਪੇ ਭਰੀ ਜਾਂਦੇ ਹੋ ਆਹ ਚਾਟਾ ਭਰੀ ਜਾਂਦੇ ਹੋ ਫਿਰ ਐਸਟ੍ਰੋਜਨ ਲੈਵਲ ਤਾਂ ਵਧਣਾ ਹੀ ਵਧਣਾ ਥੋੜਾ ਜੰਗੇ ਚ ਮੁੰਡਿਆਂ ਦੇ ਬੋਡੀਆਂ ਹਿੱਲੀਆਂ ਪਈਆਂ ਚੈਸਟ ਦਾ ਬੁਰਾ ਹਾਲ ਐ ਕਿਉਂਕਿ ਐਸਟ੍ਰੋਜਨ ਲੈਵਲ ਬਹੁਤ ਵਧਿਆ ਹੋਇਆ ਸੋ ਉਹ ਸਰਵਪ ਤਾਂ ਫਿਊਲ ਤੇ ਆ ਸੋ ਇਹ ਆਪਣੇ ਏਰੀਆ ਲਈ ਮੈਂ ਤਾਂ ਕਹਿੰਦਾ ਬਹੁਤ ਵੱਡੀ ਗੱਲ ਹੈ ਮਸਲ ਹਾਲੇ ਦੀ ਸਪੈਸ਼ਲੀ ਮੈਨੂੰ ਤਾਂ ਵਧੀਆ ਮਿਲ ਗਿਆ ਇੱਕ ਆਣ ਦਾ ਜਰੀਆ ਬਣ ਗਿਆ ਮੇਰਾ ਕਿ ਪੰਜਾਬ ਜਾਇਆ ਕਰਨਾ ਹੁਣ ਜਿਹੜਾ ਬੱਜਿਆ ਕਰਦਾ ਟੈਨਸ਼ਨ ਨਹੀਂ ਆ ਗਈ ਕਾਰਨ ਸਟ्रेस ਨਹੀਂ ਆਇਆ ਕੋਈ ਜੀ ਜਦੋਂ ਤੁਸੀਂ ਗੱਲ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਘਰ ਦੀ ਖਾਕ ਦੇ ਨਾਲ ਹੀ ਬਹੁਤ ਹੀ ਫਨੀਕ ਬਣਾਈ ਉਹਦਾ ਰੀਜ਼ਨ ਕਿਤਨਾ ਕਿਤੇ ਮਨ ਹੋਰ ਸੌਤ ਪਾਰਿਆ ਹੈਗਾ ਕਿ ਸਟ੍ਰੈਸ ਫ੍ਰੀ ਸੀਗਾ ਹਮ ਟੈਸਟੋਸਟਰੋਨ ਉਸ ਟਾਈਮ ਪੀਕ ਤੇ ਹੁੰਦੇ ਆ ਅੱਜ ਵੀ ਵਧੀਆ ਹੁੰਦੇ ਆ ਐਂਡ ਉਹ ਇੱਕ ਇਹੋ ਜੀ ਚੀਜ਼ ਆ ਜਿਹੜੇ ਵਾਸਤੇ ਕੋਈ ਸਪਲੀਮੈਂਟ ਕੋਈ ਟੈਸਟੋਸਟਰੋਨ ਬੂਸਟਰ ਦੀ ਕੋਈ ٹی ਆਰਟੀ ਦੀ ਲੋੜ ਨਹੀਂ ਪੈਂਦੀ ਜੇ ਤੁਸੀਂ ਖੁਸ਼ ਤੇ ਸੰਤੁਸ਼ਟ ਹੋ ਕੋਦ ਤੋਂ ਤੁਹਾਨੂੰ ਨਰਕ ਜੰਗ ਜਦੋਂ ਹੁੰਦੀ ਹੈ ਨਾ 16 ਤੋਂ 27 ਥੋੜਾ ਟੈਸਟੋਸਟਰੋਨ ਪੀਕ ਤੇ ਆ ਲੱਤਾਂ ਦੀ ਐਕਸਰਸਾਈਜ਼ ਤੁਸੀਂ ਵਧੀਆ ਤਰੀਕੇ ਨਾਲ ਲਾਉਂਦੇ ਜੇ ਚੰਗਾ ਖਾਂਦੇ ਜੇ ਥੋੜਾ ਟੈਸਟੋਨ ਕਦੇ ਵੀ ਡਾਉਨ ਨਹੀਂ ਆ ਸਕਦਾ ਮੁੰਡੇ ਪੁੱਛਦੇ ਭਾਜੀ ਈਵਨ ਜਿਹੜੇ ਟੈਸਟੋਨ ਬੂਸਟਰ ਨੇਚਰਲ ਸਪਲੀਮੈਂਟ ਚਾਹੁੰਦੇ ਅਜੋ ਕਹਿੰਦਾ ਸ਼ਿਲਾ ਜੀ ਮੈਂ ਕਦੇ ਰეკਮੈਂਡ ਨਹੀਂ ਕਰਦਾ ਉਹਨਾਂ ਨੂੰ ਮੈਂ 27% ਉਤੋਂ ਬਾਅਦ ਲੈਟਸ ਸੀ 30 ਤੋਂ ਬਾਅਦ ਥੋੜੀ ਥੋੜੀ ਤੁਹਾਡਾ ਡ੍ਰੌਪ ਆਉਣਾ ਸ਼ੁਰੂ ਹੁੰਦਾ ਥੈਨ ਉਹਨੂੰ ਐਜ਼ ਅ ਸਪਲੀਮੈਂਟ ਤੁਸੀਂ ਐਡ ਕਰ ਸਕਦੇ ਹੋ ਜੇ ਟੈਸਟੋਨ ਬੂਸਟਰ ਸਪਲੀਮੈਂਟ ਆਉਂਦੇ ਆ ਨਾਟ ਅ ਅਨਦਰ ਥਿੰਗ ਪੀਟੀ ਨਹੀਂ ਨਾ ਨਾ ਟੈਸਟੋਨ ਬੇਸਡ ਸਪਲੀਮੈਂਟਸ ਉਹਨੂੰ ਤੁਸੀਂ ਐਡ ਕਰ ਸਕਦੇ ਹੋ ਬਾਕੀ ਦੇਖੋ ਬੋਡੀ ਬਿਲਡਿੰਗ ਇਜ਼ ਅ ਲਾਈਫਸਟਾਈ ਇਹ ਲਾਈਫ ਸਟਾਈਲ ਹੈ ਥੋੜੀ ਮਰਜ਼ੀ ਹੈ ਕੀ ਖਾਣਾ ਕੀ ਨਹੀਂ ਖਾਣਾ ਕੀ ਕਰਨਾ ਕੀ ਨਹੀਂ ਕਰਨਾ ਥੋੜੀ ਮਰਜ਼ੀ ਹੈ ਨਾ ਤਾਂ ਕੋਈ ਤੱਕੇ ਨਾ ਤੁਹਾਨੂੰ ਕਰਾ ਸਕਦਾ ਨਾ ਤੁਸੀਂ ਕਰ ਸਕਦੇ ਜੀ ਐਂਡ ਆਫ ਦਾ ਡੇ ਦਿਮਾਗ ਦਿੱਤਾ ਰੱਬ ਨੇ ਜਗਾੜ ਦਿੱਤਾ ਉਹਨੂੰ ਵਰਤਣਾ ਹੈ ਕਿਵੇਂ ਕਰਨਾ ਕਿਵੇਂ ਨਹੀਂ ਕਰਨਾ ਜਦੋਂ ਅਸੀਂ ਕਰਦੇ ਸੀ ਉਦੋਂ ਤਾਂ ਚਲੋ ਕਰਦੀਆਂ ਖਰਾਕਾਂ ਵੀ ਐਵੇਂ ਹੀ ਸੀਗੀਆਂ ਕਿਤੇ ਦੁੱਧ ਮਿਲ ਗਿਆ ਨਹੀਂ ਮਿਲ ਗਿਆ ਕਿਉਂਕਿ ਹਾਲਾਤ ਇੱਕ ਉਦੋਂ ਇੱਕ ਬੰਦਾ ਕਮਾਉਂਦਾ ਹੁੰਦਾ ਸੀ 5 6 ਖਾਨ ਵਾਲੇ ਹੁੰਦੇ ਸੀ ਇੰਨਾ ਜਿਹੜਾ ਅਪਰਚੂਨਿਟੀਆਂ ਨਹੀਂ ਸੀਗੀਆਂ ਉਹ ਬੰਦੇ ਕੋ ਫਾਈਨੈਂਸ਼ਲੀ ਇੰਨੇ ਸਟਰੋਂਗ ਨਹੀਂ ਹੁੰਦੇ ਸੀ ਲਾਈਫ ਸਟਾਈਲ ਥੋੜਾ ਡਿਫਰੈਂਟ ਸੀਗਾ ਚਲਨ 95 ਦੀਆਂ ਗੱਲਾਂ ਠੀਕ ਹੈ ਜੀ ਤੋਂ ਹੁਣ ਤਾਂ ਬਹੁਤ ਫਰਕ ਪੈ ਗਿਆ ਹੁਣ ਤਾਂ ਜੇ ਘਰ ਆਇਆ ਤਾਂ ਉਹਦੇ ਵਿੱਚ 5 ਵਜੇ ਆ ਤਾਂ 3 ਤੱਕ ਕਮਾਉਂਦੇ ਆ ਤੇ ਲਾਈਫ ਸਟਾਈਲ ਚੇਂਜ ਹੋ ਚੁੱਕਾ ਅਪਰਚੂਨਿਟੀਆਂ ਵਧ ਗਈਆਂ ਸੋ ਹੁਣ ਤਾਂ ਸਮਾਂ ਕਿ ਸੌਖਾ ਹੋ ਗਿਆ ਕੰਮ ਜੀ ਬਾਈ ਕਾਮਾਸ ਸਪਲੀਮੈਂਟ ਸਟੋਰ ਦੇ ਉੱਤੇ ਇਹੋ ਜਿਹੇ ਕਿਹੜੇ ਸਪਲੀਮੈਂਟ ਪਏ ਹੈਗੇ ਨੇ ਜਿੰਨੇ ਦੀ ਸ਼ਾਇਦ ਲੋੜ ਨਹੀਂ ਹੈਗੀ ਬਟ ਦੁਨੀਆ ਵਾਸਤੇ ਰੱਖਣੇ ਪੈ ਰਹੇ ਨੇ ਪ੍ਰੀ ਵਰਕਆਊਟ ਯੂ ਡੋਨਟ ਬਲੀਵ ਇਨ ਥੈਟ ਪ੍ਰੀ ਵਰਕਆਊਟ ਦੇਖੋ ਮੈਂ ਮੀਡੀਆ ਤੇ ਬੈਠਾ ਐਸ ਵੇਲੇ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਤੁਹਾਨੂੰ ਕਮੈਂਟ ਕਰਕੇ ਦੱਸ ਦਵੇ ਕਿ ਮੈਨੂੰ ਅੱਜ ਤੱਕ ਬਾਈ ਨੇ ਪ੍ਰੀ ਵਰਕਆਊਟ ਰეკਮੈਂਡ ਕੀਤਾ ਡਾਈਟ ਦੇ ਵਿੱਚ ਜਿਨੇ ਜਨੇ ਮੈਨੂੰ ਡਾਈਟ ਪਲਾਨ ਬਣਾਇਆ ਹੁਣ ਉਹਦੇ ਵਿੱਚ ਕੀ ਹੁੰਦਾ ਕਰੀ ਟ੍ਰੇਡੀ ਨੇ ਉੱਥੇ ਵੀ ਹਾਰਡ ਵਰਕ ਹੁੰਦਾ ਕੰਕਰੀਟ ਦਾ ਕੰਮ ਕਰਦਾ ਕੋਈ ਕੋਈ ਲੈਂਡਸਕੇਪਿੰਗ ਕਰਦਾ ਉਹ ਸਰੀਰ ਟੁੱਟਿਆ ਹੁੰਦਾ ਬੜਾ ਬੰਦੇ ਚਨਾਬ ਜੀ ਨਹੀਂ ਹੁੰਦੀ ਉਹ ਬੰਦਾ ਕਹਿੰਦਾ ਨਹੀਂ ਮੈਨੂੰ ਬਾਬਾ ਪ੍ਰੀ ਵਰਕ ਕਰ ਦੋ ਬਿਨਾਂ ਚੱਲੇ ਸਾਰਾ ਫਿਰ ਐਨਫ ਚਲੋ ਵੀ ਇਹ ਹਫਤੇ ਜ ਦੋ ਦਿਨ ਵਰੀ ਲੈ ਲਿਆ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਮੈਂ ਇੱਥੇ ਨੋਟ ਕੀਤੀ ਇੱਥੇ ਥੋੜਾ ਟ੍ਰੈਂਡ ਆ ਪ੍ਰੀ ਵਰਕਆਊਟ ਦਾ ਹਾਂ ਬਾਈ ਸਿੱਟੀ ਜਾਂਦੇ ਆ ਉੱਥੇ ਇੱਕ ਆਫੀ ਕੂਫੀ ਨਾਲ ਸਾਹ ਲਈਦਾ ਬਲੈਕ ਕਾਫੀ ਦਾ ਸ਼ਾਟ ਮਾਰਿਆ ਮੈਂ ਖੁਦ ਵੀ ਉਹੀ ਬਿਨਾ ਪ੍ਰੀ ਵਰਕਆਊਟ ਮੈਂ ਹਫਤੇ ਚ ਕਿੰਦੀ ਵਰੀ ਯੂਜ਼ ਕਰਦਾ ਉਹ ਵੀ ਕਿਤੇ ਕਰ ਲਿਆ ਕਿਤੇ ਨਹੀਂ ਕਰ ਲਿਆ ਵੇਚਦੇ ਨਹੀਂ ਜਰੂਰ ਆ ਮੈਂ ਰეკਮੈਂਡ ਕਰ ਦੇਣਗੀ ਤਾਂ ਤੁਸੀਂ ਮੇਰੇ ਕਿਸੇ ਵੀ ਵੀਡੀਓ ਜੱਜ ਤੱਕ ਮੈਨੂੰ ਚੁੱਕ ਕੇ ਦਿਖਾ ਲਓ ਮੈਂ ਪ੍ਰੀ ਵਰਕਆਊਟ ਰეკਮੈਂਡ ਕੀਤਾ ਉਹਦੇ ਨੋ ਵੇ ਬੀ ਸੀ ਐਸ ਉਹ ਜਰੂਰੀ ਹੈ ਉਹ ਬੇਸਿਕ ਸਪਲੀਮੈਂਟ ਆ ਜਾਂਦਾ ਬ੍ਰਾਂਚ ਚੈਨ ਮੀਨੋ ਐਸਿਡ ਕਿਉਂਕਿ ਤੁਹਾਡੀ ਰਿਕਵਰੀ ਹੁੰਦੀ ਹੈ ਜਦੋਂ ਤੁਸੀਂ ਵਰਕਆਊਟ ਕਰਦੇ ਹੋ ਤੁਹਾਡੇ ਜਿਹੜੇ ਟਿਸ਼ੂ ਆ ਸੈੱਲ ਆ ਟੁੱਟਦੇ ਆ ਜਦੋਂ ਬੰਦਾ ਕਹਿੰਦਾ ਮੇਰੀ ਬੱਸ ਹੋ ਗਈ ਹੁਣ ਈਵਨ ਹੁਣ ਅਸੀਂ ਬੋਲਦੇ ਆ ਸਾਡੇ ਸੈੱਲ ਟੁੱਟਣ ਦੇ ਅੰਦਰ ਨਾ ਨਾ ਜੀ ਵੇਸਟ ਕਰ ਰਹੇ ਆ ਜੀ ਸੋ ਉਹਦੇ ਨਾਲ ਕੀ ਹੁੰਦਾ ਹੈ ਕਿ ਬੀਸੀਡਬਲ ਇਹ ਤੁਹਾਨੂੰ ਤੁਹਾਡੇ ਰਿਕਵਰੀ ਹੈ ਜਿਹੜੀ ਸਟ੍ਰੇਟ ਵੇ ਨਾਲ ਦੀ ਨਾਲ ਕਰਦਾ ਰਹਿੰਦਾ ਕਿ ਤੁਹਾਡਾ ਜਿਹੜਾ ਸੈੱਲ ਆ ਟਿਸ਼ੂ ਉਹਨੂੰ ਨਵੇਂ ਬਣਾਉਂਦਾ ਉਹਨਾਂ ਤੋਂ ਜੀ ਥੱਕਦੇ ਘਟਜੋ ਤੁਹਾਡਾ ਮਸਲ ਜਿਹੜਾ ਹੁੰਦਾ ਹੈ ਮਸਲ ਸਾਈਜ਼ ਬਾਚੇ ਜਾਂਦਾ ਸੇਫ ਹੋ ਜਾਂਦਾ ਤੁਹਾਡੀ ਪੂਰੀ ਦਿਨ ਦੀ ਰੁਟੀਨ ਦੇ ਵਿੱਚ ਕਿਹੜੇ ਕਿਹੜੇ ਸਪਲੀਮੈਂਟ ਹੈਗੇ ਨੇ ਜਿਹੜੇ ਤੁਹਾਡੇ ਸਟ੍ਰਕਚਰ ਹੁੰਦੇ ਨੇ ਆਪਣੇ ਪਰਸਨਲ ਸਪਲੀਮੈਂਟ ਯੂਜ਼ ਕਰਦੇ ਹੋਵਗੇ ਮੈਂ ਰਿਕਮੈਂਡ ਕਰਦਾ ਕਿ ਨੈਚੁਰਲ ਟੀਨ ਕਿਉਂ ਕਿ ਕਿਉਂਕਿ ਇਹਦੇ ਕੋਲ ਹਰ ਇੱਕ ਉਹ ਟੈਸਟ ਅਵੇਲੇਬਲ ਆ ਜਿਹੜਾ ਇਹ ਪ੍ਰੂਵ ਕਰਦਾ ਹੈ ਕਿ ਇਹ ਪ੍ਰੋਡਕਟ ਸਾਡੀ ਹੈਲਥ ਵਾਸਤੇ ਸਾਡੇ ਆਰਗਨ ਵਾਸਤੇ ਖਰਾਬ ਨਹੀਂ ਹੈਗੇ ਇਹਦਾ ਸਾਰਾ ਰੌ ਮਟੀਰੀਅਲ ਜਿਹੜਾ ਆ ਖਾਸ ਕਰਕੇ ਵੇ ਪ੍ਰੋਟੀਨ ਦਾ ਉਹ ਜਰਮਨ ਤੋਂ ਆਉਂਦਾ ਹੈ ਯਾਨੀ ਕਿ ਇਹਨਾਂ ਦਾ ਵੇ ਪ੍ਰੋਟੀਨ ਮੇਰੀ ਆਰਗਨ ਹੈਲਥ ਲਈ ਜ਼ਿਆਦਾ ਵਧੀਆ ਹੈਗਾ ਹੈ ਜੇ ਮੈਂ ਅਲੱਗ ਵੇ ਪ੍ਰੋਟੀਨ ਯੂਜ਼ ਕਰਦਾ ਹੋਵਾਂ ਕਿਸੇ ਹੋਰ ਬ੍ਰਾਂਡ ਦਾ ਤਾਂ ਉਹਨੂੰ ਯੂਜ਼ ਕਰਨ ਦੇ ਨਾਲ ਵੀ ਮੇਰੀ ਮਸਲ ਬਿਲਡ ਹੋਏਗੀ ਫੈਟ ਲੌਸ ਹੋਏਗਾ ਬਟ ਉਹ ਮੇਰੀ ਆਰਗਨ ਹੈਲਥ ਦੀ ਚੰਗਾ ਹੈਗਾ ਕਿ ਨਹੀਂ ਹੈਗਾ ਇੱਥੇ ਹਮੇਸ਼ਾ ਕੁਐਸਚਨ ਮਾਰਕ ਰਹੇਗਾ ਇਸ ਕਰਕੇ ਮੈਂ ਇਹਦਾ ਵੇ ਪ੍ਰੋਟੀਨ ਯੂਜ਼ ਕਰਦਾ ਹੈਗਾ ਇਹਦਾ ਕਰੇਟਿਨ ਯੂਜ਼ ਕਰਦਾ ਹੈਗਾ ਜੇ ਤੁਸੀਂ ਨੈਚੁਰਲਟੀ ਦੀ ਵੈਬਸਾਈਟ ਤੇ ਜਾ ਕੇ ਕੋਪਨ ਕੋਡ C H W E M A ਚੀਮਾ ਅਪਲਾਈ ਕਰੋਗੇ ਤਾਂ ਤੁਹਾਨੂੰ ਇੱਕ ਗੁੱਡ ਡਿਸਕਾਊਂਟ ਮਿਲੇਗਾ ਤੇ ਮੈਨੂੰ ਤੁਹਾਡਾ ਬਹੁਤ ਸਾਰਾ ਪਿਆਰ ਸ਼ੁਕਰੀਆ ਮੈਂ ਜ਼ਿੰਕ ਮੈਗਨੀਸ਼ੀਅਮ ਰਾਤ ਨੂੰ ਲੈਂਦਾ ਦੋ ਕੈਪਸੂਲ ਹਾਂਜੀ ਤੇ ਸਵੇਰੇ ਮ ਉਹ ਮੈਥੇ ਵੀ ਦੱਸਣਾ ਚਾਹਨਾ ਜਿੰਨੇ ਵੀ ਸਾਡੇ ਛੋਟੇ ਵੀਰ ਐ ਪ੍ਰੋਜ਼ਿੰਕ ਮੈਗਨੀਸ਼ੀਅਮ ਜ਼ਰੂਰ ਲੋ ਚਾਹੇ ਕੋਈ ਜਿਮ ਜਾਂਦਾ ਨਹੀਂ ਜਾਂਦਾ ਚਾਹੇ ਤੁਹਾਡੇ ਕੋਈ ਭੈਣ ਐ ਭਰਾ ਐ ਹਰ ਇੱਕ ਲਈ ਜ਼ਰੂਰੀ ਐ ਤੁਹਾਡੇ ਬਜ਼ੁਰਗ ਵੀ ਐ ਜ਼ਿੰਕ ਮੈਗਨੀਸ਼ੀਅਮ ਜ਼ਰੂਰ ਲੋ ਉਹਨਾਂ ਕੀ ਤੁਹਾਡੀ ਨਾਈਟ ਟਾਈਮ ਰਿਕਵਰੀ ਹੁੰਦੀ ਐ ਕਿੰਨਾ ਲੈਨੇ ਹੋ ਪਾਣੀ ਦੇ ਨਾਲ ਦੁੱਧ ਦੇ ਨਾਲ ਜਾਂ ਰਾਤ ਨੂੰ ਕਿੰਨਾ ਚਿਰ ਸੌਣ ਤੋਂ ਪਹਿਲਾਂ ਕੋਈ ਇਦਾਂ ਦਾ ਹੈਗਾ ਡਿਨਰ ਤੋਂ ਬਾਅਦ ਤੁਸੀਂ ਲੈ ਸਕਦੇ ਠੀਕ ਹਾਂ ਟੈਬਲੇਟ ਸੁਣੀਆਂ ਕਿ ਡੋਸਾ ਤੁਹਾਡੀ ਉਹ ਹਰ ਇੱਕ ਪ੍ਰੋਟੈਕ ਦੀ ਆਪਣੀ ਆਪਣੀ ਰეკਮੈਂਡੇਸ਼ਨ ਹੁੰਦੀ ਹੈ ਓਕੇ ਮਲਟੀਪਾਰਟਮੈਂਟਸ ਹੋ ਗਏ ਉਹ ਹਰ ਇੱਕ ਲਈ ਜ਼ਰੂਰੀ ਹੈ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਉਹ ਹੁਣ ਸੋਰਸਸ ਨਹੀਂ ਰਹਿਿਆ ਸੀ ਕੁਦਰਤ ਤੋਂ ਦੂਰ ਚਲ ਗਏ ਸੋ ਭਾਈ ਮਲਟੀਪਾਰਟਮੈਂਟ ਸਾਡੇ ਲਈ ਜ਼ਰੂਰੀ ਹੈ ਤੇ ਇੱਕ ਸਿਰਫ ਵਿਜੀਬਲ ਹੈ ਤੇ ਪ੍ਰੋਟੀਨ ਦਾ ਸੋਰ ਪ੍ਰੋਟੀਨ ਸਿਰਫ ਐਕਸਰਸਾਈਜ਼ ਤੋਂ ਬਾਕੀ ਓਕੇ ਕਰੇਟਿਨ ਕਰੇਟਿਨ ਮੈਨੂੰ ਲੋੜੇ ਜੀ ਮੇਰਾ ਸਸੂ ਠੀਕ ਹੈ ਪਹਿਲਾਂ ਪਤਾ ਹੀ ਨਹੀਂ ਲੱਗਦਾ ਹੁੰਦੇ ਸੀ ਤੁਹਾਡੀ ਏਜ ਕੀ ਹੈ ਭਾਜੀ ਉਹ ਸੌਰੀ 80 ਦਾ ਜਨਮ ਹੈ ਮੇਰਾ 43 ਹੋ ਗਿਆ 43 ਹੋ ਗਿਆ 43 ਦੇ ਵਿੱਚ ਯੂ ਲੁਕਿੰਗ ਵੈਰੀ ਯੰਗ ਪਾਜੀਂਗ ਆਬਵੀਅਸਲੀ ਦਿਖ ਰਿਹਾ ਹੈ ਤੁਹਾਨੂੰ ਪਤਾ ਹੋਣਾ ਹਾਂਜੀ ਤੇ ਮਸਕੁਲੈਨਿਟੀ ਦੀ ਇੱਕ ਪਹਿਚਾਣ ਲੱਭਦੀ ਪਈ ਆ ਮਸਕੁਲੈਨਿਟੀ ਨਾਟ ਇਨ ਦਾ ਟਰਮਸ ਆਫ ਦਿਖਣ ਦੇ ਵਿੱਚ ਤੁਹਾਡੀ ਪ੍ਰੈਜ਼ੈਂਸ ਲੱਗਦੀ ਪਈ ਹੈਗੀ ਆ ਬਟ ਤੁਹਾਡੀ ਗੱਲਬਾਤ ਤੋਂ ਮੇਰਾ ਬਹੁਤ ਪੌਡਕਾਸਟ ਕੀਤੇ ਆ ਬਟ ਇਹੋ ਜੇ ਪੌਡਕਾਸਟ ਦੇ ਵਿੱਚ ਮੈਂ ਈ ਦੱਸਣਾ ਚਾਹੁੰਦਾ ਸੀਗਾ ਕਿ ਕਿਤਨਾ ਕਿਤੇ ਕਿਈ ਦਿਸ ਇੰਡਸਟਰੀ ਦੇ ਵਿੱਚ ਤੁਸੀਂ ਮਿਲੀਅਨਸ ਦੇ ਵਿੱਚ ਪੈਸਾ ਕਮਾ ਸਕਦੇ ਹੈਗੇ ਉਹ ਸਿਰਫ ਘਰ ਦਾ ਗੁਜ਼ਾਰਾ ਕਰਨ ਤੱਕ ਦੀ ਇੰਡਸਟਰੀ ਨਹੀਂ ਹੈਗੀ ਇਹ ਹਾਂਜੀ ਤੁਸੀਂ ਮਿਲੀਅਨਸ से ਜਾ ਸਕਦੇ ਹੈਗੇ ਉਹ ਤੁਸੀਂ ਜਿੱਥੇ ਮਰਜੀ ਹੈਗੇ ਉਹ ਚਾਹ ਆਸਟ੍ਰੇਲੀਆ ਚਾਹ ਇੰਡੀਆ ਚਾਹ ਕੈਨੇਡਾ ਕਿਤੇ ਵੀ ਹੈਗੇ ਉਹ ਹਾਂ ਤੁਸੀਂ ਇੱਕ ਬ੍ਰਾਂਡ ਐਂਬੈਸਡਰ ਆਪਣੇ ਬ੍ਰਾਂਡ ਦੇ ਨਹੀਂ ਹੈਗੇ ਤੁਸੀਂ ਇੱਕ ਬ੍ਰਾਂਡ ਐਂਬੈਸਡਰ ਉਸ ਸੋਚ ਦੇ ਹੈਗੇ ਹੋ ਜਿਹੜੇ ਲੱਗਦਾ ਹੈ ਕਿ ਇਸ ਇੰਡਸਟਰੀ ਦੇ ਵਿੱਚ ਤਾਂ ਸਾਡੇ ਸਰਵਾਈਵਲ ਔਖਾ ਆ ਪਿਆ ਹਾਂਜੀ ਸੋ ਉਹ ਚੀਜ਼ ਅੱਗੇ-ਅੱਗੇ ਦੇਖਣੀ ਜ਼ਰੂਰੀ ਸੀ ਬਹੁਤ ਜ਼ਰੂਰੀ ਹੈ ਕਿਉਂਕਿ ਹੁਣ ਮੈਂ ਦੇਖਾਂ ਜਦੋਂ ਹੁਣ ਕ੍ਰੀਏਟਿਵ ਹੋਣਾ ਬਹੁਤ ਜ਼ਰੂਰੀ ਹੈ ਮੈਂ ਪਹਿਲਾਂ ਵੀ ਦੱਸਿਆ ਜੀ ਜੀ ਹੁਣ ਆਪਾਂ ਇੱਕ ਬਿਜ਼ਨਸ ਸਟਾਰਟ ਕੀਤਾ ਉਹ ਬਿਜ਼ਨਸ ਲਾਈਫ ਟਾਈਮ ਉੱਤੇ ਨਹੀਂ ਰਹਿ ਸਕਦਾ ਡਿਪੈਂਡ ਹੁਣ ਪਹਿਲਾਂ ਸਪਲੀਮੈਂਟ ਸਟੋਰ ਕੀਤਾ ਫਿਰ ਜਿਮ ਕੀਤਾ ਫਿਰ ਜਿਮ ਨੂੰ ਤੁਸੀਂ ਵੱਖਰਾ ਕਿਵੇਂ ਕਰ ਸਕਦੇ ਹੋ ਉੱਤੇ ਵੀ ਡਿਪੈਂਡ ਹੁੰਦਾ ਤੁਹਾਡੇ ਪਰਸਨਲ ਟ੍ਰੇਨਰ ਕਿਹੋ ਜਿਹਾ ਤੁਸੀਂ ਅਸੈਸਮੈਂਟ ਕਿੱਦਾਂ ਕਰਦੇ ਹੋ ਬੰਦੇ ਨੂੰ ਕਸਟਮਰ ਸਰਵਿਸ ਕਿਹੋ ਜਿਹੀ ਹੈ ਹੁਣ ਅਸੀਂ ਕੀ ਹੈ ਅਸੀਂ ਥੋੜਾ ਥੋੜਾ ਚਰਵਾ ਦਾ 12 ਵੀਕ ਚੈਲੰਜ ਚਲਾ ਦਈਦਾ ਹੈ ਤੇ ਕੋਈ ਮਾਜ ਮਿਸਿੰਗ ਆ ਆਪਣੇ ਇੰਡੀਆ ਦੀ ਮਿਸਰ ਬਹੁਤ ਬਹੁਤ ਜ਼ਿਆਦਾ ਮਿਸ ਹੈ ਆਹੀਂ ਵੈਸੇ ਇੱਕ ਚੈਲੰਜ ਚਲਾਇਦਾ ਆ ਹੋਰ ਨੋਰਮਲ ਦੇ ਚੱਲ ਰਿਹਾ ਬੰਦੇ ਐਕਸਰਸਾਈਜ਼ ਆ ਰਹੇ ਆਜੋ ਭਈ ਸਾਰੇ ਅੱਜ ਤੁਹਾਡਾ ਪੁਸ਼-ਅਪ ਚੈਲੰਜ ਹੈ ਜਿਹੜਾ ਜਿੱਤੂਗਾ ਉਹਦੀ ਮੈਂਬਰਸ਼ਿਪ ਫ੍ਰੀ ਹੈ ਜਾਂ ਬਡਬਾ ਪ੍ਰੋਟੀਨ ਦਾ ਉਹਨੂੰ ਫ੍ਰੀ ਹੈ ਜਾਂ ਇੰਨੇ ਅਸੀਂ ਕੁਝ ਕੁਛ ਨਾ ਕੋਈ ਰੱਖ ਦਿੱਤਾ ਹੈ ਰਿਵਾਰਡ ਦਿੱਤਾ ਹਾਂ ਕਿਤੇ ਚਿਨ-ਅਪ ਚੈਲੰਜ ਚਲਾਇਦਾ ਉਹ ਇੱਕ ਜਸਟ ਐਵੇਂ ਥੋੜਾ ਬਹੁਤਾ ਕਰਨਾ ਪੈਂਦਾ ਉਹਨਾਂ ਕੀ ਜਿੰਨੇ ਜਿਮ ਵਿੱਚ ਤੁਹਾਡੇ ਬੰਦੇ ਆਉਂਦੇ ਉਹ ਮੋਟੀਵੇਟ ਰਹਿੰਦੇ ਆ ਉਹ ਰੈਗੂਲਰ ਹੋ ਜਾਂਦੇ ਵੇ ਕਦੋਂ ਭਾਜਨੇ ਚੈਲੰਜ ਲਾ ਦੜਾ ਕਦੋਂ ਕੁਛ ਹੋਣਾ ਵੇ ਆਪਾਂ ਜਾਣਾ ਈਵਨ ਨਾਟ ਆਪਣੇ ਬੰਦੇ ਨਹੀਂ ਗੋਰੇ ਵੀ ਸਾਡੇ ਕੋਲ ਬਹੁਤ ਆਉਂਦੇ ਆ ਬਾਈ ਦੇਖਿਆ ਸਾਰੇ ਗੋਰੇ ਟ੍ਰੇਲਰ ਰੱਖੇ ਗੋਰੇ ਤੁਸੀਂ ਤਾਂ ਵੀਡੀਓ ਵੀ ਸਾਰੇ ਗੋਰੇ ਦੀ ਬੋਨੇ ਹੋ ਇੱਕ ਤਾਂ ਮਾਰ ਆਈ ਗੋਰੇ ਮੈਂ ਕਿਹਾ ਸਾਡਾ ਜਿੰਮਾ ਜਿਹੜਾ ਉਹ ਆਲਮੋਸਟ ਗੋਰੇ ਉੱਥੇ ਕਾਫੀ ਆਉਂਦੇ ਆ ਪਰ ਆ 50% ਹੁੰਦੇ ਨੇ ਈਵਨ ਦੇਸੀ ਵੀ ਆਪਣੇ ਅੱਜ ਕੱਲ ਗੋਰੇਾਂ ਵਰਗੇ ਲੱਗਦੇ ਹੁੰਦੇ ਬੜਾ ਸ਼ਕੀਨ ਆ ਉੱਥੇ ਹਾਂ ਨਹੀਂ ਪਤਾ ਲੱਗਦਾ ਜਿਆਦਾ ਤੇ ਉਸੇ ਜੀ ਕਰਕੇ ਜਿਹੜਾ ਇੱਕ ਤਾਂ ਬਿਜ਼ਨਸ ਹੈ ਹੁਣ ਬਿਜ਼ਨਸ ਦੇ ਵਿੱਚ ਤੁਸੀਂ ਕੀ ਕਰਦੇ ਹੋ ਕ੍ਰੀਏਟੀਵਿਟੀ ਉਹ ਤੁਹਾਡੇ ਤੇ ਹੈ ਸੋਸ਼ਲ ਮੀਡੀਆ ਦੇ ਕੀ ਕੀ ਕਰ ਰਹੇ ਹੋ ਤੁਸੀਂ ਕਿੰਨੇ ਐਕਟਿਵ ਹੋ ਕਿਵੇਂ ਰਿਸਪੌਂਡ ਦੇ ਰਹੇ ਹੋ ਕਸਟਮਰ ਸਰਵਿਸ ਕਿਹੋ ਜਿਹੀ ਹੈ ਹੁਣ ਬੰਦਾ ਉੱਥੋਂ ਤੁਹਾਡੇ ਕੋਲ ਆਉਂਦਾ ਹੈ ਤਦ ਉਹ ਢਿੱਲੇ ਜਿਹੇ ਮੂਨਾਵ ਨੂੰ ਰਿਪਲਾਈ ਕਰਨੇ ਬੰਦਾ ਆਪ ਦੀ ਮੋਟੀਵੇਟ ਹੋ ਜਾਂਦਾ ਹੁੰਦਾ ਹਾਂ ਦਾ ਮਰ ਜਾਇਆ ਪਿਆ ਮੈਂ ਕੀ ਕਰੀ ਤੇ ਕੋਲ ਹੋਣਾ ਠੀਕ ਹੈ ਸੋ ਇਹ ਕ੍ਰੀਏਟੀਵਿਟੀਆਂ ਹੋਣੀਆਂ ਬਹੁਤ ਜ਼ਰੂਰੀ ਹੈ ਹੈਲਪ ਕਰੋ ਮੈਂਬਰਸ ਜਿੰਨੀ ਵੱਧ ਤੋਂ ਵੱਧ ਕਰ ਸਕਦੇ ਹੋ ਤੁਸੀਂ ਛੋਟੇ ਛੋਟੇ ਟਿਪਸ ਦਿਓ ਜਿੰਨਾ ਕੋ ਅੜਦਾ ਉਹਨਾਂ ਤੇ ਮੈਂ ਗਿਆ ਸੀਗਾ ਉਹ ਭੈਣ ਜੀ ਉਹਨਾਂ ਦੀ ਹੈ ਨਾ ਉਹ ਅ ਸਟਕ ਹੋ ਗਈ ਮਸ਼ੀਨ ਓਕੇ ਉਹ ਮੈਨੂੰ ਪਤਾ ਨਹੀਂ ਸੀ ਉਹਨਾਂ ਨੂੰ ਮੈਂ ਖਾਣਾ ਮੈਨੂੰ ਕਹਿੰਦੇ ਉਹਨ ਦੇਖਿਆ ਵੀ ਉਹ ਬੋੜੀ-ਬੋੜੀ ਚੰਗੇ ਇਹਨੂੰ ਪਤਾ ਹੋਦਾ ਉਹ ਕਹਿੰਦੇ ਵੀ ਹਾਂ ਮਸ਼ੀਨ ਸਟਕ ਹੋ ਗਈ ਵੀ ਇਹਨੂੰ ਮੈਂ ਉਹ ਕਰਤੀ ਤੇ ਸੈੱਟ ਕਰਤੀ ਉਹ ਕਹਿੰਦੇ ਭਾਈ ਅਸੀਂ ਲਾਈ ਨਹੀਂ ਵੀ ਕਿਵੇਂ ਲਾਣੀ ਆ ਮੈਂ ਬਤੱਸਿਆ ਸਾਰਾ ਐਦਾਂ ਬੈਣਾ ਆਹ ਤੁਹਾਡੀ ਪੋਜੀਸ਼ਨ ਹੋਰ ਚਾਹੀਦੀ ਆ ਇੱਥੋਂ ਤੁਸੀਂ ਫੜਨਾ ਐ ਇੰਨੇ ਕੁ ਮਸਲ ਟਾਈਟ ਰੱਖਣੈ ਦੈਨ ਯੂ ਸਟਾਰਟ ਇਟ ਉਹ ਕਹਿੰਦੇ ਭਾਜੀ ਵੀ ਅਸੀਂ ਤੁਹਾਡੇ ਤੋਂ ਟ੍ਰੇਨਿੰਗ ਲੈਣੀ ਹੈ। ਆਹ ਭੈਣ ਹੋਣੀ ਕਹਿੰਦੇ। ਮੈਂ ਨਹੀਂ ਮੈਂ ਤਾਂ ਬਾਹਰੋਂ ਆਇਆ। ਉਹ ਕਹਿੰਦੇ ਵੀ ਤੁਸੀਂ ਦੱਸਿਆ ਵਧੀਆ। ਸੋ ਆਹ ਛੋਟੀਆਂ-ਛੋਟੀਆਂ ਚੀਜ਼ਾਂ ਹੁੰਦੀਆਂ ਜਿਹੜੇ ਤੁਹਾਨੂੰ ਤੁਹਾਡੇ ਕਸਟਮਰ ਪਰਮਨੈਂਟ ਹੋ ਜਾਂਦੇ ਆ। ਉਹ ਜਦੋਂ ਬੰਦਾ ਤੁਸੀਂ ਚੀਜ਼ਾਂ ਐਕਸਪਲੇਨ ਕਰਤੀਆਂ ਉਹ ਕਰ ਜਾਊਗਾ, ਕਰਦਿਆਂ ਦੱਸੂਗਾ ਉਹ ਤਾਂ ਬਹੁਤ ਵਧੀਆ ਦੱਸਦੇ ਨੇ। ਉਹਨਾਂ ਦਾ এনਵਾਇਰਨਮੈਂਟ ਡਿਫਰੈਂਟ ਹੈ। ਹੁਣ ਮੈਂ ਇੱਕ ਬੱਚਿਆਂ ਦੀ ਕਲਾਸਾਂ ਦੇ ਵਿੱਚ ਲਾ ਦਨਾ। ਬੱਚੇ ਜਿਹੜੇ ਛੋਟੇ 6 ਸਾਲ ਤੋਂ ਲੈ ਕੇ 11 ਸਾਲ ਤੱਕ ਨਾ ਉਹਨਾਂ ਦੀਆਂ ਕਲਾਸਾਂ ਖੁਦ ਲੈਣਾ। ਅੰਡਰ ਮਾਈ ਸੁਪਰਵਾਈਜ਼ਰ ਉਹ ਤੇ ਮੈਨੂੰ ਫਾਇਦਾ ਕੋਈ ਨਹੀਂ ਹੈ ਪਰ ਉਹ ਇੱਕ ਐਕਸਟਰਾ ਆਡੀਸ਼ਨ ਹੋ ਗਿਆ ਕੱਲ ਉਹਨਾਂ ਦੇ ਪੇਰੈਂਟ ਆਣਗੇ ਚਾਚੇ ਪਾਏ ਆਣਗੇ ਜਿਹਦਾ ਜਵਾਬ ਜਾਂਦਾ ਉਹ ਨਹੀਂ ਬਹਿਣਾ ਵੀ ਨਾਲ ਨਾਲ ਕੁਝ ਪਿਲਾ ਲੈਣਗੇ ਸੋ ਹਰ ਇੱਕ ਚੇਂਜ ਨੂੰ ਆਪਾਂ ਡਿਫਰੈਂਟ ਤਰੀਕੇ ਨਾਲ ਦੇਖੀਏ ਕਿ ਤੁਸੀਂ ਅਲੰਗ ਕਿਉਂ ਠੀਕ ਹੈ ਉਹ ਚੀਜ਼ ਦਾ ਬਹੁਤ ਫਰਕ ਪੈਂਦਾ ਹੁਣ ਚਿਕਨ ਬ੍ਰੈਸਟ ਆ ਮੈਨੂੰ ਲੱਗਦਾ ਦੂਸਰੇ ਵੀ ਕਰ ਦਿੰਦੇ ਨੇ ਰੈਸਟੋਰੈਂਟਾਂ ਦੇ ਵੀ ਹੋ ਜਾਂਦਾ ਪਰ ਆਪਾਂ ਡਿਫਰੈਂਟ ਹੈ ਇੱਥੇ ਆਪਣੇ ਕੋਲ ਸਾਰਾ ਪੂਰਾ ਪੈਕੇਜ ਪਿਆ ਹੈ ਗਰੀਨਸ ਵੀ ਪਈਆਂ ਸਾਰਾ ਕੁਝ ਪਿਆ ਬਾਈ ਕਿਵੇਂ ਦੀ ਕਰਨੀ ਕਿਵੇਂ ਨਹੀਂ ਕਰਨੀ ਦੱਸ ਸਿੱਕੀ ਚੀਜ਼ ਹੈ ਕਿ ਕਿੰਨੀ ਚਾਹੀਦੀ ਆ ਹਾਂ ਰਿਜ਼ਰਵੈਂਟ ਚ ਲੈਣੀ ਆ ਨਹੀਂ ਲੈਣੀ ਆ ਨਾਲ ਕਿਹੜੀ ਫਰਕ ਹੈ ਹੁਣ ਇਹ ਵੀ ਮਸਲ ਹੌਲਿਕ ਹੈਗਾ ਹੁਣ ਆਪਣਾ ਜਿਹੜਾ ਮੈਨੂ ਹੈ ਉਹ ਥੋੜੇ ਥੋੜੇ ਚਿਰ ਬਾਅਦ ਚੇਂਜ ਹੋਣਾ ਚਾਹੀਦਾ ਹੈ ਨਵੀਆਂ ਚ ਜਾਣੀਆਂ ਚਾਹੀਦੀਆਂ ਕੁਝ ਨਮਾ ਕੁਝ ਕੜਤਾ ਕੁਝ ਪਾਤਾ ਕੁਝ ਕਰਤਾ ਕੁਝ ਪਾਤਾ ਉਹ ਚੀਜ਼ਾਂ ਬਹੁਤ ਫਰਕ ਪਾਦੀਆਂ ਐਚ ਆਰ ਪਲਾਨ ਦਾ ਪੀਨਟ ਬਟਰ ਮੈਂ ਇਹਨਾਂ ਦੇ ਪਲਾਨ ਤੇ ਜਾ ਕੇ ਵਿਜ਼ਿਟ ਕੀਤਾ ਬਿਲਕੁਲ ਦੇਸੀ ਮੂਫਲੀ ਨੂੰ ਯੂਜ਼ ਕਰਕੇ ਇਹ ਪੀਨਟ ਬਟਰ ਨੂੰ ਬਣਾ ਰਹੇ ਹੈਗੇ ਨੇ ਮੈਂ ਚਾਹਾਂਗਾ ਕਿ ਪੰਜਾਬ ਦਾ ਹਰ ਇੱਕ ਬੰਦਾ ਜਿਹੜਾ ਕਿਸੇ ਵੀ ਬ੍ਰਾਂਡ ਨੂੰ ਯੂਜ਼ ਕਰਦਾ ਹੈਗਾ ਇੱਕ ਵਾਰ ਐਚ ਆਰ ਪਲਾਂਟ ਦੇ ਪੀਨਟ ਬਟਰ ਨੂੰ ਯੂਜ਼ ਕਰੇ ਕਿਉਂ ਦੇਸੀ ਮੂਫਲੀ ਦਾ ਬਣਿਆ ਹੋਇਆ ਹੈ ਕਾਫੀ ਸਮੂਥ ਹੈਗਾ ਤੇ ਮੇਰੀ ਇੱਤੇ ਗਾਰੰਟੀ ਹੈਗੀ ਆ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ hrplants.in ਤੇ ਜਾ ਕੇ ਜੇ ਨੈਚੁਰਲ ਪੀਨਟ ਬਟਰ ਤੇ 쿠ਪਨ ਕੋਡ CHWEMA ਚੀਮਾ ਅਪਲਾਈ ਕਰੋਗੇ ਤੁਹਾਨੂੰ ਬਹੁਤ ਸੋਨਾ ਡਿਸਕਾਊਂਟ ਮਿਲੇਗਾ ਤਾਂ ਤੁਹਾਨੂੰ ਇੱਕ ਗੁੱਡ ਕੁਆਲਿਟੀ ਪੀਨਟ ਬਟਰ ਵੀ ਮਿਲੇਗਾ ਸਾਡੇ ਪਿੰਡ ਦਾ ਜਿੰਮ ਸਰਵਾਈਵਲ ਤੇ ਖਤਮ ਹੋ ਰਿਹਾ ਹੈ ਅੰਡ ਤੁਸੀਂ ਇੱਕ ਮਲਟੀ ਮਿਲਿਨਲ ਬਿਜ਼ਨਸ ਸਟੈਬਲਿਸ਼ ਕਰਤਾ ਹੈਗਾ ਸਿਰਫ ਜਿਮ ਦੇ ਥਰੂ ਹੂੰ ਕੁਝ ਚੀਜ਼ਾਂ ਤਾਂ ਮੈਨੂੰ ਦੇਖ ਕੇ ਦੇਖਣੀਆਂ ਪਈਆਂ ਆ ਜੋ ਉਹਦੇ 'ਚ ਕਮੀਆਂ ਹੈਗੀਆਂ ਆ ਤੁਸੀਂ ਕਮੀ ਔਨ ਨਹੀਂ ਦਿੱਤੀ ਹਾਂਜੀ ਹੋਰ ਕਿਵੇਂ ਇੱਕ ਬੰਦਾ ਜਿਹੜਾ ਜਿਮ ਓਨਰ ਇਸਟਮ ਤੁਹਾਨੂੰ ਸੁਣ ਰਿਹਾ ਹੈਗਾ ਆ ਜਾਂ ਫਿਰ ਜਿਹਦਾ ਡ੍ਰੀਮ ਹੈਗਾ ਕਿ ਮੈਂ ਜਿਮ ਸਟਾਰਟ ਕਰਾਂ ਮੈਨੂੰ ਉਹਦੇ ਲਈ ਇਨਵੈਸਟਮੈਂਟ ਚਾਹੀਦੀ ਆ ਮੈਨੂੰ ਉਹਦੇ ਲਈ ਕੀ ਸਟਾਰਟਅਪ ਹੈਗਾ ਆ ਉਹਨੂੰ ਸ਼ੁਰੂ ਕਰਵਾ ਦਿਓ ਅੱਜ ਭਾਜੀ ਕੀ ਦਿਮਾਗ 'ਚ ਰੱਖੇ ਕੀ ਸਟ੍ਰੈਟੇਜੀ ਹੈ ਜਿਹੜੇ ਵੀ ਬੰਦੇ ਦਾ ਜਿਮ ਹਾਲੇ ਸਟਾਰਟ ਕਰਿਆ ਸਟ੍ਰਗਲਿੰਗ ਪੀਰੀਅਡ ਦੇ ਵਿੱਚ ਸਟ੍ਰ ਸਟ੍ਰੇਟ ਵੇ ਆਪਣੇ ਜਿੰਮ ਤੇ ਜਿੰਨੇ ਵੀ ਚਾਹੇ ਤੋ ਉਹਦੇ ਕੋ ਪੰਜ ਮੈਂਬਰਾਂ ਦੇ ਜੇ 10 ਮੈਂਬਰਾਂ ਦੇ ਜੇ ਉਹਨਾਂ ਤੇ ਪ੍ਰੋਪਰ ਟਾਈਮ ਸਪੈਂਡ ਕਰੇ ਉਹਨਾਂ ਦੇ ਰਿਜ਼ਲਟ ਲੈ ਕੇ ਆਵੇ ਠੀਕ ਹੈ ਰਿਜ਼ਲਟ ਲੈ ਕੇ ਆਵੇ ਰਿਜ਼ਲਟ ਉਹਨਾਂ ਦੇ ਵਾਇਰਲ ਕਰੋ ਜਿੰਨਾ ਵੀ ਤੁਸੀਂ ਟਾਈਮ ਸਪੈਂਡ ਕਰ ਸਕਦੇ ਹੋ ਆਪਣੇ ਕਸਟਮਰ ਤੇ ਕਰੋ ਕਿਉਂਕਿ ਥੋੜਾ ਜਿਮ ਚੱਲਣਾ ਹੈ ਬੜਾ ਮੋਟ ਰਿਜ਼ਲਟ ਆਣਗੇ ਤੁਹਾਡੀ ਪ੍ਰੈਜ਼ੈਂਸ ਦੇਖਣਗੇ ਪਹਿਲਾਂ ਤੁਹਾਡੇ ਕੋਲ ਚਾਰ ਵੀ ਹੈ ਚਾਰਾਂ ਨੂੰ ਤੁਸੀਂ ਟ੍ਰੇਨਿੰਗ ਲਾਉਂਦੇ ਜੇ ਉਹਦੀ ਵੀਡੀਓ ਬਣਾਓ ਪ੍ਰੋਪਰ ਤਰੀਕੇ ਨਾਲ ਕਿਵੇਂ ਤੁਸੀਂ ਟ੍ਰੇਨਿੰਗ ਲਾਉਂਦੇ ਜੇ ਕਿਵੇਂ ਤੁਸੀਂ ਕੋਲ ਖੜੇ ਜੇ ਕਿਵੇਂ ਤੁਸੀਂ ਗਾਈਡ ਕਰ ਰਹੇ ਜੇ ਹੁਣ ਆਪ ਤੁਸੀਂ ਕਾਊਂਟਰ ਤੇ ਬੈਠੇ ਹੋ ਇੰਸਟਾਗ੍ਰਾਮ ਦੇਖੀ ਜਾਂਦੇ ਅੰਦਰੋਂ ਲੱਗਿਆ ਅੱਛਾ ਆਨਾ ਉਹ ਮਗਲੋ ਕਲਚਰ ਬਣ ਚੁੱਕਾ ਹੈ ਹੈ ਨਾ ਨਹੀਂ ਇੰਦੇ ਹੀ ਹੈ ਉਹ ਕੜ ਕੇ ਖੜੋ ਵੀਡੀਓ ਬਵਾਉਣਾ ਇੱਥੇ ਦੇਖਿਆ ਬਹੁਤ ਬੰਦੇ ਵਧੀਆ ਵੀ ਨੇ ਜੀ 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 ਉਹ ਆਪ ਖੜ ਖੜ ਕੇ ਖੜ ਖੜ ਕੇ ਇੱਕ ਰਾਣਾ ਕੋਈ ਨਾਮ ਦਾ ਬੰਦਾ ਹਾਂਜੀ 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 ਉਹ ਮੁੰਡਾ ਵੀ ਮੈਂ ਜਾਣਦਾ ਨਹੀਂਗਾ ਵੈਸੇ ਉਹ ਮੈਂ ਦੇਖਿਆ ਉਹ ਵੀ ਬਹੁਤ ਮੋਟੀਵੇਟ ਕਰਦਾ ਹੈ ਬਾਈ ਉਹ ਆਪ ਨਾਲੋਂ ਕਿ ਲਾਂ ਨਾਲ ਹਾਂ ਉਹ ਦੇਖੋ ਉਹਨਾਂ ਕੋ ਬਜ਼ੁਰਗ ਵੀ ਆਉਂਦੇ ਪਾਵਰ ਲਿਫਟਿੰਗ ਦਾ ਜਿਆਦਾ ਕਰਾਂਦੇ ਨੇ ਜੀ ਤੋਂ ਹੋਰ ਵੀ ਕਾਫੀ ਜਿੰਮਾਂ ਦੇ ਵਿੱਚ ਹੈ ਉਹ ਚੀਜ਼ਾਂ ਚਾਹੀਦੀਆਂ ਛੁਣਦੇ ਕੋਲ ਬੰਦੇ ਆਉਣ ਨੂੰ ਰੈਡੀ ਨੇ ਬੰਦਿਆਂ ਦੀ ਪ੍ਰੋਬਲਮ ਕੀ ਹੈ ਕਿ ਸਾਨੂੰ ਗਾਈਡੈਂਸ ਨਹੀਂ ਮਿਲ ਰਹੀ ਹੁਣ ਕੋਈ ਵੀ ਸਟਰਗਲਿੰਗ ਪੀਰੀਅਡ ਚ ਦੇਖੋ ਇੱਕ ਸਮਾਂ ਤਾਂ ਦੇਣਾ ਪੈਣਾ ਹੈ ਸਮਾਂ ਤੁਹਾਨੂੰ ਦੇਣਾ ਪੈਣਾ ਸਮਾਂ ਤੁਹਾਨੂੰ ਆਪਣੇ ਕਲਾਇੰਟਸ ਤੇ ਦੇਣਾ ਪਾ ਇੱਕ ਇੱਕ ਕਲਾਇੰਟ ਕਰ ਲਓ 5 ਕਲਾਇੰਟ ਲੱਗੇ ਆ 5 15 25 ਲੱਗੇ ਆਣਗੇ ਪਤਾ ਹੀ ਨਹੀਂ ਲੱਗਣਾ ਸਾਲ ਚ ਤੁਸੀਂ ਕਿੱਥੇ ਦੀ ਕਿੱਥੇ ਪਹੁੰਚ ਗਏ ਪੈਸੇ ਕਿੱਥੋਂ ਆ ਜਾਣਾ ਇੱਕ ਵਾਰ ਤੁਹਾਨੂੰ ਐਫਰਟ ਦੇਣੇ ਪੈਣੇ ਬੰਦ ਕਰਨ ਨਾਲੋਂ 4 ਮਹੀਨੇ ਡਟ ਕੇ ਲਾ ਲਓ ਆਊਗਾ ਆਊਗਾ 101% ਆਊਗਾ ਟੈਕਨਿਕਸ ਵਧੀਆ ਲੱਗਿਆ ਉਹਨਾਂ ਨੂੰ ਐਕਸਰਸਾਈਸ ਕਰਾਓ ਤੇ ਹਰ ਰੋਜ਼ ਤੁਹਾਡੀਆਂ ਦੋ ਵੀਡੀਓ ਪਾਣੀਆਂ ਚਾਹੀਦੀਆਂ ਸੋਸ਼ਲ ਮੀਡੀਆ ਤੇ ਹੁਣ ਮੈਂ ਦੇਖਿਆ ਮੇਰਾ ਤਾਂ ਇੱਥੇ ਸੋਸ਼ਲ ਮੀਡੀਆ ਚੱਕੋ ਗਿਆ ਕਿ ਹੁਣ ਇੱਥੇ ਤਾਂ ਪੋਟੈਂਸ਼ੀਅਲ ਹੀ ਜੰਨੀ ਹੈ ਹਾਲਾਂ ਉੱਤੇ ਜਲਵਾਰੀ ਘੱਟ ਪਾਦੇ ਆ ਬਿਜ਼ੀ ਆ ਜਿਆਦਾ ਜਾਂ ਕੁਝ ਵੀ ਆ ਨਾ ਕਿਉਂਕਿ ਰੀਚ ਇੱਥੇ ਦੀ ਫਿਰ ਇੱਥੇ ਲਾਗੇ ਜਿਆਦਾ ਆਏਗੀ ਜੀ ਹਨਾ ਇਹ ਚੀਜ਼ਾਂ ਫਰਕ ਹੈ ਇੱਥੇ ਮੈਂ ਉਹੀ ਕਹਿ ਰਿਹਾ ਕਿ ਪੋਟੈਂਸ਼ੀਅਲ ਬਹੁਤ ਹੈ ਬਹੁਤ ਪੋਟੈਂਸ਼ੀਅਲ ਹੈ ਕਿਉਂਕਿ ਅੱਜ ਦੀ ਡੇਟ ਚ ਪੋਪੂਲੇਸ਼ਨ ਵੀ ਬਹੁਤ ਹੈ ਸਾਰਿਆਂ ਦੇ ਘਰ ਦੇ ਕੋਲ ਦੇ ਬਾ ਤੋ ਪੋਟੈਂਸ਼ਲ ਸੋ ਲਾਸਟ ਕੁਐਸਚਨ ਆਫ ਦਾ ਡੇ ਬਣੀ ਮੈਂਟਲ ਹੈਲਥ ਉਤੇ ਆਪਾਂ ਖਤਮ ਕਰਨਾ ਚਾਹੁੰਦੇ ਹਾਂ ਤੁਹਾਡੇ ਵੱਲੋਂ ਇੱਕ ਲਾਸਟ ਮੈਸੇਜ ਫਾਰ ਦਾ ਯੂਥ ਕਿ ਕਿਵੇਂ ਉਹ ਆਪਣੇ ਪੂਰੀ ਫਿਜ਼ੀਕ ਤੋਂ ਲੈ ਕੇ ਮੈਂਟਲ ਡਿਸਟਰੈਸ ਤੋਂ ਲੈ ਕੇ ਇਮੋਸ਼ਨਸ ਤੋਂ ਲੈ ਕੇ ਕਿਸੇ ਲੋਡ ਨਾ ਪਵੇ ਕਿਸਤੇ ਡਿਪੈਂਡਡ ਨਾ ਹੋਣ ਦੀ ਜਿਹੜੀ ਉਹ ਤੁਸੀਂ ਵਰਡ ਬੋਲਿਆ ਕਿ ਸੋਲੋਏ ਬਏ ਨੇ ਉਹ ੜਾਕੇ ਮੋਨ ਵਾਲੇ ਐਟੀਟਿਊਡ ਕਿੱਥੋਂ ਆਏ ਸੌਸ ਕੀ ਉਹਦਾ ਐਟੀਟਿਊਡ ਕਿਧਰ ਨਹੀਂ ਲੈ ਕਹਿਣਾ ਐਟੀਟਿਊਡ ਤੁਹਾਡੇ ਵਿੱਚ ਹੀ ਹੈ ਇੱਕੋ ਵਰਲਡ ਯਾਦ ਰੱਖੋ ਯੂ ਵਰਸਸ ਯੂ ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੈ ਤੁਹਾਡਾ ਕਿਸੇ ਨਾਮ ਨਹੀਂ ਸਵੇਰੇ ਆਪਣੇ ਆਪ ਨੂੰ ਸ਼ੀਸ਼ੇ 'ਚ ਤੁਸੀਂ ਦੇਖਦੇ ਨਾ ਸਭ ਤੋਂ ਉੱਠ ਕੇ ਪਹਿਲਾਂ ਤੁਹਾਡਾ ਮੁਕਾਬਲਾ ਤੁਹਾਡੇ ਨਾਲ ਹੈ ਯੂ ਵਰਸਸ ਯੂ ਡਿਸਪਲਨ ਬਣਾਓ ਡਿਸਪਲਨ ਲਾਈਫ 'ਚ ਬਣਨਾ ਬਹੁਤ ਜ਼ਰੂਰੀ ਹੈ ਸਵੇਰ ਨੂੰ ਉੱਠਦੇ ਕਿੰਨੇ ਵਜੇ ਹੋ ਰਾਤ ਨੂੰ ਸੌਣੇ ਕਿੰਨੇ ਵਜੇ ਹੋ ਤੁਹਾਡਾ ਖਾਣਾ ਕਿਹੋ ਜਿਹਾ ਕਿੰਨੇ ਵਜੇ ਖਾਣੇ ਹੋ ਕੀ ਕਰਦੇ ਹੋ ਕੀ ਨਹੀਂ ਕਰਦੇ ਇੱਕ ਡਾਇਰੀ ਲੈ ਲਓ ਚਾਹੇ ਤੁਸੀਂ ਬਿਜ਼ਨਸਮੈਨ ਹੈਗੇ ਹੋ ਨਹੀਂ ਹੈਗੇ ਡੈਰੀ ਤੁਹਾਡੇ ਚਾ ਦਿਮਾਗ ਚ ਫਿੱਟ ਕਰ ਲਓ ਤੁਹਾਡੀ ਇੱਕ ਰੂਟੀਨ ਹੋਣੀ ਚਾਹੀਦੀ ਆ ਗਲਤ ਸੰਗਤ ਤੋਂ ਦੂਰ ਚੰਗਿਆਂ ਨਾਲ ਨੇੜਤਾ ਵੈਸੇ ਦਾ ਯਾਰ ਦੋਸਤ ਮੈਂ ਚਾਹਦਾ ਨਹੀਂ ਵੀ ਕੋਈ ਬਣਾਓ ਜ਼ਿਆਦਾ ਕਿਉਂਕਿ ਜਿੰਨੀ ਤੁਹਾਡੀ ਯਾਰੀ ਦੋਸਤੀ ਆ ਜਿੰਨਾ ਤੁਹਾਡਾ ਸੋਸ਼ਲ ਸਰਕਲ ਆ ਤੁਸੀਂ ਬਿਨਾਂ ਵਜ੍ਹਾ ਬਿਜ਼ੀ ਹੋ ਕੋਈ ਭਾਈ ਆ ਜਾਓ ਗੱਡੀ ਚੱਕਣਾ ਬਾਈਸਾਈਕਲ ਚੱਕਣਾ ਭਾਈ ਆ ਚੱਕਣਾ ਭਾਈ ਹੋ ਚੱਕਣਾ ਸੋ ਪਹਿਲਾਂ ਆਪ ਡਵੈਲਪ ਹੋ ਇੱਕ ਡਿਸਪਲਨ ਹੋਣਾ ਬਹੁਤ ਜ਼ਰੂਰੀ ਆ ਇੱਕ ਟਫਨੈਸ ਬੰਦੇ ਲਈ ਹੁਣ ਜਿੰਨੇ ਵੀ ਵੱਡੇ ਤੁਸੀਂ ਕੋਈ ਵੀ ਸਟਾਰ ਦੇਖ ਲਓ ਉਹਨਾਂ ਦਾ ਉੱਠਣ ਦਾ ਸੌਣ ਦਾ ਟਾਈਮ ਫਿਕਸ ਹੈ ਬਿਲਕੁਲ ਠੀਕ ਹੈ ਜੀ ਤੋਂ ਆਪਣਾ ਜਿਹੜੇ ਵੀ ਤੁਸੀਂ ਧਰਮ ਨੂੰ ਰਿਲੇਟ ਕਰਦੇ ਹੋ ਧਰਮ ਨੂੰ ਮੰਨਦੇ ਹੋ ਆਪਣਾ ਮੈਡੀਟੇਸ਼ਨ ਲਈ ਪਾਠ ਜਰੂਰ ਕਰੋ ਚਾਹੇ ਰਾਤ ਨੂੰ ਕਰ ਲਓ ਮੈਂ ਕਰਦਾ ਚਾਹੇ ਸਵੇਰ ਕਰ ਪਾਠ ਜਰੂਰ ਕਰੋ ਕਿਸੇ ਨੂੰ ਦੱਸ ਕੇ ਨਹੀਂ ਕਰਨਾ ਨਹੀਂ ਕਰ ਸਕਦੇ ਸੁਣ ਲਓ ਉਹ ਚੀਜ਼ਾਂ ਤੁਹਾਨੂੰ ਮੋਟੀਵੇਟ ਕਰਦੀਆਂ ਤੁਹਾਡੇ ਦਿਮਾਗ ਨੂੰ ਮੈਡੀਟੇਸ਼ਨ ਦਿੰਦੀਆਂ ਤੁਹਾਡੇ ਦਿਮਾਗ ਨੂੰ ਰਿਲੈਕਸ ਕਰਦੀਆਂ ਜਿਹੜਾ ਹੋਰ ਕਿਤੇ ਨਹੀਂ ਹੋਣਾ ਗਰਵਾਣੀ 'ਚ ਬਹੁਤ ਖੁਸ਼ ਆ ਜਿਹੜਾ ਸਿੱਖਣ ਨੂੰ ਆ ਸਭੇ ਨੂੰ ਸੋ ਡਿਸਪਲਿਨ ਤੇ ਆਪਣਾ ਜਿਹੜਾ ਦਿਮਾਗ ਹੈ ਇਹਦੇ ਤੇ ਕਨਸੈਂਟਰੇਟ ਕਰਨਾ ਆਪਣਾ ਉਹਨੂੰ ਇੱਕ ਟਫ ਲੁੱਕ ਦੇਣੀ ਬਹੁਤ ਜ਼ਰੂਰੀ ਹੈ ਉੱਠਣ ਦਾ ਸੌਣ ਦਾ ਟਾਈਮ ਵੀ ਫਿਕਸ ਹੋ ਗਿਆ ਨਾ ਤੁਹਾਡਾ ਤੁਹਾਡੀ ਲਾਈਫ ਹੀ ਚੇਂਜ ਹੋ ਜਾਣੀ ਸਾਡੇ ਕੋਲ ਨਾ ਤਾਂ ਉੱਠਣ ਦਾ ਟਾਈਮ ਹੈ ਕੋਈ ਨਾ ਸੌਣ ਦਾ ਟਾਈਮ ਹੈ ਨਾ ਕੋ ਗਲਵਟ ਕਰਨ ਦਾ ਟਾਈਮ ਹੈ ਨਾ ਸਾਡੇ ਕੋ ਖਾਣ ਦਾ ਟਾਈਮ ਹੈ ਕਦੇ ਉਸ ਰੇੜੀ ਤੋਂ ਵੱਢਿਆ ਕਦੇ ਉਸ ਰੇੜੀ ਤੋਂ ਵੱਢਿਆ ਫਿਰ ਤੁਸੀਂ ਕਿੱਥੇ ਜਾਓਗੇ ਤੁਹਾਡੇ ਲਾਈਫ ਦਾ ਕੋਈ ਮੋਟਿਵ ਹੀ ਹੈ ਨੀਗਾ ਮੋਟਿਵ ਹੋਣਾ ਬਹੁਤ ਜ਼ਰੂਰੀ ਹੈ ਐ ਸਪੈਸ਼ਲ ਜਿਹੜੇ ਯੰਗ ਬੰਦੇ ਨੇ ਆਪਣੇ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ ਹੁਣ ਭਾਰੀ ਹੁਣੀ ਨੇ ਮੈਂ ਉਹਨਾਂ ਨੂੰ ਦੇਖ ਕੇ ਦੇਖਦਾ ਕਹੀ ਇਸ ਦਾ ਡਿਸਪਲਨ ਕਾ ਹੈ ਪਤਾ ਲੱਗਦਾ ਹੈ ਬੰਦੇ ਤੋਂ ਸਾਈਡ ਡਿਸਪਲਨ ਪਤਾ ਲੱਗਦਾ ਹੈ ਬੰਦੇ ਤੋਂ ਹੁਣ ਮੈਂ ਹੋਰ ਵੀ ਗਈ ਇੱਥੇ ਵੀ ਮੈਨੂੰ ਪਤਾ ਕੋਈ ਡਿਸਪਲਨ ਹੀ ਕੋਈ ਨਹੀਂ ਹੈ ਉਹ ਫਿਰ ਇੱਕ ਟਾਈਮ ਬਿੰਗ ਹੈ ਤੁਸੀਂ ਜਾ ਸਕਦੇ ਜੋ ਇਹਨ ਡਿਸਪਲਨ ਨਾਲ ਤੁਸੀਂ ਬਹੁਤ ਟਫ ਹੁੰਦੇ ਹੋ ਤੁਹਾਡੀ ਸ਼ਖਸੀਅਤ ਬਹੁਤ ਸਟਰੋਂਗ ਹੋ ਜਾਂਦੀ ਹੈ ਡਿਸਪਲਨ ਦੇ ਡੈਪਥ ਚ ਜਾਣਾ ਚਾਹਾਂਗਾ ਭਾਜੀ ਇੱਕ ਬੰਦਾ ਆ ਉਹਨੂੰ ਪਤਾ ਲੱਗ ਗਿਆ ਕਿ ਹੀ ਇਜ਼ ਆਊਟ ਆਫ ਡਿਸਪਲਿਨਡ ਨਹੀਂ ਹੈਗਾ ਡਿਸਪਲਨ ਉਹਦੀ ਲਾਈਫ ਦੇ ਵਿੱਚ ਹਾਂ ਕਿੱਦਾਂ ਲਾਇਆ ਮੈਂ ਕੋਰ ਡੀਪ ਜਾਣਾ ਚਾਹਾਂ ਮੈਨੂੰ ਸਮਝ ਆਇਆ ਸੋਨਲੀ ਤੁਹਾਡੀ ਗੱਲ ਉਹਨੇ ਜੋਰ ਪਾਣ ਲਈ ਬੰਦਾ ਰੱਖ ਲੈ ਕਿਉਂਕਿ ਮਾਨ ਚੋਂ ਮੈਜ਼ਰਮੈਂਟਸ ਨਹੀਂ ਬਈ ਕਰ ਪਾਉਂਦੇ ਆਪਾਂ ਸਾਨੂੰ ਪਤਾ ਹੁੰਦਾ ਐਗਜ਼ਾਮਪਲ ਤੌਰ ਤੇ ਜਦੋਂ ਤੁਸੀਂ ਮੈਨੂੰ ਗੱਲ ਕਹਿੰਦੇ ਪਏ ਹੋਗੇ ਉਹ ਮੇਰੇ ਫਾਦਰ ਸਾਹਿਬ ਆਰਮੀ ਚ ਸੀਗੇ ਹਾਂ ਆੜੇ ਘਰ ਚ ਡਿਸਪਲਨ ਆ ਗਿਆ ਹਾਂ ਉਹ ਉਹਨਾਂ ਨੇ ਸਰੇ ਉੱਠਣਾ ਤੇ ਇਦਾਂ ਦਾ ਹੋਗਾ ਨਹੀਂ ਕਿ ਫੌਜੀ ਬੰਦਾ ਇਕੱਲਾ ਉੱਠੇ ਨਾਲ ਕੇਨ ਉਠਾਣੀ ਹੈ ਉਹਨਾਂ ਨੇ ਇਹ ਨਹੀਂ ਦੇ ਚਿੱਤੇ ਆਸਾਨ ਚ ਉਹਨਾਂ ਦੇ ਦੋ ਤਿੰਨ ਮਹੀਨੇ ਲਾ ਜਾਣੇ ਮੈਨੂੰ ਉਠਾਉਣ ਵਾਸਤੇ ਉਹ ਸੀਗੇ ਹੂੰ ਤੁਹਾਡੀ ਗੱਲ ਸੁਣ ਕੇ ਕੋਈ ਦੋ ਦਿਨ ਉੱਠ ਜਾਏਗਾ ਤਿੰਨ ਚਾਰ ਦਿਨ ਬਾਅਦ ਸਾਰਾ ਡਿਸਪਲਨ ਜਿਹੜਾ ਹੈ ਉਹ ਨਾ ਗੋੜ ਤਾਂ ਫਿਕਸ ਕਰਨਾ ਹੀ ਪੈਗਾ ਨਾ ਹੁਣ ਡਿਸਪਲਨ ਚ ਆਇਓ ਫਿਟਨੈਸ ਦਾ ਚਲੋ ਮੈਂ ਫਿਟਨੈਸ ਦਾ ਐਗਜ਼ਾਮਪਲ ਦੇ ਦਿੰਦਾ ਔਰ ਐਗਜ਼ਾਮਪਲ ਹੁਣ ਜਿਹੜੇ ਬੰਦੇ ਪੂਰੇ ਸੈੱਟ ਆ ਕਿਸੇ ਵੀ ਜਿਮ ਵਿੱਚ ਦੇਖ ਲਓ ਇੱਕੋ ਟਾਈਮ ਤੇ ਆਉਂਦੇ ਆ ਜੀ ਠੀਕ ਹੈ ਜਿਹੜੇ ਅਨਸੱਟ ਜਿਹੇ ਉਹ ਟਿਕਟੌਕ ਜਿਹੇ ਵਾਲੇ ਉਹ ਕਦੇ ਦੁਪਹਿਰ ਕੇ ਜਨੂੰ ਆ ਕੇ ਜੁੱਤੀਆਂ ਝਾੜ ਕੇ ਚਲ ਜਾਂਦੇ ਕਦੇ ਉਹ ਆ ਜਾਂਦੇ ਹਨ ਜਿਹੜਾ ਬੰਦਾ ਫਿੱਟ ਹੋਏਗਾ ਉਹ ਦੇਖ ਲਿਓ ਉਹਦਾ ਇੱਕ ਟਾਈਮ ਹੋਏਗਾ ਸੋ ਡਿਸਪਲਨ ਚਲੋ ਫਿਟਨੈਸ ਨੂੰ ਲੈ ਲਓ ਕੱਲ ਤੋਂ ਜਿੰਮ ਸਟਾਰਟ ਕਰੋ ਆਪਣਾ ਸਵੇਰੇ ਉੱਠੋ ਖਾਓ ਪੀਓ ਜਿੰਮ ਜਾਓ ਆਪਣਾ ਵਰਜਿਸ਼ ਕਰੋ ਉਸ ਤੋਂ ਬਾਅਦ ਆਪਣਾ ਕੰਮਕਾਰ ਸਟਾਰਟ ਕਰੋ ਜੋ ਵੀ ਹੈ ਆਪਣਾ ਇੱਕ ਟਾਈਮ ਫਿਕਸ ਕਰੋ ਉਨਲੇ ਗੋਲ ਫਿਕਸ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂ ਜਾ ਰਹੇ ਗੋਲ ਫਿਕਸ ਕਰੋ ਕਿ ਮੈਂ 3 ਮਹੀਨਿਆਂ ਤੱਕ ਯਾਰ ਉਹਦੇ ਅਰਕਾ ਹੋਣਾ ਮਾਪਰਾ ਨੂੰ ਸੱਟ ਕਰਨਾ ਯੂ ਵਾਜ਼ ਅ ਯੂ ਲਾਲੋਨੀ ਦੈਟ ਸੋ ਯਾ ਸੋ ਗੋਲ ਹਰ ਇੱਕ ਚੀਜ਼ ਦਾ ਹੁੰਦਾ ਹੁਣ ਆਪਣੇ ਬੰਦੇ ਨੇ ਕਈਆਂ ਨੇ ਕੀ ਆ ਪੋਪੂ ਆਦੀ ਕੁੜੀ ਦਾ ਵਿਆਹ ਬਾਈ ਫੱਟ ਕਰਦੇ ਮੇਰੀ ਭੂਆ ਦੀ ਕੁੜੀ ਦਾ ਵਿਆਹ ਮੈਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਉਹ ਸਿੰਘ ਉਹਦੇ ਤੋਂ ਤੱਕ ਕੁਛ ਨਹੀਂ ਹੈ ਸਭ ਤੋਂ ਵੱਧ ਵੱਡੇ ਬਿਜ਼ਨਸਮੈਨ ਸਾਡੇ ਕੋਈ ਰੀਅਲ ਏਸਟੇਟ ਦੇ ਵਿੱਚ ਆ ਜਾਂ ਵੱਡੇ ਵੱਡੇ ਵੀ ਜਦੋਂ ਮੀਟਿੰਗਾਂ ਦੇ ਜਾਂਦੇ ਉਹ ਫਿੱਟ ਦਿਖਦੇ ਆ ਉਹ ਕਹਿੰਦੇ ਜੀ ਅਸੀਂ ਫਿੱਟ ਲਾਵਾਂਗੇ ਇਹ ਪ੍ਰਾਪਰਟੀਆਂ ਸਵਾ ਵੇਚੜੀਆਂ ਹੁਣਗੇ ਬੰਦੇ ਨੇ ਐਡਾ ਢਿੱਡ ਕੱਢਿਆ ਸ਼ਰਟ ਬਾਹਰ ਆਣ ਈ ਹੈ ਤੇ ਹੁਣ ਉਹ ਬੰਦਾ ਦੇਖ ਕੇ ਦੇਖਦਾ ਵੀ ਯਾਰ ਇਹ ਮੇਰੀ ਪ੍ਰਾਪਰਟੀ ਵੇਚ ਦੂਗਾ ਉਹ ਬੰਦਾ ਸੂਟੜ ਬੂਟੜ ਜਾ ਰਿਹਾ ਵਧੀਆ ਗੱਡੀ ਵਧੀਆ ਪਰਸਨੈਲਿਟੀ ਹੈ ਬੰਦਾ ਕਹਿੰਦਾ ਯਾਰ ਕੰਫੀਡੈਂਸ ਆ ਬੰਦੇ ਜੇ ਇਹ ਕੱਢ ਦੂ ਮੇਰੀ ਪ੍ਰਾਪਰਟੀ ਇਹ ਫਰਕ ਪੈਂਦਾ ਚੀਜ਼ ਛੋਟੀ ਬਾਡੀ ਤੁਹਾਡਾ ਕੰਫੀਡੈਂਸ ਹੈ ਛੋਟੀ ਬਾਡੀ ਤੁਹਾਡਾ ਬਿਜ਼ਨਸ ਹੈ ਛੋਟੀ ਬਾਡੀ ਤੁਹਾਡਾ ਸਭ ਕੁਝ ਹੈ ਹੁਣ ਬਾਡੀ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਤੁਸੀਂ ਬੜੀ ਵਧੀਆ ਗੱਲ ਕਹਿੰਦੇ ਹੋਗੇ ਕਿ ਇਹ ਸਾਡੀ ਸ਼ੌਂਕ ਨਹੀਂ ਸਾਡੀ ਨੀਡ ਆ ਜ਼ਰੂਰਤ ਆ ਅੱਜ ਦੀ ਡੇਟ ਦੇ ਵਿੱਚ ਜਿਹੜਾ ਜਿਮ ਜਾਣਾ ਤੁਸੀਂ ਵਰਜਸ਼ ਕਰਨੀ ਹੈ ਮਸਲ ਫੰਕਸ਼ਨਿੰਗ ਕਰਨੀ ਹੈ ਸ਼ੌਂਕ ਤਾਂ ਹੈ ਹੀ ਨਹੀਂਗਾ ਮੈਂ 99% ਕਿਉਂਕਿ ਆ ਬੰਦੇ ਨੂੰ ਅਸੀਂ ਫੋਕਸ ਕਰਨਾ ਕਿਉਂਕਿ ਜਿਨ੍ਹਾਂ ਨੂੰ ਫਿਟਨੈਸ ਹੀ ਲੋੜ ਹੈ ਕਿਉਂਕਿ ਸਾਡੀ ਲੋੜ ਹੈ ਹੁਣ ਸਾਰੀਆਂ ਬਿਮਾਰੀਆਂ ਠਮਾਰੀਆਂ ਕੈਂਸਰ ਤੋਂ ਲੈ ਕੇ ਗੋਡਿਆਂ ਦੇ ਦਰਦ ਗੋਡਿਆਂ ਦੀ ਗਰੀਸੇ ਇੱਥੇ ਕਿਉਂ ਨਹੀਂ ਆ ਸਾਡੇ ਕੋਲ ਤਾਂ 90 90 ਸਾਲ ਦੇ ਬਜ਼ੁਰਗਾਂ ਦੇ ਉਹਨਾਂ ਦੀ ਬੋਨ ਕੈਪੈਸਿਟੀ ਜਿਹੜੀ ਹੈ ਉਹ 45 ਸਾਲ ਦੇ ਪਰਸਨ ਤੋਂ ਵੱਧ ਹੈ ਹੁਣ ਇੱਥੇ ਕਹਿੰਦੇ ਵੀ ਮੇਰੇ ਗੋਡੇ ਚ ਦਰਦ ਸਟਾਰਟ ਹੋ ਗਿਆ ਮੇਰੀ ਗਰੀਸ ਖਤਮ ਹੋ ਗਈ ਗਰੀਸ ਤਾਂ ਕੋਈ ਹੁੰਦੀ ਨਹੀਂ ਗੋਡੇ ਚ ਤਿੰਨ ਮਸਲਾ ਹੈ ਕਾਡਸ ਹੈਮਿਸ ਤੇ ਕਾਫ ਜਦੋਂ ਵੀਕ ਹੋ ਜਾਂਦੇ ਆ ਦਰਦ ਸਟਾਰਟ ਹੋਣ ਲੱਗ ਜਾਂਦਾ ਤੁਸੀਂ ਇਹਦੀ ਐਕਸਰਸ ਲੈਣੀ ਸਟਾਰਟ ਕਰ ਦਿਓ ਤੁਹਾਡੇ 15 ਦਿਨਾਂ ਦੇ ਦਰਦ ਹਟ ਜਾਣੇ ਆ ਅੱਛਾ ਤੇ ਬਥੇਰੇ ਬਜ਼ੁਰਗਾਂ ਦੀ ਸਾਨੂੰ ਫੀਡਬੈਕ ਮਿਲੀ ਜਾ ਉਹ ਮੈਂ ਇੱਕ ਦੋ ਐਕਸਰਸਾਈਜ਼ ਪਾਈਆਂ ਸੀ ਜੋ ਤਾਂ ਲਈ ਟੇਬਲ ਦੇ ਨਾਲ ਜੀ ਦਸਤੇ ਵਿੱਚ ਉਹਨਾਂ ਸੈੱਟ ਹੋਏ ਆ ਜੀ ਸੈੱਟ ਹੋਏ ਆ ਉਹਦੇ ਨਾਲ ਸੋ ਅੱਜ ਦੀ ਡੇਢ ਚ ਹਰ ਇੱਕ ਘੁੰਮ ਘਮਾ ਕੇ ਕਹਿੰਦੇ ਹੁੰਦੇ ਨਾ ਗਦੀ ਬੋੜਸ ਤੇ ਲੈ ਜਾਣੀ ਹੈ ਘੁੰਮ ਘਮਾ ਕੇ ਤੁਹਾਨੂੰ ਐਕਸਰਸਾਈਜ਼ ਸ਼ੁਰੂ ਕਰਨੀ ਪੈਣੀ ਚਾਹੇ ਤੁਸੀਂ ਮੈਂਟਲੀ ਵੀ ਹੋ ਕੇ ਜੇ ਫਿਜ਼ੀਕਲ ਵੀ ਹੋ ਕੇ ਕੁਝ ਵੀ ਹੋ ਗਿਆ ਡਾਕਟਰ ਨੇ ਤੁਹਾਨੂੰ ਜਾਂ ਕੈਰੋਪ੍ਰੈਕਟਰ ਹੈ ਕੋਈ ਸਾਈਕੋਲੋਜਿਸਟ ਹੈ ਕੋਈ ਟ੍ਰੇਨਰ ਹੈ ਕੁਝ ਵੀ ਉਹਨੇ ਕਿਹਾ ਭਾਈ ਐਕਸਰਸਾਈਜ਼ ਸਟਾਰਟ ਕਰ ਵਾਕਿਹਾ ਵਧੀਆ ਖਾਓ ਕਿਉਂਕਿ ਜੇ ਵਧੀਆ ਖਾਓਗੇ ਜਿਹੜਾ ਵਧੀਆ ਖਾਣਾ ਅੰਦਰ ਬਿਮਾਰੀਆਂ ਨਾਲ ਲੜੂਗਾ ਤੁਸੀਂ ਬਿਮਾਰੀ ਟਪਾਰੀ ਤੋਂ ਵੀ ਦੂਰ ਰਹੋਗੇ ਜੇ ਤੁਸੀਂ ਖਾਣਾ ਹੀ ਗਲਤ ਹੈ ਉਹਨੇ ਤਾਂ ਹੋਰ ਬਿਮਾਰੀਆਂ ਪਾਣੀਆਂ ਪ੍ਰੋਸੈਸ ਫੂਡ ਤੋਂ ਬਚੋ ਉਹ ਆਪਣੇ ਲਈ ਮਾੜਾ ਕਿਤੇ ਕਿਤੇ ਕਰ ਲਿਆ ਚੀਟ ਮੀਲ ਦੇ ਵਿੱਚ ਉਹ ਵੀ ਨਿਆਰੇ ਲੁੱਟੋ ਪਰ ਉਹਦਾ ਇੱਕ ਟਾਈਮ ਫਿਕਸ ਕਰੋ ਵੀ ਮੇਰਾ 15 ਜਨਾਬਾ ਦਾ ਇੱਕ ਚੀਟ ਮੀਲ ਆ ਉਦੋਂ ਮੈਂ ਆਪਣਾ ਪਰਿਵਾਰ ਦੇ ਨਾਲ ਬਾਹਰ ਚੱਲ ਗਿਆ ਜਾਂ ਆਪ ਚੱਲ ਗਿਆ ਜਾਂ ਦੋਸਤਾਂ ਨਾਲ ਉਹ ਲਾਈਫ ਨੂੰ ਬੈਲੈਂਸ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਥੈਂਕ ਯੂ ਭਾਈ ਥੈਂਕ ਯੂ ਵੈਰੀ ਮਚ ਜੀ ਧੰਨਵਾਦ ਤੁਹਾਡਾ ਮਜ਼ਾ ਆਇਆ ਗੱਲ ਕਰਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਮੀਦ ਕਰਦਾ ਤੁਹਾਡੀ ਅਗਲੀ ਵਿਜ਼ਿਟ ਜਲਦੀ ਨਹੀਂ ਹੋਏਗੀ ਨਾ ਆਨਲਾਈਨ ਦਾ ਗੈਪ ਵਾਇਰ ਦੇ ਡੇក ਜਾਣਾ ਹਣਾ ਜੀ ਤੇ ਇੱਕ ਮੈਂ ਲਾਸਟ ਚ ਕਹਾਂਗਾ ਕਿ ਤੁਸੀਂ ਇੱਕ ਵਾਰੀ ਕੈਮਰੇ ਦੇ ਕੇ ਆਪਣਾ ਲਾ ਪੈਕ ਸਟਾਈਲ ਹੈਗਾ ਉਹਦੇ ਵਿੱਚ ਪੋਡਕਾਸਟ ਖਤਮ ਕਰੋ ਤੇ ਆਪਾਂ ਫਿਰ ਉਸ ਤੋਂ ਬਾਅਦ ਹਾਂਜੀ ਸਸਿਕਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਕਮਲਦੇਵ ਕਮ ਆ ਉਹੀ ਗੱਲ ਹੈ ਡੋਲੇ ਦਾ ਰੋਲਾ ਨਾ ਮੁੱਕਿਆ ਨਾਮ ਮੁੱਕਰਦਣਾ ਥੱਕ ਪਾ ਕੇ ਰੱਖੜੀਆਂ ਸਾਡਾ ਕੰਮ ਹੈ ਦੱਸਣਾ ਤੁਹਾਡਾ ਕੰਮ ਹੈ ਤੱਕ ਵਾਲੇ <laughs> you cannot, you know, sexy hair. <laughs> thank you, buddy. Thank care. you. Thank you so much.